ਪੰਜਾਬੀ ਚ ਮੈਂ ਚਿੱਠੀ ਲਿਖਾਂ ਅਮਰੀਕਾ ਨੂੰ ਕੈਨੇਡਾ ਨੂੰ ਲਿਖਾਂ ਇੰਗਲੈਂਡ ਨੂੰ ਲਿਖਾਂ ਮੇਰੀ ਚਿੱਠੀ ਦਾ ਜਵਾਬ ਆਏਗਾ ਛੇਤੀ ਆਏਗਾ ਔਰ ਪੰਜਾਬੀ ਚ ਜਵਾਬ ਆਏਗਾ ਤੁਹਾਡੀ ਭਾਸ਼ਾ ਚ ਮੇਰੀ ਭਾਸ਼ਾ ਜਵਾਬ ਆਏਗਾ ਤੇ ਜੇ ਮੈਂ ਆਪਣੇ ਦੇਸ਼ ਨੂੰ ਚਿੱਠੀ ਲਿਖਾਂ ਤੇ ਮੈਨੂੰ ਜਵਾਬ ਹੀ ਨਹੀਂ ਆਉਣਾ ਭਾਸ਼ਾ ਹੀ ਤੇ ਆਉਣਾ ਦੂਰ ਦੀ ਜਗ੍ਹਾ ਜੇ ਤੁਸੀਂ ਵੇਖੋ ਸਾਰਾ ਵਪਾਰ ਸਾਰੇ ਦੁਕਾਨਦਾਰੇ ਸਾਰੇ ਖੇਤੀ ਸਾਰਾ ਕੰਮ ਜਿਹੜਾ ਹੈ ਉਹ ਪੰਜਾਬੀ ਚ ਹੁੰਦਾ ਪਿਆ ਉਹ ਪੰਜਾਬੀ ਚ ਗੱਲਾਂ ਕਰਦੇ ਨੇ ਉਹ ਵੱਖਰੀ ਗੱਲ ਹੈ ਕਿ ਉਹ ਆਪਣੇ ਰਜਿਸਟਰ ਜਿਹੜੇ ਵਈ ਖਾਤੇ ਨੇ ਅੰਗਰੇਜ਼ੀ ਚ ਲਿਖਿਆ ਜਾਂ ਪੰਜਾਬੀ ਚ ਲਿਖਣ ਜੇ ਉਹ ਅੰਗਰੇਜ਼ੀ ਚ ਲਿਖਦੇ ਵੀ ਨੇ ਤਾਂ ਇਸ ਕਰਕੇ ਨਹੀਂ ਹੋ ਰਿਹਾ ਕਿ ਪੰਜਾਬੀ ਚ ਲਿਖਿਆ ਨਹੀਂ ਜਾ ਸਕਦਾ ਪੰਜਾਬੀ ਦੇ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸਾਰੇ ਪੰਜਾਬ ਦਾ ਕੰਮ ਪੰਜਾਬੀ ਚ ਹੁੰਦਾ ਸੀ 18ਵੇਂ ਸਦੀ ਦੇ ਵਿੱਚ ਭਾਰਤ ਦੁਨੀਆ ਦੇ ਚੌਥਾ ਈਸ਼ਾ ਦੌਲਤ ਪੈਦਾ ਕਰਦਾ ਸੀ ਤੇ ਜਿੱਦਣ ਅੰਗਰੇਜ਼ ਗਏ ਉਹਦਾ 3% ਦੀ ਰਹਿ ਗਈ 22% ਤੇ 3% ਤੇ ਆ ਗਈ ਜਦੋਂ ਸਾਨੂੰ ਅੰਗਰੇਜ਼ੀ ਨਹੀਂ ਸੀ ਹੁੰਦੀ ਅਸੀਂ ਦੁਨੀਆ ਦਾ ਚੌਥਾ ਈਸ਼ਾਸਾ ਤੇ ਜਿੱਦਣ ਸਾਨੂੰ ਅੰਗਰੇਜ਼ੀ ਆ ਗਈ ਅੰਗਰੇਜ਼ਾਂ ਨੇ ਉਹਨ ਘਰ ਕੁਛ ਅਸੀਂ 3% ਦੀ ਰਹਿ ਗਏ ਕੰਮ ਨਹੀਂ ਕਰਾਂਗੇ ਇਸਤੇਮਾਲ ਕਿਉਂ ਨਹੀਂ ਹੋ ਰਿਹਾ ਜੈਸਾ ਮਾਹੌਲ ਨਹੀਂ ਬਣ ਰਿਹਾ ਜਾਂ ਆਪਣਾ ਜਿਹੜਾ ਇਹ ਬਹੁਤ ਮਸਤਵ ਪੁਰਸ਼ ਵਾਲੇ ਤੁਹਾਡਾ ਇਸਤੇਮਾਲ ਕਿਉਂ ਨਹੀਂ ਹੋ ਰਿਹਾ ਜੀ ਇਹ ਹੀ ਸਵਾਲ ਹੈ ਅਸਲੀ ਇਸਤੇਮਾਲ ਅੰਗਰੇਜ਼ਾਂ ਨੇ ਕਿਉਂ ਨਹੀਂ ਪੰਜਾਬੀ ਦਾ ਕੀਤਾ ਪਹਿਲੀ ਗੱਲ ਤੇ ਇਹ ਖਾਣਾ ਚਾਹੁੰਦੇ ਸੀ ਕਿ ਸਾਡਾ ਸੱਭਿਆਚਾਰ ਤੁਸ ਤੋਂ ਗਿਆ ਅਸੀਂ ਤੁਹਾਡਾ ਵਿਕਸਿਤ ਬੰਦੇ ਆ ਸਾਡਾ ਸੱਭਿਆਚਾਰ ਤੁਹਾਡੇ ਨਾਲ ਵਿਕਸਿਤ ਹੈ ਔਰ ਉਹਦਾ ਤਰੀਕਾ ਇਹ ਹੁੰਦਾ ਹੈ ਕਿ ਤੁਸੀਂ ਕਿਸੇ ਦੀ ਭਾਸ਼ਾ ਸੱਭਿਆਚਾਰ ਨੂੰ ਖਤਮ ਕਰ ਦਿਓ ਇਸ ਕਰਕੇ ਉਹਨਾਂ ਨੇ ਸਾਰੇ ਕੰਮ ਅੰਗਰੇਜ਼ੀ ਚ ਸ਼ੁਰੂ ਕਰਨੇ ਕਰਨੇ ਸ਼ੁਰੂ ਕਰ ਦਿੱਤੇ ਜੇ ਤੁਸੀਂ ਅਫਸਰ ਬੰਨਣਾ ਹੈ ਤੇ ਅੰਗਰੇਜ਼ੀ ਚ ਅਫਸਰ ਬਣਨਗੇ ਤਾਂ ਧਿਆਨ ਦੇ ਕੇ ਪੰਜਾਬੀ ਚ ਬਣ ਕੇ ਬਸ ਸਕਦੇ ਹਿੰਦੀ ਚ ਬਣ ਕੇ ਬਸ ਤੇ ਤਮਿਲ ਦੇ ਕੇ ਧਿਆਨ ਨਹੀਂ ਬਣ ਸਕਦੇ ਤਾਂ ਜਦੋਂ ਅਫਸਰ ਬੰਨਣਾ ਬੰਦ ਹੋ ਗਿਆ ਪੰਜਾਬੀ ਹਿੰਦੀ ਅੰਗਰੇਜ਼ੀ ਤਮਿਲ ਨਾਲ ਤੇ ਵਰਤੋਂ ਦੀ ਕੀ ਹੋਣੀ ਸੀ ਆ ਰਹੇ ਹੁਣ ਤਾਂ ਪਹਿਲੀ ਗੱਲ ਤਾਂ ਸੂਬਾ ਸਰਕਾਰਾਂ ਕੋਲ ਕੋਈ ਅਧਿਕਾਰ ਹੀ ਨਹੀਂ ਰਹਿ ਗਏ ਕੋਈ ਅਧਿਕਾਰ ਨਹੀਂ ਰਹਿ ਗਿਆ ਜਿਹੜੇ ਹਿੱਸਣ ਜਿਹੜੇ 52 ਦੇ ਸਾਡੇ ਸੰਵਿਧਾਨ ਨੇ ਸੂਬਾ ਸਰਕਾਰਾਂ ਨੂੰ ਅਧਿਕਾਰ ਦਿੱਤੇ ਉਹ ਸਾਰੇ ਖੋਲੇ ਗਏ ਨੇ ਮਿਸਾਲ ਲਈ ਸਿੱਖਿਆ ਜਿਹੜੀ ਸੀ ਰਾਜ ਦੀ ਸੂਚੀ ਸੀ ਸਿੱਖਿਆ ਬਾਰੇ ਕੇਂਦਰ ਸਰਸੰਗੀ ਸਰਕਾਰ ਜਿਹੜੀ ਯੂਨੀਅਨ ਗਵਰਨਮੈਂਟ ਸੀ ਕੋਈ ਕਾਨੂੰਨ ਨਹੀਂ ਬਣਾ ਸਕਦੀ ਹੁਣ ਜੇ ਉਹਨੂੰ ਜਿਹੜਾ 75 76 ਦੇ ਵਿੱਚ ਉਹਨੂੰ ਸਾਂਝੀ ਸੂਚੀ ਚ ਪਾ ਕੇ ਹੁਣ ਸਾਰੇ ਕਾਨੂੰਨ ਜਿਹੜੇ ਹੈ ਕੇਂਦਰ ਸਰਕਾਰ ਬੰਡਾਰੀ ਹੈ ਸੀਬੀਐਸਸੀ ਜਿਹੜਾ ਹੈ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਯੋਗ ਹਰ ਇੱਕ ਸੰਤਿ ਨੇ ਇਹ ਕਿਹਾ ਆ ਕਿ ਭਾਈ ਮਾਤ ਪਾਸ਼ਾ ਮਾਦਮ ਰਸੂਲ ਦੀ ਸਿੱਖਿਆ ਹੋਣੀ ਚਾਹੀਦੀ ਹੈ ਉਹ ਜਾਂ ਤੇ ਉਹ ਜਿਹੜੇ ਸੰਤੀਆਂ ਤੇ ਯੋਗ ਨੇ ਸਾਰੇ ਉਹਨਾਂ ਨੂੰ ਪਾਗਲ ਕਰਾਰ ਦੇ ਦਿੱ ਆਪਾਂ ਇਹ ਤੇ ਪਾਗਲ ਬੰਦੇ ਸੀ ਇਹ ਤੇ ਝੂਠ ਬਾਰ ਦੇ ਨੇ ਪਰ ਪਾਗਲ ਤੇ ਨਹੀਂ ਕਹਿ ਸਕਦੇ ਨਾ ਉਹ ਤੇ ਦੁਨੀਆਂ ਦੇ ਵੱਡੇ ਵੱਡੇ ਵਿਦਵਾਨ ਨੇ ਸਾਰੇ ਯੋਗ ਤੇ ਸਾਰੇ ਸੰਤੀਆਂ ਵਾਲੇ ਆਪਾਂ ਉਹਦਾ ਨਹੀਂ ਮੰਨਦੇ ਨਹੀਂ ਮੈਂ 10000 ਚਿੱਠੀ ਪਿਛਲੇ 4-5 ਸਾਲਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸਿੱਖਿਆ ਮੰਤਰੀਆਂ ਨੂੰ ਸਿੱਖਿਆ ਦੇ ਵਾਈਸ ਚਾਂਸਰਾਂ ਨੂੰ ਯੂਨੀਵਰਸਿਟੀਆਂ ਵਾਲਿਆਂ ਨੂੰ ਸਿੱਖਿਆ ਦਾ ਸਬੰਧ ਜਿਹੜੇ ਅਫਸਰ ਨੇ ਉਹਨਾਂ ਨੂੰ ਲਿਖ ਚੁੱਕਾ ਵਾ ਕੋਈ ਇੱਕ ਅੱਦੇ ਦਾ ਮਾੜਾ ਮੋਟਾ ਜਵਾਬ ਆਉਂਦਾ ਹੈ ਇਸ ਕਰਕੇ ਮੈਂ ਚੰਡੀਗੜ੍ਹ ਦੇ ਇਸ ਬਾਹਰ ਲਿਖਿਆ ਹੁੰਦਾ ਲੋਕਾਂ ਦੇ ਵਿਨੇ ਸਿਟੀ ਬਿਊਟੀਫੁਲ ਤੇ ਮੈਂ ਚੰਡੀਗੜ੍ਹ ਜਦੋਂ ਹਣਾ ਇੱਕ ਗੱਲ ਮੈਂ ਜ਼ਰੂਰ ਇਹਣਾ ਵੀ ਇਹਦੂ ਬਦਸੂਰਤ ਸ਼ਹਿਰ ਦੁਨੀਆ ਦਾ ਹੈ ਕੋ ਨਹੀਂ ਉਸ ਸ਼ਹਿਰ ਤੋਂ ਬਦਸੂਰਤ ਸ਼ਹਿਰ ਕਿਹੜਾ ਹੋ ਸਕਦਾ ਜਿੰਨੇ ਆਪਣੀ ਆਪਣੀ ਭਾਸ਼ਾ ਛੱਡ ਦਿੱਤੀ ਹੋਈ ਆਪਣੀ ਜ਼ੁਬਾਨ ਛੱਡ ਦਿੱਤੀ ਨੇ 11 12 13 ਵਿੱਚ 3 ਸਾਲ ਉਹਨਾਂ ਨੇ ਤਿੰਨ ਜਿਹੜੇ ਹਦੇਸ਼ ਕੀਤੇ ਕਿ ਪੰਜਾਬੀ ਚ ਹੀ ਕੰਮ ਹੋਊਗਾ ਔਰ ਜਿਹੜਾ ਪੰਜਾਬੀ ਚ ਕੰਮ ਨਹੀਂ ਕਰੇਗਾ ਉਹਦੀ ਤਨਖਾਹ ਕੱਟੀ ਜਾਏਗੀ ਤੇ ਜੇ ਫਿਰ ਵੀ ਨਹੀਂ ਕਰੇਗਾ ਤਾਂ ਨੌਕਰੀ ਤੋਂ ਕੱਢ ਦਿੱਤਾ ਜਾਏਗਾ ਜੇ 1912 13 ਚ ਪੰਜਾਬੀ ਚ ਕੰਮ ਇੱਕ ਰਿਆਸਤ ਕਰਾ ਸਕਦੀ ਐ ਤੇ ਹੁਣ ਕੀ ਪੰਜਾਬੀ ਨੂੰ ਮਾਰ ਪੈ ਗਈ ਐ ਵੀ ਹੁਣ ਕੰਮ ਨਹੀਂ ਹੋ ਸਕਦਾ ਜਿਨ੍ਹਾਂ ਨੇ ਗਵਾ ਔਰ ਅੰਗਰੇਜ਼ਾਂ ਦਾ ਪਹਿਲਾ ਕਵੀ 14ਵੀਂ ਸਦੀ ਚ ਸਾਡਾ ਪਹਿਲਾ ਕਵੀ ਬਾਬਾ ਫਰੀਦ ਐ ਔਰ ਪਗੰਬਰੀ ਕਵੀ ਐ 64 ਦੇ ਕਪਤਾ ਦਾ ਬਾਬਾ ਫਰੀਦ ਦੇ ਕਪਤਾ ਨਾਲ ਕੀ ਮੁਕਾਬਲਾ ਹੋ ਸਕਦਾ ਸਕਾਈਰੂਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਆਰਐਸ ਲਿਪਰੇਟ ਪੁਣਛਣ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਭਾਸ਼ਾ ਦੀ ਕਿਉਂਕਿ ਦੇਸ਼ ਦੇ ਵਿੱਚ ਜਮਾਨਾ ਜਾਵੇ ਤਾਂ ਸਾਰੇ ਸੂਬੇ ਹੀ ਭਾਸ਼ਾ ਦੇ ਪ੍ਰਤੀ ਦਿੱਤਾ ਕਰਦੇ ਨੇ ਪਰ ਇੱਕ ਸੂਬੇ ਦੀ ਭਾਸ਼ਾ ਤੇ ਬੋਲੀ ਰੋਜ਼ਗਾਰ ਨਾਲ ਵੀ ਜੁੜੀ ਹੁੰਦੀ ਹੈ ਉਹਦੇ ਵਿਕਾਸ ਨਾਲ ਵੀ ਜੁੜੀ ਹੁੰਦੀ ਹੈ ਇਹਦੇ 'ਚ ਸਿਆਸੀ ਤਰ੍ਹਾਂ ਇਸ ਨੂੰ ਕਿਸ ਢੰਗ ਨਾਲ ਦੇਖਦੇ ਨੇ ਅੱਜ ਉਸ ਤੱਕ ਕੀ ਸਥਿਤੀ ਹੈ ਪੰਜਾਬ ਦੇ ਵਿੱਚ ਤਾਂ ਇਹ ਮੰਨਿਆ ਜਾ ਰਿਹਾ ਕਿ ਪੰਜਾਬੀ ਯੂਨੀਵਰਸਿਟੀ ਭਾਸ਼ਾ ਦੇ ਨਾਂ ਤੇ ਹੈ ਭਾਸ਼ਾ ਵਿਭਾਗ ਵਿਸ਼ੇਸ਼ ਤੌਰ ਤੇ ਭਾਸ਼ਾ ਦੀ ਗੱਲ ਕਰ ਰਿਹਾ ਯੂਨੀਵਰਸਿਟੀ ਦੇ ਵਿੱਚ ਇੱਕ ਵੱਖਰਾ ਭਾਸ਼ਾ ਵਿਕਾਸ ਦਾ ਵਿਭਾਗ ਵੀ ਹੈ ਪਰ ਬਹੁਤ ਸਮੇਂ ਤੋਂ ਲੰਮੀਆਂ ਗੱਲਾਂ ਲੰਮੀਆਂ ਬਾਤਾਂ ਹੋ ਰਹੀਆਂ ਨੇ ਭਾਸ਼ਾ ਦਾ ਵਿਕਾਸ ਨਹੀਂ ਹੋ ਰਿਹਾ ਰੋਜ਼ਗਾਰ ਦੀ ਭਾਸ਼ਾ ਪੰਜਾਬੀ ਨਹੀਂ ਬਣ ਸਕੀ ਪੰਜਾਬ ਦੀ ਰਾਜਧਾਨੀ ਦੇ ਵਿੱਚ ਵੀ ਜੇ ਦੇਖੀਏ ਤਾਂ ਪਹਿਲੀ ਅਸੀਂ ਰਾਜਧਾਨੀ ਹੈ ਜਿਹੜੀ ਪੰਜਾਬ ਦੀ ਜਿਹਦੇ ਵਿੱਚ ਉਸ ਰਾਜ ਦੀ ਭਾਸ਼ਾ ਨਹੀਂ ਹੈ ਇੱਥੇ ਇੰਗਲਿਸ਼ ਦਫਤਰੀ ਭਾਸ਼ਾ ਇੱਥੇ ਵੀ ਇੱਕ ਸੰਘਰਸ਼ ਚੱਲ ਰਹੇ ਨੇ ਪੰਜਾਬੀ ਤਹਿਸੀ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਵੀ ਲੱਗੇ ਹੋਏ ਨੇ ਪਰ ਰਿਜ਼ਲਟ ਨਤੀਜੇ ਸਕਾਰਾਤਮਕ ਜਾਂ ਜੋ ਹੋਣੇ ਚਾਹੀਦੇ ਉਹ ਨਹੀਂ ਮਿਲ ਰਹੇ ਇਸ ਵਿਸ਼ੇ ਤੇ ਪੁਣਛਾਣ ਕਰਨ ਲਈ ਸਾਡੇ ਨਾਲ ਨੇ ਡਾਕਟਰ ਜੋਗਾ ਸਿੰਘ ਜੀ ਉੱਗੇ ਭਾਸ਼ਾ ਵਿਗਿਆਨੀ ਜੋ ਲੰਬੇ ਸਮੇਂ ਤੋਂ ਭਾਸ਼ਾ ਤੇ ਖੋਜ ਕਰ ਰਹੇ ਨੇ ਉਹਨਾਂ ਨੇ ਬਹੁਤ ਵਿਦਿਆਰਥੀਆਂ ਨੂੰ ਇਸ ਵਿਸ਼ੇ ਤੇ ਚਾਨਣਾ ਵੀ ਪਾਇਆ ਵਿਭਾਗਾਂ ਨੂੰ ਵੀ ਆਪਣੀ رائے ਦਿੱਤੀਆਂ ਦੇਸ਼ ਪੱਧਰ ਤੇ ਵੀ ਉਹ ਕਈ ਸੰਗਠਨਾਂ ਨਾਲ ਜੁੜੇ ਹੋਏ ਨੇ ਮੈਂ ਦਰਸ਼ਕਾਂ ਵਿੱਚ ਵਖਵਾ ਨਾ ਬਣਦੇ ਹੋਏ ਸਿੱਧੇ ਉਹਨਾਂ ਕੋਲ ਚਲਦੇ ਆਂ ਤੇ ਆਪਾਂ ਜਾਣਦੇ ਆਂ ਕਿ ਭਾਸ਼ਾ ਦੀ ਅਹਿਮੀਅਤ ਦੇਸ਼ ਦੇ ਤੇ ਸੂਬੇ ਦੇ ਵਿਕਾਸ ਲਈ ਕਿੰਨੀ ਅਹਿਮੀਅਤ ਹੈ ਡਾਕਟਰ ਜੋਗਾ ਸਿੰਘ ਜੀ ਸਕਾਈ ਨਿਊਜ਼ ਪੰਜਾਬ ਦੇ ਤੁਹਾਡਾ ਸਵਾਗਤ ਹੈ ਬਹੁਤ ਧੰਵਾਜੇ ਸਾਰੇ ਦਰਸ਼ਕਾਂ ਸੋਤਿਆਂ ਮੇਰੀ ਪਿਆਰਪਰੀ ਸਤਿ ਸ੍ਰੀ ਅਕਾਲ ਇਹ ਬਹੁਤ ਹੀ ਮੱਤਵਪੂਰਨ ਮੁੱਦਾ ਜਿਹਦਾ ਤੁਸੀਂ ਜ਼ਿਕਰ ਕੀਤਾ ਕਰ ਰੋਜ਼ਗਾਰ ਦਾ ਪੰਜਾਬੀ ਭਾਸ਼ਾ ਦਾ ਭਾਸ਼ਾ ਦਾ ਸੰਬੰਧ ਔਰ ਇਹ ਇੱਕ ਐਸਾ ਅਜਿਹਾ ਵਿਸ਼ਾ ਹੈ ਜਿਹਦੇ ਬਾਰੇ ਬੜੇ ਪਰਮਪ੍ਰਿਖੇ ਨੇ ਵੈਸੇ ਤੇ ਭਾਸ਼ਾ ਦੇ ਸਾਰੇ ਖੇਤਰਾਂ ਬਾਰੇ ਬਹੁਤ ਜ਼ਿਆਦਾ ਪਰਮਪ੍ਰਿਖੇ ਨੇ ਇੰਨੇ ਪਰਮਪ੍ਰਿਖੇ ਨੇ ਕਿ ਜਿਹੜੀ ਬ੍ਰਿਟਿਸ਼ ਕਾਉਂਸਲ ਹੈ ਹਾਈਲਾਈਟਸ ਦਮ ਤੇ ਆਂ ਦੈਟ ਦੇ ਹਾਈਲਟਸ ਦ ਅਫੀਸਰ ਇਨ ਦੀ ਆਇਲੈਂਡਸ ਦ ਬੈਡ ਦਿੰਦੀ ਹੈ ਉਹ ਇਹ ਕੀ ਕਹਿੰਦੀ ਹੈ ਵੀ ਅੰਗਰੇਜ਼ੀ ਕਿਵੇਂ ਸਿੱਖੀ ਜਾ ਸਕਦੀ ਹੈ ਇਹਦੇ ਬਾਰੇ ਵਿੱਚ ਕਿਸੇ ਨੂੰ ਕੁਝ ਪਤਾ ਨਹੀਂ ਔਰ ਬ੍ਰਿਟਿਸ਼ ਕਾਉਂਸਲ ਦਾ ਚੰਡੀਗੜ੍ਹ ਦਫ਼ਤਰ ਹੈ ਔਰ ਉਹਨਾਂ ਨੇ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਹੈ ਵੀ ਜੇ ਤੁਸੀਂ ਅੰਗਰੇਜ਼ੀ ਚੰਗੀ ਤਰ੍ਹਾਂ ਸਿੱਖਣੀ ਹੈ ਤਾਂ ਮਾਂ ਬੋਲੀ ਮਾਧਿਅਮ ਚ ਪੜੋ ਤੁਹਾਨੂੰ ਅੰਗਰੇਜ਼ੀ ਮਾਧਿਅਮ ਨਾਲੋਂ ਜ਼ਿਆਦਾ ਆਏਗੀ ਇਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਜੇ ਸਸਤਾ ਦਾ ਨੇ ਸਾਰਾ ਪੰਜਾਬ ਵਾਇਲਟਸ ਦੇ ਮਗਰ ਪਿਆ ਹੋਇਆ ਹੈ ਔਰ ਜੇ ਸੰਸਥਾ ਦਫਤਰ ਚੰਡੀਗੜ੍ਹ ਚ ਹੈ ਉਹ ਕੀ ਕਹਿੰਦੀ ਹੈ ਅੰਗਰੇਜ਼ੀ ਸਿੱਖੜਵਾ ਰਹੇ ਉਹਦੇ ਬਾਰੇ ਵੀ ਕਿਸੇ ਨੂੰ ਪਤਾ ਨਹੀਂ ਜਾਂ ਜੇ ਪਤਾ ਹੈ ਤੇ ਸਾਡੇ ਰਾਜਨੇਤਾ ਨੀਤੀਵਾਨ ਜਿਹੜੇ ਉਹਦੇ ਕੋਈ ਕੰਨ ਨਹੀਂ ਧਰਦੇ ਇਸ ਲਈ ਇਹ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਨੇ ਜੇ ਵੀ ਥੋੜਾ ਪਿੱਛੇ ਜਾਈਏ 1968 70 ਦੇ ਵਿੱਚ ਮੁੱਖ ਮੰਤਰੀ ਸਨ ਆਪਣੇ ਲక్ష్మణ ਸਿੰਘ ਗਿਲਹੋਰ ਉਹਨਾਂ ਪੂਰਾ ਕੰਮ ਪੰਜਾਬੀ ਚ ਚਲਾਉਣ ਲਈ ਇੱਕ ਮਤਾ ਪਾਸ ਕੀਤਾ ਸੀਗਾ ਜੀ ਮਤਾ ਪਾਸ ਕਰਨ ਤੋਂ ਬਾਅਦ ਇੱਕ ਗੱਲ ਆਈ ਕਿ ਡਿਕਟੇਸ਼ਨ ਕਿਵੇਂ ਕਰਾਂਗੇ ਪੱਤਰ ਵਿਆਰ ਕਿਵੇਂ ਕਰਾਂਗੇ ਡਿਕਟੇਸ਼ਨ ਦੇਣੀ ਪੈਣੀ ਪੈਂਦੀ ਆਪਸ ਨੂੰ ਉਦੋਂ ਸਿਰਫ ਆਪਣੇ ਚੰਡੀਗੜ੍ਹ ਦੀ ਗੱਲ ਕਰੀ ਤਾਂ ਇੱਥੇ ਤਿੰਨ ਸੀਗੇ ਜਾਨੀ ਸ਼ਾਰਟਹੈਂਡ ਦੇ ਵਿੱਚ ਕੰਮ ਕਰਨ ਵਾਲੇ ਆਪਣੇ ਪ੍ਰੋਫੈਸਰ ਫਿਰ ਉਹਨਾਂ ਨੂੰ ਸਪੈਸ਼ਲੀ ਇੱਕ ਡਿਊਟੀ ਦਿੱਤੀ ਗਈ ਕਿ ਤੁਸੀਂ ਸੰਕੇਤ ਕਰਨ ਭਾਸ਼ਾ ਇਜ਼ਾਦ ਕਰੋ ਕਰਤਾਰ ਸਿੰਘ ਐਮਬੀ ਹੋਰ ਕਾਫੀ ਚਿਕਰਜੁਗ ਨਾਮ ਬਣੇ ਉਹਨਾਂ ਨੇ ਕੰਮ ਕੀਤਾ ਪਰ ਸਿਤੀ ਕੀ ਹੈ ਮਤੇ ਬਹੁਤ ਵਾਰੀ ਪਾਸ ਹੋਏ ਹਜੇ ਵੀ ਦਫਤਰੀ ਕੰਮਕਾਜ ਉਸ ਤਰ੍ਹਾਂ ਨਹੀਂ ਹੋ ਰਿਹਾ ਬੱਚੇ ਜਨਨ ਕਿ ਆਪਣੇ ਚਰਚੰਡੀਗੜ੍ਹ ਦੀ ਗੱਲ ਕਰਾਂ ਤਾਂ ਮੇ ਇੱਕ ਬੜਾ ਸਿਸਟਮ ਹੋਇਆ ਹੋਇਆ ਕਿ ਆਪਾਂ ਗੱਲ ਆਪਣੀ ਮਾਤਰ ਭਾਸ਼ਾ ਚ ਕਰਦੇ ਆ ਘਰੇ ਜਾ ਕੇ ਹਿੰਦੀ ਚ ਗੱਲ ਕਰਦੇ ਆ ਤੇ ਲਿਖਣ ਵੇਲੇ ਇੰਗਲਿਸ਼ ਚ ਗੱਲ ਕਰਦੇ ਆ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਆ ਰਹੀ ਤੇ ਕਿਤੇ ਨਾ ਕਿਤੇ ਸਰਕਾਰਾਂ ਦਾ ਦੋਸ਼ ਵੀ ਹੈ ਕਿ ਰੋਜ਼ਗਾਰ ਦੀ ਭਾਸ਼ਾ ਪੰਜਾਬੀ ਨਹੀਂ ਬਣ ਸਕੀ ਇਹ ਕੀ ਕਾਰਨ ਨਹੀਂ ਵੇਖੋ ਰੋਜ਼ਗਾਰ ਦੀ ਭਾਸ਼ਾ ਕੋਈ ਭਾਸ਼ਾ ਕਿਵੇਂ ਬਣਦੀ ਹੈ ਜੀ ਇੱਕ ਤਾਂ ਇਹ ਆ ਕਿ ਰੋਜ਼ਗਾਰ ਦੇ ਵਾਸਤੇ ਕਿਸੇ ਭਾਸ਼ਾ ਦੇ ਵਿੱਚ ਜਿੰਨੇ ਸਰੋਤ ਸਾਧਨ ਚਾਹੀਦੇ ਨੇ ਹੋਣ ਔਰ ਦੂਜੇ ਆ ਕੇ ਜਿਹੜੇ ਰੋਜ਼ਗਾਰ ਵਾਲੇ ਨੇ ਉਹ ਵੀ ਉਸ ਭਾਸ਼ਾ ਚ ਕੰਮ ਕਰਨਾ ਜੀ ਪਹਿਲੀ ਗੱਲ ਤੇ ਕਿ ਪੰਜਾਬੀ ਰੋਜ਼ਗਾਰ ਦੀ ਭਾਸ਼ਾ ਹੈ ਜਾਂ ਨਹੀਂ ਹੈ ਇਹ ਵੀ ਆਪਣੇ ਆਪ ਚ ਇੱਕ ਸਵਾਲ ਹੈ ਜੀ ਪੰਜਾਬ ਦੇ ਵਿੱਚ ਜਿੰਨਾ ਕੰਮ ਹੁੰਦਾ ਉਹ ਕਿੰਨਾ ਪੰਜਾਬੀ ਚ ਹੁੰਦਾ ਤੇ ਕਿੰਨਾ ਕਿਸੇ ਹੋਰ ਭਾਸ਼ਾ ਚ ਹੁੰਦਾ ਜੇ ਤੁਸੀਂ ਵੇਖੋ ਸਾਰਾ ਵਪਾਰ ਸਾਰੇ ਦੁਕਾਨਦਾਰੇ ਸਾਰੇ ਖੇਤੀ ਸਾਰਾ ਕੰਮ ਜਿਹੜਾ ਹੈ ਉਹ ਪੰਜਾਬੀ ਚ ਹੁੰਦਾ ਪਿਆ ਉਹ ਪੰਜਾਬੀ ਚ ਗੱਲਾਂ ਕਰਦੇ ਨੇ ਉਹ ਵੱਖਰੀ ਗੱਲ ਹੈ ਕਿ ਉਹ ਆਪਣੇ ਰਜਿਸਟਰ ਜਿਹੜੇ ਵਈ ਖਾਤੇ ਨੇ ਅੰਗਰੇਜ਼ੀ ਚ ਲਿਖਿਆ ਜਾਂ ਪੰਜਾਬੀ ਚ ਲਿਖਣ ਜੇ ਉਹ ਅੰਗਰੇਜ਼ੀ ਚ ਲਿਖਦੇ ਵੀ ਨੇ ਤਾਂ ਇਸ ਕਰਕੇ ਨਹੀਂ ਹੋ ਰਿਹਾ ਕਿ ਪੰਜਾਬੀ ਚ ਲਿਖਿਆ ਨਹੀਂ ਜਾ ਸਕਦਾ ਪੰਜਾਬੀ ਦੇ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸਾਰੇ ਪੰਜਾਬ ਦਾ ਕੰਮ ਪੰਜਾਬੀ ਚ ਹੁੰਦਾ ਸੀ ਔਰ ਕੋਈ ਜੁਬਾਨਾ ਸੀ ਜਦੋਂ ਸਭ ਤੋਂ ਜ਼ਿਆਦਾ ਜਿਹੜੀ ਅਰਥਚਾਰਾ ਭਾਰਤ ਦਾ ਤੱਕ ਮਜ਼ਬੂਤ ਸੀ ਭਾਰਤ ਦਾ ਵਪਾਰ ਸਭ ਤੋਂ ਵੱਧ ਹੁੰਦਾ ਸੀ 17ਵੀਂ ਸਦੀ ਦੇ ਵਿੱਚ ਭਾਰਤ ਦੁਨੀਆ ਦੇ ਚੌਥਾ ਈਸ਼ਾ ਦੌਲਤ ਪੈਦਾ ਕਰਦਾ ਸੀ ਤੇ ਜਿੱਦਣ ਅੰਗਰੇਜ਼ ਗਏ ਉਦੋਂ 3% ਦੀ ਰਹਿ ਗਈ 22% ਤੇ 3% ਤੇ ਆ ਗਈ ਜਦੋਂ ਸਾਨੂੰ ਅੰਗਰੇਜ਼ੀ ਨਹੀਂ ਸੀ ਹੁੰਦੀ ਅਸੀਂ ਦੁਨੀਆ ਦਾ ਚੌਥਾ ਈਸ਼ਾਸਾ ਤੇ ਜਿੱਦਣ ਸਾਨੂੰ ਅੰਗਰੇਜ਼ੀ ਆ ਗਈ ਅੰਗਰੇਜ਼ਾਂ ਨੇ ਹੁਣ ਕਰ ਕੁਝ ਅਸੀਂ 3% ਦੀ ਰਹਿ ਗਏ ਤਾਂ ਇਸ ਕਰਕੇ ਔਰ ਕੋਈ ਅਜਿਹੀ ਗੱਲ ਨਹੀਂ ਕਿ ਕੋਈ ਵੀ ਕੰਮ ਕਿਸੇ ਭਾਸ਼ਾ ਚ ਹੋ ਸਕਦਾ ਜਾਂ ਕਿਸੇ ਭਾਸ਼ਾ ਚ ਨਹੀਂ ਹੋ ਸਕਦਾ ਇਹ ਤਾਂ ਤੁਸੀਂ ਕਰਨਾ ਕਿਹੜੀ ਭਾਸ਼ਾ ਚ ਕੋਈ ਵੀ ਦਫ਼ਤਰ ਦਾ ਕੰਮ ਕਰਨ ਵਾਸਤੇ ਪੰਜਾਬੀ ਦੇ ਵਿੱਚ ਸਾਰੀ ਸ਼ਬਦਾਵਲੀ ਹੈ ਭਾਸ਼ਾ ਵਿਭਾਗ ਪੰਜਾਬ ਦੀ ਜਿਹੜੀ ਤਕਨੀਕੀ ਸ਼ਬਦਾਲੀ ਹੈ ਪ੍ਰਬੰਧਕੀ ਸ਼ਬਦਾਵਲੀ ਦਫ਼ਤਰੀ ਪ੍ਰਬੰਧ ਵਾਸਤੇ 5000 ਸ਼ਬਦ ਆ ਉਹਦੇ ਚ ਔਰ ਉਹ 5000 ਜਿਆਦਾ ਸ਼ਬਦ ਹੈ ਜਿਸ ਨਾਲ ਸਾਰੇ ਦਫ਼ਤਰ ਦਾ ਹਰ ਇੱਕ ਕੰਮ ਹੋ ਸਕਦਾ ਹੈ ਇਸੇ ਤਰ੍ਹਾਂ ਹੀ ਭਾਸ਼ਾ ਵਿਭਾਗ ਪੰਜਾਬ ਨੇ ਮੈਂ ਪੰਜਾਬੀ ਯੂਨੀਵਰਸਿਟੀ ਗੱਲ ਬਾਤ ਕਰਾਂਗੇ ਛੱਤੇ ਵਿਸ਼ਿਆਂ ਦੀਆਂ ਤਕਨੀਕੀ ਸ਼ਬਦਾਵਲੀਆ ਤਿਆਰ ਕੀਤੀਆਂ ਛੱਤੇ ਵਿਸ਼ ਦਾ ਮਤਲਬ ਸਾਰੇ ਗਿਆਨ ਵਿਗਿਆਨ ਤਕਨੀਕ ਸਭ ਕੁਝ ਇਸੇ ਉਹਦੇ ਵਿੱਚ ਉਹਦੇ 26 ਕੁ ਛਪ ਵੀ ਗਈਆਂ ਨੇ 10 ਸਾਲੇ ਛਪੀਆਂ ਨਹੀਂ ਹਨ ਪਰ ਉਹਨਾਂ ਨੂੰ ਕੋਈ ਵਰਤੇ ਤਾਂ ਹੈ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਬੀਏ ਬੀਐਸਸੀ ਤੱਕ ਦੀ ਜਿੰਨੀ ਪੜਾਈ ਹੈ ਕੁਝ ਇੱਕ ਵਿਸ਼ਾ ਨੂੰ ਛੱਡ ਕੇ ਜਿਹੜੇ ਨਵੇਂ-ਨਵੇਂ ਜੇ ਕੋ ਜਾਏ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਕਲੀ ਬੁੱਧੀ ਹੈ ਨੋਟੀ ਬੁੱਧੀ ਹੈ ਛੱਡ ਕੇ ਕੋਈ ਵੀ ਵਿਸ਼ਾ ਲੈ ਲਓ ਬੀਏ ਬੀਐਸਸੀ ਤੱਕ ਦੀ ਸਾਰੀ ਸਮਗਰੀ ਪੰਜਾਬੀ ਦੇ ਵਿੱਚ ਹੈ ਵੇ ਸਾਇੰਸ ਪੜਾਉਣ ਵਾਸਤੇ ਵਿਆਹ ਚ ਫਿਜ਼ਿਕਸ ਹੋਵੇ ਪੌਧੇ ਗਿਆਨ ਹੋਵੇ ਚਾਹ ਸੜਕਾਂ ਦੇ ਵਿੱਚ ਕੋਈ ਹੋਵੇ ਔਰ ਇਹ ਸਭ ਕੁਝ ਹੈ ਹੁਣ ਜੇ ਅਸੀਂ ਉਹਨੂੰ ਵਰਤਾਂਗੇ ਨਹੀਂ ਕੰਮ ਨਹੀਂ ਕਰਾਂਗੇ ਇਸਤੇਮਾਲ ਕਿਉਂ ਨਹੀਂ ਹੋ ਰਿਹਾ ਜੈਸਾ ਮਾਹੌਲ ਨਹੀਂ ਬਣ ਰਿਹਾ ਜਾਂ ਆਪਣਾ ਜਿਹੜਾ ਇਹ ਬਹੁਤ ਮਹੱਤਵਪੂਰਨ ਸਵਾਲ ਹੈ ਤੁਹਾਡਾ ਇਸਤੇਮਾਲ ਕਿਉਂ ਨਹੀਂ ਹੋ ਰਿਹਾ ਜੀ ਇਹ ਹੀ ਸਵਾਲ ਹੈ ਅਸਲੀ ਇਸਤੇਮਾਲ ਅੰਗਰੇਜ਼ਾਂ ਨੇ ਕਿਉਂ ਨਹੀਂ ਪੰਜਾਬੀ ਦਾ ਕੀਤਾ ਕਿਉਂਕਿ ਉਹ ਪਹਿਲੀ ਗੱਲ ਤੇ ਇਹ ਖਾਣਾ ਚਾਹੁੰਦੇ ਸੀ ਕਿ ਸਾਡਾ ਸੱਭਿਆਚਾਰ ਤੁਸ ਤੋਂ ਗਿਆ ਅਸੀਂ ਤੁਹਾਡਾ ਵਿਕਸਿਤ ਬੰਦੇ ਆ ਸਾਰਾ ਸੱਭਿਆਚਾਰ ਤੁਹਾਡੇ ਨਾਲ ਵਿਕਸਿਤ ਹੈ ਔਰ ਉਹਦਾ ਤਰੀਕਾ ਇਹ ਹੁੰਦਾ ਹੈ ਕਿ ਤੁਸੀਂ ਕਿਸੇ ਦੀ ਭਾਸ਼ਾ ਸੱਭਿਆਚਾਰ ਨੂੰ ਖਤਮ ਕਰ ਦਿਓ ਇਸ ਕਰਕੇ ਉਹਨਾਂ ਨੇ ਸਾਰੇ ਕੰਮ ਅੰਗਰੇਜ਼ੀ ਚ ਸ਼ੁਰੂ ਕਰਨੇ ਕਰਨੇ ਸ਼ੁਰੂ ਕਰ ਦਿੱਤੇ ਜੇ ਤੁਸੀਂ ਅਫਸਰ ਬੰਨਣਾ ਹੈ ਤੇ ਅੰਗਰੇਜ਼ੀ ਚ ਅਫਸਰ ਬਣਨਗੇ ਤਾਂ ਧਿਆਨ ਦੇ ਕੇ ਪੰਜਾਬੀ ਚ ਬਣ ਕੇ ਬਸ ਸਕਦੇ ਹਿੰਦੀ ਚ ਬਣ ਕੇ ਬਸ ਤੇ ਤਮਿਲ ਦੇ ਕੇ ਧਿਆਨ ਨਹੀਂ ਬਣ ਸਕਦੇ ਤਾਂ ਜਦੋਂ ਅਫਸਰ ਬੰਨਣਾ ਬੰਦ ਹੋ ਗਿਆ ਪੰਜਾਬੀ ਹਿੰਦੀ ਅੰਗਰੇਜ਼ੀ ਤਮਿਲ ਨਾਲ ਤੇ ਵਰਤੋਂ ਉਹਦੀ ਕੀ ਹੋਣੀ ਸੀ ਫਿਰ ਆਈਐਸ ਬ ਗਰੀਬੀ ਵਾਲੀ ਭਜਣ ਕੇ ਤਾਂ ਹੌਲੀ ਹੌਲੀ ਉਹਨਾਂ ਨੇ ਸਾਰੇ ਜਿੰਨੀਆਂ ਵੀ ਰਸਮੀ ਥਾਵਾਂ ਨੇ ਦਫਤਰੀ ਕੰਮ ਨੇ ਸਾਰਾ ਗਿਆਨ ਵਿਗਿਆਨ ਤਕਨੀਕ ਸਿੱਖਿਆ ਸਾਰੇ ਦੇ ਵਿੱਚੋਂ ਪੰਜਾਬੀ ਨੂੰ ਬਾਹਰ ਕੱਢ ਦਿੱਤਾ ਤਾਂ ਹੌਲੀ ਹੌਲੀ ਹੁਣ ਪੰਜਾਬੀਆਂ ਨੂੰ ਇਹ ਲੱਗਦਾ ਕਿ ਪੰਜਾਬੀ ਤੇ ਜਿਹੜੀ ਗਰੀਬੜੀ ਦੀ ਭਾਸ਼ਾ ਹੈ ਪੰਜਾਬੀ ਚ ਕੋਈ ਗੱਲ ਹੀ ਨਹੀਂ ਹੋ ਸਕਦੀ ਲੋਕ ਤੇ ਹੁਣ ਇਹ ਸਮਝਦੇ ਨੇ ਕਿ ਮੇਰੇ ਘਰ ਦੇ ਸਾਵੇਂ ਜੇ ਪੰਜਾਬੀ ਚ ਨਾ ਲਿਖਿਆ ਹੋਇਆ ਤਾਂ ਲੋਕ ਮੈਨੂੰ ਅਨਪੜ੍ਹ ਸਪੜ੍ਹ ਗਏ ਅੰਬੈਸ ਮੇਰੀ ਗਲੀ ਦੇ ਵਿੱਚ ਸਿਰਫ ਮੇਰੇ ਘਰ ਦੇ ਸਾਹਮਣੇ ਗੁਰਮੁਖੀ ਚਨਲ ਲਿਖਿਆ ਹੋਇਆ ਔਰ ਮੇਰੇ ਕੋਲ ਹੀ ਸਾਰੇ ਭਾਰਤ ਚੋ ਤਾਮਿਲਨਾਡੂ ਤੋਂ ਬਗਾਲ ਤੋਂ ਦੁਬਾਰੋਂ ਵੀ ਬੰਦੇ ਆਉਂਦੇ ਨੇ ਹੋਰ ਕਿਸੇ ਕਰ ਮੇਰੀ ਗਲੀ ਤੇ ਮੈਨੂੰ ਲੱਗਦਾ ਨਹੀਂ ਪੰਜਾਬ ਤੋਂ ਬਾਹਰ ਬੰਦਾ ਹੋਵੇ ਪਰ ਸਾਰਿਆਂ ਨੇ ਨਾਂ ਜਿਹੜੇ ਆਪਾਂ ਅੰਗਰੇਜ਼ੀ ਚ ਲਿਖੇ ਹੋਏ ਨੇ ਲੋਕਾਂ ਨੂੰ ਲੱਗਦਾ ਅੰਗਰੇਜ਼ੀ ਚ ਨਾਂ ਲਿਖੇ ਤੁਸੀਂ ਪੜੇ ਲਿਖੇ ਤੇ ਸਿਆਣੇ ਲੱਗਦੇ ਡਾਕਟਰ ਸਾਹਿਬ ਗੱਲ ਇਹ ਹੈ ਕਿ ਅੱਜ ਕੱਲ ਜੇ ਆਪਾਂ ਤੁਸੀਂ ਦੇਖੀਏ ਚਲਨ ਕੀ ਚੱਲ ਰਿਹਾ ਇੱਕ ਰਿਕਸ਼ਾ ਪੁੱਲਰ ਵੀ ਰਿਕਸ਼ਾ ਚਲਾਉਣ ਵਾਲਾ ਵੀ ਇੱਕ ਇਹ ਭਾਵਨਾ ਰੱਖਦਾ ਕਿ ਮੇਰਾ ਬੱਚਾ ਇੰਗ ਉਪਾਵਨਾ ਆਇਤਕ ਸੇ ਤਰੀਕੇ ਨਾਲ ਜੇ ਆਪਾਂ ਕਿਤੇ ਵੀ ਦਫਤਰ ਚ ਜਾਦੇ ਬਿਲਕੁਲ ਬਿਲਕੁਲ ਠੀਕ ਹੈ ਪਾਵਨਾ ਇਸ ਕਰਕੇ ਆਈ ਕਿ ਜਦੋਂ ਸਾਰਾ ਕੰਮ ਕਾਰ ਨੌਕਰੀਆਂ ਇੰਤਿਆਨ ਸਿੱਖਿਆ ਸਭ ਕੋ ਜੋ ਲਾਭ ਵਾਲੀਆਂ ਥਾਵਾਂ ਜੋ ਉੱਚੇ ਅਹੁਦੇ ਜਦੋਂ ਮਿਲਦੇ ਸਿਰਫ ਅੰਗਰੇਜ਼ੀ ਜਾਂ ਹਿੰਦੀ ਨਾਲ ਨੇ ਤਾਂ ਲੋਕ ਅਰੇ ਜਿਸਦੀ ਵੱਲ ਭੱਜਣਗੇ ਹੁਣ ਇਹ ਕੋਈ ਹਰ ਇੱਕ ਬੰਦਾ ਭਾਸ਼ਾ ਹੋ ਗਿਆ ਨਹੀਂ ਤੇ ਹੈ ਨਹੀਂ ਕਿ ਸੱਚੀ ਜੀ ਨੂੰ ਸਮਝਦਾ ਹੋਵੇ ਉਹਦਾ ਜੋ ਪ੍ਰਚਲਨ ਹੈ ਜੋ ਉੱਪਰਲੀ ਜਮਾਤ ਕਰਦੀ ਹੈ ਉਹ ਕਰੇਗਾ ਔਰ ਉੱਪਰਲੀ ਜਮਾਤ ਇਹ ਕਿਉਂ ਕਰਦੀ ਹੈ ਉੱਪਰਲੀ ਜਮਾਤ ਇਹ ਕਰਦੀ ਹੈ ਸਾਰੇ ਕੱਛ ਤੋਂ ਥੱਲੇ ਵਾਲਿਆਂ ਨੂੰ ਬਾਹਰ ਕੱਢਣ ਵਾਸਤੇ ਇਥੋਂ ਤੱਕ ਇੱਕ ਨਤੀਜਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ ਤੁਹਾਨੂੰ ਹੈਰਾਨੀ ਹੋਊਗੀ ਖੋਜ ਇਹ ਦੱਸਦੀ ਹੈ ਕਿ ਜੇ ماں ਬੋਲੀ ਮਾਧਮ ਹੋਵੇ ਤੇ ਗਰੀਬ ਤੇ ਅਮੀਰ ਬੱਚੇ ਦਾ ਜਿਹੜਾ ਪੜਾਅ ਹੈ ਸਿੱਖਿਆ ਦਾ ਉਹ ਕੱਟ ਜਾਂਦਾ ਹੈ ਤੇ ਜੇ ਮਾਂ ਬੋਲੀ ਮਾਦਮ ਨਾ ਹੋਵੇ ਤਾਂ امیر ਬੱਚਾ ਜਿਹੜੇ ਪੜਨ ਵਾਲੇ ਨੇ ਉਹ ਉਹਨਾਂ ਦੀ ਜਿਹੜੀ ਮਤਲਬ ਜਿਹੜੀ ਉਹ ਬਿਹਤਰ ਨਤੀਜੇ ਕੱਢਣਗੇ ਉਹ ਜਿਹੜੇ ਗਰੀਬ ਆ ਪਸ਼ੋਕੜ ਵਾਲੇ ਮਾਪਿਓ ਨੇ ਉਹਨਾਂ ਨੇ ਨਤੀਜੇ ਸਿੱਖਿਆ ਦੇ ਵਿੱਚ ਮਾੜੇ ਹੋਣਗੇ ਮਾਂ ਬੋਲੀ ਨਾ ਹੋਣ ਨਾਲ ਇਹ ਨਾ ਫਰਕ ਪੈਂਦਾ ਉਹ ਜਿਹੜੀ ਉੱਪਰਲੀ ਜਬਾਤ ਹੈ ਇਹ ਸਾਰੇ ਆਪਣੀ ਸੱਤਾ ਕਾਇਮ ਰੱਖਣਾ ਚਾਹੁੰਦੀ ਹੈ ਇਹ ਚਾਹੁੰਦੀ ਨਹੀਂ ਕਿ ਕੋਈ ਥੱਲੇ ਵਾਲੇ ਬੰਦੇ ਜਿਹੜੇ ਨੇ ਉਹ ਸੱਤਾ ਦੇ ਵਿੱਚ ਪਾਰਕੀਗਰ ਹੋਣ ਉਹ ਪਾੜਾ ਰੱਖਣਾ ਚਾਹੁੰਦੀ ਪਾੜਾ ਰੱਖਣਾ ਚਾਹੁੰਦੀ ਪੜਾ ਰੱਖਣਾ ਯਾਨੀ ਕਿ ਇਹ ਕਿਤੇ ਨਾ ਕਿਤੇ ਸਿਆਸੀ ਧਿਰਾਂ ਦਾ ਵੀ ਰੋਲ ਹੈਗਾ ਆਪਣੀ ਯਾਨੀ ਕਿ ਵਿਧਾਨ ਸਭਾ ਤੋਂ ਹਮੇਸ਼ਾ ਵਿਧਾਨ ਬਣਦਾ ਬਣ ਜਾਂਦੇ ਨੇ ਕਾਨੂੰਨ ਪਰ ਇੰਪਲੀਮੈਂਟ ਨਹੀਂ ਹੁੰਦੇ ਪਹਿਲੀ ਗੱਲ ਤਾਂ ਜਿਹੜੀਆਂ ਤੁਸੀਂ ਸਿਆਸੀ ਧਿਰਾਂ ਕਹਿੰਦੇ ਹੋ ਨਾ ਇਹ ਕਿਸੇ ਜਮਾਨੇ ਚ ਸਿਆਸੀ ਧਿਰ ਹੁੰਦੀਆਂ ਸਨ ਤੇ ਇਹਨਾਂ ਨੂੰ ਆਪਾਂ ਰਾਏ ਨੇਤਾਰਾ ਆਇਨਤਕ ਦਾਲ ਰਾਜ ਸੀ ਦਾਲਾਂ ਦੇ ਸਾਂ ਮੈਂ ਸਮਝਦਾ ਕਿ ਹੁਣ ਆਪਾਂ ਸ਼ਬਦ ਦੀ ਇਹਨਾਂ ਵਾਸਤੇ ਗਲਤ ਵਰਤ ਰਹੇ ਹਾਂ ਕਿਉਂਕਿ ਸਿਆਸੀ ਬੰਦੇ ਹੈ ਨਹੀਂ ਆਣੇ ਨਾ ਰਾਜਸੀ ਬੰਦੇ ਨੇ ਇਹ ਵਪਾਰੀ ਨੇ ਇਹ ਵਪਾਰ ਕਰ ਰਹੇ ਨੇ ਸਿਆਸਤ ਦੇ ਰਹੇ ਵਪਾਰ ਕਰ ਰਹੇ ਨੇ ਫਰਕ ਇਹ ਆ ਕਿ ਜਿਹੜਾ ਦੁਡਾ ਕਾਰੋਬਾਰੀ ਹੈ ਉਹ ਕਾਰਖਾਨਾ ਬਣਾਉਂਦਾ ਹੈ ਦੁਕਾਨ ਬਣਾਉਂਦਾ ਹੈ ਖੇਤੀ ਵਾਲਾ ਆਪਣਾ ਖੇਤੀ ਕਰਦਾ ਹੈ ਉਹਦੇ ਚ ਆਪਣਾ ਵਪਾਰ ਕਰਦਾ ਜਾਂ ਪਾਲਣ ਪੋਸਣ ਕਰਦਾ ਹੈ ਇਹ ਇੱਕ ਜਮਾਤ ਆ ਗਈ ਹੈ ਜਿਹੜੇ ਰਾਜ ਰਾਜਨੀਤੀ ਦੇ ਰਹੀ ਆਪਣਾ ਵਪਾਰ ਕਰ ਰਹੇ ਨੇ ਔਰ ਰਾਜਨੀਤੀ ਦੇ ਰਾਈ ਵਪਾਰ ਇਹਨਾਂ ਦਾ ਤਾਂ ਚੱਲਦਾ ਹੈ ਬਹੁਤਾ ਚੱਲ ਜਾਂਦਾ ਹੈ ਉੱਪਰਲੀ ਸਾਰੇ ਜਮਾਤ ਇਹਨਾਂ ਨਾਲ ਹੋਵੇ ਚੰਗੇ ਇਹਨਾਂ ਨੂੰ ਫੰਕਸ਼ਨ ਦਵੇ ਸਭ ਕੁਝ ਦਵੇ ਉਸ ਜਮਾਨ ਨੂੰ ਨਾਲ ਰੱਖਣ ਵਾਸਤੇ ਇਹ ਇਹਨਾਂ ਦੇ ਆਪਣੇ ਜਿਹੜੇ ਉਹਨਾਂ ਦੇ ਹਿਤਪਾਲ ਨੇ ਜ਼ਰੂਰੀ ਨੇ ਉਹਨਾਂ ਦੇ ਆਪਣੇ ਹਿਤ ਵਣ ਗਏ ਇੱਕ ਮੰਤਰੀ ਹੈ ਜਿਹੋ ਦਾ ਨਿੱਜੀ ਸਕੂਲ ਹੈ ਜਾਂ ਉਹਦਾ ਨਿੱਜੀ ਕਾਲਜ ਹੈ ਹੁਣ ਤਾਂ ਯੂਨੀਵਰਸਿਟੀਆਂ ਵੀ ਹੋ ਗਈਆਂ ਨੇ ਜੇ ਉਹ ਕਿਉਂ ਜਾਏਗਾ ਪੰਜਾਬੀ ਮਾਧਿਅਮ ਵਿੱਚ ਪੰਜਾਬ ਵਿੱਚ ਪੜਾਈ ਹੋ ਜਾਏ ਕਿਉਂਕਿ ਜੇ ਪੰਜਾਬੀ ਮਾਧਿਅਮ ਵਿੱਚ ਪੜਾਈ ਹੋਏਗੀ ਤੇ ਨਿੱਜੀ ਸਕੂਲ ਦੀ ਕੋਈ ਫੀਸ ਨਹੀਂ ਬਹੁਤੀ ਦੇਗਾ ਕਿਸੇ ਨਿੱਜੀ ਕਾਲਜ ਦੇ ਵਿੱਚ ਜਾ ਕੇ ਬਹੁਤ ਉਜੜੇਗਾ ਨਹੀਂ ਕਿਸੇ ਨਿੱਜੀ ਯੂਨੀਵਰਸਿਟੀ ਜਾ ਕੇ ਬਹੁਤੀ ਫੀਸ ਕਿਉਂ ਦੇਗਾ ਕੋਈ ਉਹ ਸਸਤੇ ਪੰਜਾਬੀ ਮਾਧਿਮ ਵਾਲੇ ਸਕੂਲ ਕਾਲਜ ਯੂਨੀਵਰਸਿਟੀ ਸਰਕਾਰੀ ਜਾਏਗਾ ਤੇ ਪੜ੍ਹੇਗਾ ਔਰ ਉਹਨਾਂ ਦੇ ਸਾਰੇ ادارے ਬੰਦ ਹੋ ਜਾਣਗੇ ਨਿੱਜੀ ਵਾਲੇ ਤੇ ਹੁਣ ਤੇ ਕੋਈ ਮੰਤਰੀ ਵਿਰਲਾ ਹੀ ਹੈ ਜਿਸ ਦਾ ਮਤਲਬ ਕਾਲਜ ਜਾਂ ਸਕੂਲ ਹੈ ਨਹੀਂ ਤੇ ਇਸ ਕਰਕੇ ਆਪਣਾ ਵਪਾਰ ਹੈ ਉਹਨਾਂ ਦਾ ਵਪਾਰ ਤਾਂ ਚੱਲਦਾ ਜੀ ਅੰਗਰੇਜ਼ੀ ਮਾਧਿਮ ਉਹ ਨਹੀਂ ਆਗੂ ਨਹੀਂ ਉਹ ਵਪਾਰੀ ਜਾਰੀ ਨੇ ਇਸ ਕਰਕੇ ਇਸ ਭਾਸ਼ਾ ਨੂੰ ਆਪਣੀ ਪਿੱਛੇ ਸਭ ਕੁਝ ਵਪਾਰ ਸਿੱਖਿਆ ਵਪਾਰੀ ਕਰਨ ਵਾਲ ਪਾਸ਼ਾਵ ਪਾਰੇ ਕਰਨ ਵਲ ਪਾਸ਼ਾ ਬਹੁਤ ਵੱਡਾ ਵਪਾਰ ਹੋ ਗਿਆ ਕਿਉਂਕਿ ਸਿੱਖਿਆ ਵਪਾਰ ਹੋ ਗਿਆ ਔਰ ਇਹ ਜਿਹੜਾ ਸਿੱਖਿਆ ਦਾ ਵਪਾਰ ਹੈ ਅੰਗਰੇਜ਼ੀ ਵੱਧੇ ਵਾਲਾ ਹੈ ਅੰਗਰੇਜ਼ੀ ਮਾਧਿਅਮ ਬਗੈਰ ਚੱਲ ਹੀ ਨਹੀਂ ਸਕਦਾ ਮੈਂ ਕਹਿੰਦਾ ਇਹ ਇੱਕੋ ਲੱਤਾ ਹੈ ਅੰਗਰੇਜ਼ੀ ਮਾਧਿਮ ਜੇ ਤੋੜ ਦਿਓ ਤਾਂ ਫਿਰ ਚੱਲ ਹੀ ਨਹੀਂ ਸਕਦਾ ਤੋ ਇਸ ਕਰਕੇ ਅੰਗਰੇਜ਼ੀ ਮਾਧਿਮ ਰਾਹੀਂ ਸਿੱਖਿਆ ਦਾ ਵਪਾਰ ਹੁੰਦਾ ਔਰ ਅੰਗਰੇਜ਼ੀ ਮਾਧਿਮ ਨੂੰ ਚੱਲਦਾ ਰੱਖਣ ਵਾਸਤੇ ਚਾਰ ਚਫੇਰੇ ਹਰ ਥਾਂ ਤੇ ਅੰਗਰੇਜ਼ੀ ਦਾ ਗਲਬਾ ਕਾਇਮ ਕਰਨਾ ਜ਼ਰੂਰੀ ਹੈ ਦਫ਼ਤਰਾਂ ਦੇ ਕੰਮ ਅੰਗਰੇਜ਼ੀ ਚ ਹੋਣ ਇਮਤਿਹਾਨ ਆ ਹੁਣ ਬਿਜਲੀ ਦਫ਼ਤਰ ਦੇ ਇਮਤ ਨਹੀਂ ਹੋਏਗਾ ਆ ਹੁਣੇ CBSE ਨੇ ਕੇਂਦਰ ਸਰਕਾਰ ਨੇ ਕੱਢਿਆ ਹੈ 10ਵੀਂ ਦਾ ਨਤੀਜਾ ਨਿਕਲੇਗਾ ਤੇ 10ਵੀਂ ਦਾ ਨਤੀਜਾ ਕੱਢਣ ਲਈ ਅੰਗਰੇਜ਼ੀ ਦੇ ਜਿਹੜੇ ਉਹਨੇ ਆਪਣੇ ਅੰਕ ਨੇ ਉਹ ਗਿਣੇ ਜਾਣਗੇ ਹਿੰਦੀ ਦੇ ਅੰਕ ਗਿਣੇ ਜਾਣਗੇ ਨਾ ਪੰਜਾਬੀ ਦੇ ਅੰਕ ਗਿਣਿਆ ਜਾਏਗਾ ਨਾ ਤਮਿਲ ਦਾ ਗਿਣਿਆ ਜਾਏਗਾ ਤੇਲਗੋ ਦਾ ਗਿਣਿਆ ਜਾਏਗਾ ਜਦੋਂ ਨੀਤੀਆਂ ਇਹੋ ਜਿਹੀਆਂ ਹੋਣਗੀਆਂ ਤਾਂ ਕਿਉਂ ਲੋਕ ਆ ਲੋਕ ਤੇ ਸਮਝ ਗਏ ਮਾਰੇ ਜਾਵਾਂਗੇ ਜੇ ਅਸੀਂ ਅੰਗਰੇਜ਼ੀ ਵਿੱਚ ਨਹੀਂ ਪੱਜਾਂਗੇ ਨਹੀਂ ਸੂਬਾ ਸਰਕਾਰਾਂ ਦੀ ਅਧਿਕਾਰ ਵੱਖਰੀ ਨਹੀਂ ਉਹ ਆਪਣੇ ਹਿਸਾਬ ਨਾਲ ਵੀ ਕਰ ਸਕਦੇ ਨੇ ਕਿ ਆਪਣੀ ਸੂਬਾ ਸਰਕਾਰਾਂ ਵੀ ਇਹ ਨੀਤੀ ਕੋਈ ਅਧਿਕਾਰ ਹੀ ਹੁਣ ਤਾਂ ਪਹਿਲੀ ਗੱਲ ਤਾਂ ਸੁਭਾ ਸਰਕਾਰਾਂ ਕੋਲ ਕੋਈ ਅਧਿਕਾਰ ਹੀ ਨਹੀਂ ਰਹਿ ਗਏ ਕੋਈ ਅਧਿਕਾਰ ਨਹੀਂ ਰਹਿ ਗਿਆ ਜਿਹੜੇ ਹਿੱਸਾ ਜਿਹੜੇ 52 ਦੇ ਸਾਡੇ ਸੰਵਿਧਾਨ ਨੇ ਸੁਭਾ ਸਰਕਾਰਾਂ ਨੂੰ ਅਧਿਕਾਰ ਦਿੱਤੇ ਉਹ ਸਾਰੇ ਖੋਲੇ ਗਏ ਨੇ ਮਿਸਾਲ ਲਈ ਸਿੱਖਿਆ ਜਿਹੜੀ ਸੀ ਇਹ ਰਾਜ ਦੀ ਸੂਚੀ ਸੀ ਸਿੱਖਿਆ ਬਾਰੇ ਕੇਂਦਰ ਸਰਸੰਗੀ ਸਰਕਾਰ ਜਿਹੜੀ ਯੂਨੀਅਨ ਗਵਰਨਮੈਂਟ ਸੀ ਕੋਈ ਕਾਨੂੰਨ ਨਹੀਂ ਸੀ ਬਣਾ ਸਕਦੀ ਹੁਣ ਜ ਜਿਹਨੂੰ ਜਿਹੜਾ 75 76 ਦੇ ਵਿੱਚ ਉਹਨੂੰ ਸਾਂਝੀ ਸੂਚੀ ਚ ਪਾ ਕੇ ਹੁਣ ਸਾਰੇ ਕਾਨੂੰਨ ਜਿਹੜੇ ਕੇਂਦਰ ਸਰਕਾਰ ਬੰਡਾਰੀ ਹੈ ਸੀਬੀਐਸਸੀ ਜਿਹੜਾ ਹੈ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਇਤੋਂ ਵੱਡਾ ਦੇਸ਼ ਤ੍ਰੋਹੀ ادارਾ ਕੋਈ ਹੋ ਨਹੀਂ ਸਕਦਾ ਔਰ ਭਾਰਤ ਦੀ ਸਿੱਖਿਆ ਨੂੰ CBSE ਜਿਹੜਾ ਉਹ ਕਾਬੂ ਕੀਤਾ ਹੋਇਆ ਨੇ ਕੰਟਰੋਲ ਕਰ ਰਿਹਾ ਮੈਂ ਕਿਉਂ ਕਿਹਾ ਮੇਰੀ ਜ਼ਿੰਮੇਵਾਰੀ ਨਾਲ ਮੈਂ ਕਹਿ ਰਿਹਾ ਦੇਸ਼ ਤ੍ਰੋਹੀ ਤੇ ਦੇਸ਼ ਦਾ ਨੁਕਸਾਨ ਕਰਨ ਵਾਲਾ ادارਾ ਕਿਉਂਕਿ CBSE ਇੱਕ ਐਸਾ ادارਾ ਹੈ ਜਿਸ ਨੇ ਸਾਰੀ ਮਾਤ ਪਾਸ਼ਾ ਦੀ ਸਿੱਖਿਆ ਦੀ ਤਬਾਹੀ ਕਰ ਦਿੱਤੀ ਹੈ ਔਰ ਮਾਤ ਪਾਸ਼ਾ ਦੀ ਸਿੱਖਿਆ ਦੀ ਤਬਾਹੀ ਹੋਣ ਨਾਲ ਭਾਰਤ ਦੀ ਤਬਾਈ ਹੋਈ ਹੋਈ ਜਾਂਦੀ ਹੈ ਔਰ ਹੋਰ ਹੋ ਰਹੀ ਹੈ ਜਿਸ ਦੇਸ਼ ਦੀ ਸਿੱਖਿਆ ਦੀ ਤਬਾਈ ਹੋ ਗਈ ਉਹ ਦੇਸ਼ ਬਚ ਨਹੀਂ ਸਕਦਾ ਅੱਜ ਦੇ ਜਮਾਨੇ ਚ ਬਚ ਨਹੀਂ ਸਕਦਾ ਹੁਣ ਸਾਬ ਲਾਲ ਜੇ 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 ਤੁਸੀਂ ਅੰਗਰੇਜ਼ੀ ਚ ਪੜਦੇ ਹੋ ਬ੍ਰਿਟਿਸ਼ ਕਾਉਂਸਲ ਆਂਦੀ ਹੈ ਜਿਦਾ ਮੈਂ ਸ਼ੁਰੂ ਚ ਜ਼ਿਕਰ ਕੀਤਾ ਬ੍ਰਿਟਿਸ਼ ਕਾਉਂਸਲ ਆਂਦੀ ਹੈ ਵੀ ਜੇ ਤੁਸੀਂ ਅੰਗਰੇਜ਼ੀ ਮਾਧਿਅਮ ਚ ਭਾਰਤੀਆਂ ਪੰਜਾਬ ਦੇ ਬੱਚਿਆਂ ਨੂੰ ਪੜਾਉਗੇ 6 ਤੋਂ 8 ਸਾਲ ਲੱਗਣਗੇ ਕਿ ਉਹਨਾਂ ਨੂੰ ਮਾੜੀ ਮਾੜੀ ਭਾਸ਼ਾ ਦੀ ਸਮਝ ਆਵੇਗੀ ਫਿਰ ਉਹ ਆਪਣੀਆਂ ਉਹਨਾਂ ਕਿਤਾਬਾਂ ਕਿਤੂਬਾਂ ਨੂੰ ਥੋੜਾ ਬਹੁਤ ਆਪਣੇ ਅਧਿਆਪਕ ਦੀ ਗੱਲਬਾਤ ਨੂੰ ਸਮਝਣਗੇ ਹੁਣ ਜੇ ਬਾਕੀ ਗੱਲਾਂ ਛੱ ਕੀ ਹੁੰਦਾ ਜਿਸ ਬੱਚੇ ਦੇ 6 ਤੋਂ 8 ਸਾਲ ਅੱਜ ਦੇ ਜਮਾਨੇ ਦੇ ਵਿੱਚ ਗਵਾਚ ਗਏ ਔਰ 6 ਤੋਂ 8 ਸਾਲ ਚ ਵਾਪੇ ਉਜੜ ਜਾਂਦੇ ਨੇ ਨਿੱਜੀ ਸਕੂਲਾਂ ਦੀਆਂ ਪੰਡਾਂ ਦੀਆਂ ਪੰਡਾਂ ਫੇਸਾਂ ਦੇ ਕੋ ਉਜੜ ਜਾਂਦੇ ਨੇ ਜਿਸ ਦੇਸ਼ ਦਾ ਬੱਚਾ ਬਾਕੀ ਦੁਨੀਆ ਦੇ ਬੱਚਿਆਂ ਨਾਲੋਂ 8 ਸਾਲ ਪਿੱਛੇ ਹੋ ਗਿਆ ਉਹ ਉਹ ਕਿਵੇਂ ਰਲ ਲਏਗਾ ਦੁਨੀਆ ਦੇ ਨਾਲ ਉਹ ਕਿੱਡਾ ਵੱਡਾ ਵਿਗਿਆਨਿਕ ਬਣ ਲਏਗਾ ਕਿੱਡਾ ਵੱਡਾ ਇੰਜੀਨੀਅਰ ਬਣ ਲਏਗਾ ਔਰ ਨਾਲੇ ਵੀ ਆਂਦੇ ਨੇ ਕਿ ਉੱਚੀਆਂ ਜਮਾਤਾਂ ਚ ਜਾ ਕੇ ਉਹ ਕਦੇ ਵੀ ਇੰਨੀ ਅੰਗਰੇਜ਼ੀ ਉਹਨੂੰ ਨਹੀਂ ਆਏਗੀ ਓਕੇ ਉਹ ਸਾਰੀ ਆਪਣੀ ਜਿਹੜੀ ਉੱਚੀਆਂ ਜਮਾਤਾਂ ਚ ਜਾ ਕੇ ਪੜਾਈ ਨੂੰ ਸਮਝ ਸਕੇ ਇਹ ਤਾਂ ਬ੍ਰਿਟਿਸ਼ ਕਾਉਂਸਲ ਕਹਿੰਦੀ ਹੈ ਤੇ ਜੇ ਪੜਾਈ ਉਹਨੇ ਉੱਚੀਆਂ ਜਮਾਤਾਂ ਦੇ ਵਿੱਚ ਸਮਝੀ ਨਹੀਂ ਸਕਣੀ ਤਾਂ ਉਹ ਕਿੱਡਾ ਕੋਈ ਵਿਗਿਆਨੀ ਦੇ ਇੰਜੀਨੀਅਰ ਬਣੇਗਾ ਉਹ ਨਤੀਜਾ ਤੁਹਾਡੇ ਸਾਹਮਣੇ ਨਤੀਜਾ ਆਏ ਹੋਏ ਕਿ ਮੇਰੇ ਘਰ ਚ ਤੇ ਮੇਰਾ ਬਣਿਆ ਸਮਾਨ ਕੋਈ ਆਇਆ ਨਹੀਂ ਹੁਣ ਤੇ ਅਸੀਂ ਆਪਣੇ ਜਿਹੜੇ ਗੁਰਪੂਰ ਬਣੇ ਆਪਣੇ ਜਨਮ ਦਿਨ ਨੇ ਰਾਮਨੋਮੀ ਹੈ ਸ਼ਿਵਰਾਤਰੀ ਇਹ ਸਭ ਕੁਝ ਦਿਵਾਲੀ ਦਸਹਿਰਾ ਜਦੋਂ ਮਨਾਣੇ ਆ ਤੇ ਫੁੱਲ ਚੜੀਆਂ ਪਟਾਕੇ ਇੱਥੋਂ ਤੱਕ ਕਿ ਮੂਰਤੀਆਂ ਜਿਹੜੀਆਂ ਨੇ ਉਹ ਇਸ ਚੀਨ ਤੋਂ ਬਣ ਕੇ ਆਉਂਦੀਆਂ ਨੇ ਆਰੇ ਮੇਰੇ ਬੋਝ ਪੈਣ ਪਿਆ ਵੀ ਚੀਨ ਦਾ ਹੋਣਾ ਆ ਤੁਹਾਡੇ ਵਾਲਾ ਵੀ ਚੀਨ ਦਾ ਖਰਾਬੀ ਭਾਸ਼ਾ ਚ ਗੱਲ ਕਰਦੇ ਆਪਦੀ ਭਾਸ਼ਾ ਚ ਇੱਕ ਹੀ ਸਾਰੀ ਪੜਾਈ ਉਹਦੀ ਜਿਹੜੀ ਹੈ ਉਹ ਜਿਹੜੀ ਆਪਣੀ ਭਾਸ਼ਾ ਚ ਕਰਾਉਂਦਾ ਔਰ ਅੰਗਰੇਜ਼ੀ ਉਹ ਸਿਖਦਾ ਕਿਉਂਕਿ ਉਹਨੂੰ ਦੁਨੀਆਂ ਨਾਲ ਵਪਾਰ ਕਰਨਾ ਹੈ ਇਨਾ ਪਾਰ ਕਰਨਾ ਕਿ ਇਸ ਟਾਈਮ ਸਭ ਤੋਂ ਵੱਧ ਜੋ ਸਮਾਨ ਉਹ ਚੀਨ ਦਾ ਵੇਖਦਾ ਪਿਆ ਦੁਨੀਆ ਦੇ ਉੱਤੇ ਪਰ ਅੰਗਰੇਜ਼ੀ ਆਪਣੀ ਪੜ੍ਹਾਈ ਅੰਗਰੇਜ਼ੀ ਚ ਚੀਨ ਆਪਣੀ ਪੜ੍ਹ ਅੰਗਰੇਜ਼ੀ ਚ ਨਹੀਂ ਕਰਾਂਦਾ ਅੰਗਰੇਜ਼ੀ ਸਿੱਖਦਾ ਕਿੰਨੀ ਅੰਗਰੇਜ਼ੀ ਸਿੱਖਦਾ ਚੌਥੀ ਜਮਾਤ ਤੋਂ ਸ਼ੁਰੂ ਕਰਦਾ ਉਹ ਵੀ ਸਕੂਲ ਦੀ ਮਰਜ਼ੀ ਹੈ ਚੌਥੀ ਜਮਾਤ ਤੋਂ ਇੱਕ ਵਿਸ਼ੇ ਵਜੋਂ ਅੰਗਰੇਜ਼ੀ ਪੜਾਉਣੀ ਉਹ ਸਕੂਲ ਦੀ ਮਰਜ਼ੀ ਹੈ ਜੇ ਸਕੂਲ ਸਮਝੇ ਸਾਡੇ ਬੱਚਿਆਂ ਨੇ ਆਲੀ ਮਾਂ ਬੋਲੀ ਦਾ ਉਹ ਪੱਦਰ ਹਾਸਲ ਨਹੀਂ ਕੀਤਾ ਕਿ ਇਹਨਾਂ ਨੂੰ ਅਸੀਂ ਦੂਜੀ ਭਾਸ਼ਾ ਪੜਾ ਦਈਏ ਤਾਂ ਸਕੂਲ ਉਹ ਨੂੰ ਲੇਟ ਵੀ ਕਰ ਸਕਦਾ ਹੈ ਔਰ ਬਹੁਤੇ ਮੁਲਕ ਇਸ ਤੋਂ ਵੀ ਦੇਰ ਨਾਲ ਕਰਦੇ ਨੇ ਕੈਨੇਡਾ 12ਵੀਂ 12ਵੇਂ ਸਾਲ ਉਹ ਬੱਚੇ ਦੀ 12ਵੇਂ ਸਾਲ ਦੀ ਉਮਰ ਤੋਂ ਦੂਜੀ ਭਾਸ਼ਾ ਪੜਾਉਣੀ ਸ਼ੁਰੂ ਕਰਦਾ ਹੈ ਉਹ ਜਿਹੜਾ ਕਿਊਬਕ ਪ੍ਰਾਂਤ ਕੈਨੇਡਾ ਦਾ ਉੱਥੇ ਫਰੈਂਚ ਵਿੱਚ ਪੜਾਈ ਹੁੰਦੀ ਹੈ ਫ੍ਰਾਂਸੀਸੀ ਵਿੱਚ ਲੇਕਿਨ ਅੰਗਰੇਜ਼ੀ ਉਹ 12ਵੀਂ ਤੋਂ ਸਿੱਖਣੀ ਸ਼ੁਰੂ ਕਰਦੇ ਨੇ ਦੂਜੀ ਭਾਸ਼ਾ ਕੋਈ ਵੀ ਤਾਂ ਚੀਨ ਕਿੰਨੀ ਅ ਉਹ ਚੌਥੀ ਤੋਂ ਸ਼ੁਰੂ ਕਰਦੇ ਨੇ ਉਹ ਵੀ ਜ਼ਰੂਰੀ ਨਹੀਂ ਔਰ ਹਫਤੇ ਦੇ ਵਿੱਚ 40-40 ਮਿੰਟ ਦੇ ਤਿੰਨ ਪੇੜ ਤਿੰਨ ਘਟੀਆਂ ਲਾਉਂਦੇ ਨੇ ਇੱਕ ਹਫਤੇ 'ਚ 120 ਮਿੰਟ ਅੰਗਰੇਜ਼ੀ ਚ ਇੰਨੀ ਬੱਚੇ ਪੜ੍ਹਦੇ ਨੇ ਜਿਹੜੇ ਅੰਗਰੇਜ਼ੀ ਪੜ੍ਹਦੇ ਨੇ ਜ਼ਰੂਰੀ ਨਹੀਂ ਸਾਰੇ ਵਿੱਚ ਚੌਥੀ ਤੋਂ ਅੰਗਰੇਜ਼ੀ ਪੜ੍ਹਦੇ ਨੇ ਉਹ ਫ੍ਰਾਂਸੀਸੀ ਵੀ ਪੜ੍ਹਦੇ ਨੇ ਜਰਮਨ ਵੀ ਪੜ੍ਹਦੇ ਦੂਜੀਆਂ ਭਾਸ਼ਾਵਾਂ ਪੜ੍ਹਦੇ ਨੇ ਇਸ ਕਰਕੇ ਆਪਾਂ ਅੱਖਾਂ ਮਿੱਟੀਆਂ ਹੋਈਆਂ ਨੇ ਕੰਨ ਅਸੀਂ ਬੰਦ ਕੀਤੇ ਹੋਏ ਨੇ ਬਾਕੀ ਦੁਨੀਆ ਕਾਮਯਾਬ ਦੁਨੀਆ ਕੀ ਕਰ ਰਹੀ ਹੈ ਇਹ ਨਾ ਕੋਈ ਸੁਣਨ ਨੂੰ ਤਿਆਰ ਹੈ ਨਾ ਕੋਈ ਵੇਖਣ ਨੂੰ ਤਿਆਰ ਹੈ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਦੇ ਹਿੱਤ ਨੇ ਜੇ ਆਪ ਪਹਿਲਾਂ ਤਾਂ ਜਾਨੀ ਕਿ 6ਵੀਂ ਤੋਂ ਬਾਅਦ ਇੰਗਲਿਸ਼ ਲੱਗਦੀ ਹੁੰਦੀ ਸੀ ਹੁਣ ਤਾਂ ਸਟਾਰਟਿੰਗ ਤੋਂ ਵੀ ਜਿਹੜੀ ਨੀਤੀ ਨਵੀਂ ਆ ਗਈ ਹੈ ਇਹ ਜਾਨੀ ਫਿਰ ਨਿਗਰਵਲ ਜਾ ਰਹੇ ਹਾਂ ਸੀ ਨਿਗਰਵਲ ਜਾ ਰਹੇ ਆ ਨਿਗਰਵਲ ਜਾ ਰਹੇ ਆ ਔਰ ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਕਹਿੰਨਾ ਕਿ ਜਿਹੜੀ 6ਵੀਂ ਤੋਂ ਅੰਗਰੇਜ਼ੀ ਪੜ੍ਹਦੇ ਸਨ ਉਹਨਾਂ ਦੀ ਅੰਗਰੇਜ਼ੀ ਆ ਅੰਗਰੇਜ਼ੀ ਮਾਧਿਅਮ ਵਾਲਿਆਂ ਨਾਲ ਕਿਦਰੇ ਬਿਹਤਰ ਹੈ ਔਰ ਇਹ ਅਗਰੇਜ਼ੀ ਮਾਧਿਅਮ ਨੇ ਇੱਕ ਨਵਾਂ ਸੰਕਟ ਪੈਦਾ ਕੀਤਾ ਹੈ ਕਿ ਚੰਗੀ ਅਗਰੇਜ਼ੀ ਜਨਰਲ ਵਾਲੇ ਬੰਦੇ ਕੋ ਨਹੀਂ ਕਿਉਂਕਿ ਚੰਗੀ ਅਗਰੇਜ਼ੀ ਆ ਹੀ ਨਹੀਂ ਸਕਦੀ ਜੇ ਅੰਗਰੇਜ਼ੀ ਤੁਹਾਡੀ ਵਿਦੇਸ਼ੀ ਭਾਸ਼ਾ ਤੁਹਾਡੇ ਲਈ ਔਰ ਤੁਸੀਂ ਉਹਦੇ ਮਾਧਿਅਮ ਚ ਪੜਦੇ ਹੋ ਤੇ ਇਸ ਕਰਕੇ ਤੁਸੀਂ ਤੁਸੀਂ ਜਨਸੰਚਾਰ ਵਾਲੇ ਮੀਡੀਆ ਵਾਲੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਅਖਬਾਰਾਂ ਵਾਲਿਆਂ ਸੰਪਾਦਕਾਂ ਤੋਂ ਜਾ ਕੇ ਪੁੱਛੋ ਟੈਲੀਵਿਜ਼ਨ ਦੇ ਜਿਹੜੇ ਵੱਡੇ ਚੈਨਲ ਨੇ ਉਹਨਾਂ ਜਾ ਕੇ ਪੁੱਛੋ ਵੀ ਜਿਹੜੇ ਬੰਦੇ ਤੋਂ ਅਗਰੇਜ਼ੀ ਮਾਧਿਅਮ ਤੁਹਾਡੇ ਕੋਲ ਆ ਰਹੇ ਨੇ ਕਿ ਇਹਨਾਂ ਦੀ ਅਗਰੇਜ਼ੀ ਤੋਂ ਤੁਹਾਨੂੰ ਹਸਤ ਤੁਸ਼ਤੀ ਹੈ ਉਹ ਹਾਲ ਹਾਲ ਕਰਦੇ ਨੇ ਇਹਨਾਂ ਨਾਲੋਂ ਜਿਹੜੇ ਪਹਿਲੇ ਪ ਉਹਨਾਂ ਦੀ ਅੰਗਰੇਜ਼ੀ ਕਿਤੇ ਮਜ਼ਬੂਤ ਸੀ ਫਿਰ ਹੁਣ ਕਿਵੇਂ ਹੋਣਾ ਚਾਹੀਦਾ ਕੀ ਕਿਸ ਤਰ੍ਹਾਂ ਦੇ ਸੁਧਾਰ ਹੋਣੇ ਚਾਹੀਦੇ ਥੋੜੇ ਸੋ ਦੇਖੋ ਦੋ ਤਰੀਕੇ ਹੋ ਸਕਦੇ ਨੇ ਜੀ ਪਹਿਲੀ ਗੱਲ ਤਾਂ ਸੱਚ ਨੂੰ ਜਾਣੀਏ ਆਪਾਂ ਆਪਾਂ ਇਹ ਨਾ ਕਰੀਏ ਜੋ ਡਾਕਟਰ ਜੋਗਾ ਸੇ ਕਹਿੰਦਾ ਹੈ ਜਾਂ ਜਰਜਿੰਦਰ ਸੇ ਕਹਿੰਦੇ ਨੇ ਜਾਂ ਕੋ ਮੰਤਰੀ ਕਹਿੰਦਾ ਜਾਂ ਫਲਾਣਾ ਕਹਿੰਦਾ ਟਿੰਗਾ ਆਪਾਂ ਸੱਚ ਨੂੰ ਜਾਣੀਏ ਸੱਚ ਹੈ ਵੇ ਕਿ ਸਾਰੀ ਦੁਨੀਆ ਦੀ ਖੋਜ ਇਹ ਕਹਿੰਦੀ ਹੈ ਕਿ ਵਿਦੇਸ਼ੀ ਭਾਸ਼ਾ ਵਿੱਚ ਚੰਗੀ ਤਾਂ ਹੋਗੇ ਜੇ ਮਾਤ ਭਾਸ਼ਾ ਮਾਧਿਅਮ ਚ ਪੜੋਗੇ ਸਿੱਖਿਆ ਤਾਂ ਕਾਮਯਾਬ ਹੋਏਗੀ ਜੇ ਸਿੱਖਿਆ ਮਾਤ ਭਾਸ਼ਾ ਮਾਧਿਅਮ ਸਿੱਖਿਆ ਲਵਾਂਗੇ ਔਰ ਸਾਰੀ ਕਾਮਯਾਬ ਦੁਨੀਆ ਕਰ ਰਹੀ ਹੈ ਪਹਿਲਾਂ ਤਾਂ ਸੱਚ ਨੂੰ ਜਾਣੀਏ ਫਿਰ ਉਸ ਜਾਣ ਕੇ ਆਪਣੀਆਂ ਨੀਤੀਆਂ ਬਣਾਈਏ ਉਹਨਾਂ ਨੀਤੀਆਂ ਨੂੰ ਲਾਗੂ ਕਰੀਏ ਇਹਦਾ ਇੱਕੋ ਹੀ ਤਰੀਕਾ ਹੈ ਜਾਂ ਤਾਂ ਸਰਕਾਰ ਹੀ ਇਹਨਾਂ ਸਮਝ ਜਾਏ ਵੇਖੋ ਕਮਾਲ ਦੀ ਗੱਲ ਹੈ ਵੇ ਕਿ ਆਜ਼ਾਦੀ ਤੋਂ ਬਾਅਦ ਵੀ ਜਿੰਨੇ ਆ ਕਮਿਸ਼ਨ ਕਮੇਟੀਆਂ ਜਿੰਨੇ ਅਯੋਗ ਜਿੰਨੀਆਂ ਸੰਮਤੀਆਂ ਬਣੀਆਂ ਨੇ ਹੁਣ ਆ 220 ਵਾਲੀ ਜਿਹੜੀ ਜਿਹਨੂੰ ਰਾਸ਼ਟਰੀ ਸਿੱਖਿਆ ਨੀਤੀ ਕਿਹਾ ਗਿਆ ਮੈਂ ਤੈਨੂੰ ਰਾਸ਼ਟਰ ਵਿਰੋਧੀ ਸਿੱਖਿਆ ਨੀਤੀ ਕਹਿਣਾ ਕਿਉਂਕਿ ਪਹਿਲਾਂ ਤੇ ਪਹਿਲੀ ਤਾਂ ਅੰਗਰੇਜ਼ੀ ਸੀ ਇਹ ਨਵੀਂ ਜਿਹੜੀ ਸਿੱਖਿਆ ਦਿੱਤੀ ਆਈਏ ਕਹਿੰਦੇ ਚੌਥੇ ਸਾਲ ਤੋਂ ਬੱਚੇ ਸਕੂਲ ਆਉਂਦੇ ਪਹਿਲੇ ਦਿਨ ਤੋਂ ਅੰਗਰੇਜ਼ੀ ਪੜਾਓ ਤੋਂ ਇਹਦੇ ਵਿੱਚ ਵੀ ਹੁਣ ਜੇ ਲਿਖਿਆ ਨਵੀਂ ਸਿੱਖਿਆ ਨੀਤੀ ਵੀ ਸਪੋਰਟ ਕਰਦੀ ਪਰ ਇਹ ਵੀ ਫਿਰ ਵੀ ਉਹਦੇ ਵਿੱਚ ਘੱਟੋ ਘਾਟ ਇਹ ਨਾ ਕਿਹਾ ਗਿਆ ਮਾਤ ਭਾਸ਼ਾ ਮਾਧਿਅਮ ਚ ਪੜਾਓ ਔਰ ਇਹ ਪਿਛਲੇ 70 ਸਾਲ ਤੋਂ ਆਜ਼ਾਦੀ ਤੋਂ 47 ਤੋਂ ਬਾਅਦ ਅਸੀਂ ਹਰ ਇੱਕ ਯੋਗ ਹਰ ਇੱਕ ਸੰਪਤੀ ਨੇ ਇਹ ਕਿਹਾ ਆ ਕਿ ਭਾਈ ਮਾਤ ਭਾਸ਼ਾ ਮਾਧਿਮ ਸੂਲ ਦੀ ਸਿੱਖਿਆ ਹੋਣੀ ਚਾਹੀਦੀ ਹੈ ਉਹ ਜਾਂ ਤੇ ਉਹ ਜਿਹੜੇ ਸੰਪਤੀਆਂ ਤੇ ਯੋਗ ਨੇ ਸਾਰੇ ਉਹਨਾਂ ਨੂੰ ਪਾਗਲ ਕਰਾਰ ਦੇ ਦਿੱਤੀ ਆਪਾਂ ਉਹ ਤਾਂ ਦੁਨੀਆਂ ਦੇ ਵੱਡੇ ਵੱਡੇ ਵਿਦਵਾਨ ਨੇ ਸਾਰੇ ਯੋਗ ਤੇ ਸਰਸੰਤੀਆਂ ਵਾਲੇ ਆਪਾਂ ਤਾਂ ਨੀ ਮੰਨਦੇ ਨੀ ਕਰਦੇ ਕਰਦੇ ਕਿ ਦੀਆਂ ਜਿਹੜਾ ਆਪਣਾ ਜਿਹੜਾ ਹੈ ਜੀ ਜਿਨਨੇ ਸਕੂਲ ਚਲਾ ਰਹੇ ਨੇ ਨਿੱਜੀ ਹੁਣ ਤਾਂ ਸਾਡੇ ਵੱਡੇ ਕਾਰਪੋਰੇਟ ਜਗਤ ਜਿਹੜਾ ਆ ਰਿਹਾ ਹੈ ਸਕੂਲਾਂ ਚ ਹੁੰਦਾ ਪਿਆ ਅਮਾਨੇ ਡਾਨੀ ਸਾਰੇ ਦੇਸ਼ ਦੇ ਸਕੂਲਾਂ ਤੇ ਵੀ ਕਬਜ਼ਾ ਕਰਨਗੇ ਤੇ ਉਹ ਤਾਂ ਦੇ ਸਕੂਲ ਤਾਂ ਚੱਲਣਗੇ ਨਿੱਜੀ ਅਗਰੇਜੀ ਮਾਧਿਮ ਹੋਣਗੇ ਇਸ ਕਰਕੇ ਸੱਚ ਨੂੰ ਜਾਣੀਏ ਸੱਚ ਦਾ ਪ੍ਰਸਾਰ ਕਰੀਏ ਔਰ ਚੰਗੀ ਗੱਲ ਹੈ ਸਰਕਾਰ ਭਾਰਤ ਨੂੰ ਜੇ ਬਚਾਣਾ ਹੈ ਤਾਂ ਸਰਕਾਰ ਖੋਦ ਨੀਤੀਆਂ ਜੋ ਸਿਆਣਿਆਂ ਦੇ ਨੇ ਜੋ ਕਾਮਯਾਬ ਦੁਨੀਆਂ ਕਰ ਰਹੀ ਹੈ ਉਹ ਲਾਗੂ ਕਰੇ ਨਹੀਂ ਤੇ ਲੋਕ ਇਸ ਗੱਲ ਨੂੰ ਸਮਝਣ ਔਰ ਸਰਕਾਰ ਨੂੰ ਮਜਬੂਰ ਕਰਨ ਪਈ ਜਿਹੜੀਆਂ ਆ ਨੀਤੀਆਂ ਠੀਕ ਨਹੀਂ ਇਹਦੇ ਸਾਡਾ ਨੁਕਸਾਨ ਹੋ ਰਿਹਾ ਪਰਦਾ ਨੁਕਸਾਨ ਹੋ ਰਿਹਾ ਗਰੀਬ ਦਾ ਨੁਕਸਾਨ ਹੋ ਰਿਹਾ ਸਭ ਦਾ ਨੁਕਸਾਨ ਹੋ ਰਿਹਾ ਇਸ ਕਰਕੇ ਜੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਆਪਣੀ ਸਿੱਖਿਆ ਠੀਕ ਕਰੀਏ ਔਰ ਸਿੱਖਿਆ ਠੀਕ ਨਹੀਂ ਹੋ ਸਕਦੀ ਜਿੰਨਾ ਚਿਰ ਆਪਾਂ ਬੱਚੇ ਨੂੰ ਉਹਦੀ ਮਾਂ ਬੋਲੀ 'ਚ ਨਹੀਂ ਪੜਾਉਂਦੇ ਸਾਨੂੰ ਵਿਦੇਸ਼ੀ ਭਾਸ਼ਾ ਵੀ ਨਹੀਂ ਚੰਗੀ ਆ ਸਕਦੀ ਜਿੰਨਾ ਚਿਰ ਅਸੀਂ ਮਾਂ ਬੋਲੀ ਮਾਧਿਅਮ 'ਚ ਨਹੀਂ ਆਂਦੇ ਇਹ ਤੇ ਮੈਂ ਤੁਹਾਨੂੰ ਦੱਸਿਆ ਕਿ ਬ੍ਰਿਟਿਸ਼ ਕਾਉਂਸਲ ਜੀ ਦਾ ਹਾਈਲੈਟਸ ਦੇਮ ਧਿਆਨ ਲੈਂਦੀ ਹੈ ਜਿਸ ਦਾ ਚੰਡੀਗੜ੍ਹ ਦਫ਼ਤਰ ਉਹ ਕਹਿੰਦੀ ਹੈ ਇੱਕ ਬੜਾ ਵੱਡਾ ਇੱਕ ਸਵਾਲ ਖੜਾ ਹੋਇ ਕਿ ਦਫ਼ਤਰਾਂ ਦੇ ਵਿੱਚ ਜਦੋਂ ਕੋਈ ਆਪਦੀ ਮਾਤਰ ਭਾਸ਼ਾ ਚ ਭੇਜਦਾ ਤੇ ਉਹਦਾ ਜਵਾਬ ਇੰਗਲਿਸ਼ ਚ ਆ ਜਾਂਦਾ ਪਤਾ ਹੀ ਨਹੀਂ ਚੱਲਦਾ ਕੀ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ ਮੈਂ ਪੰਜਾਬੀ ਚ ਲਿਖ ਕੇ ਕੈਨੇਡਾ ਚਿੱਠੀ ਭੇਜਾਂ ਪਹਿਲੀ ਗੱਲ ਤਾਂ ਮੈਨੂੰ ਉਸੇ ਵਕਤ ਜਵਾਬ ਆ ਜਾਏਗਾ ਜਿਹੜਾ ਕੰਪਿਊਟਰ ਹੀ ਜਵਾਬ ਦੇ ਦੇਗਾ ਵੀ ਤੁਹਾਡੀ ਚਿੱਠੀ ਮਿਲ ਗਈ ਹੈ ਤੇ ਅਸੀਂ ਵਿਚਾਰਾਂਗੇ ਤੁਹਾਡਾ ਫਿਰ ਗੱਲ ਕਰਾਂਗੇ ਉਹਨਾਂ ਦੇ ਵੀ 2 3 4 ਦਿਨਾਂ ਦੇ ਅੰਦਰ ਅੰਦਰ ਫਿਰ ਉਹਨਾਂ ਦਾ ਜਵਾਬ ਆ ਜਾਏਗਾ ਭਾਰਤ ਦੇ ਵਿੱਚ ਤੁਸੀਂ ਕਿਸੇ ਦਫ਼ਤਰ ਨੂੰ ਚਿੱਠੀ ਲਿਖ ਦਿਓ ਤੁਸੀਂ ਮਰ ਜਾਓਗੇ ਜਵਾਬ ਨਹੀਂ ਆਏਗਾ ਔਰ ਕੰਪਿਊਟਰ ਦਾ ਜਿਹੜਾ ਆਟੋਮੈਟਿਕ ਆਪੜਿਆ ਕੰਪਿਊਟਰ ਜਵਾਬ ਦੇ ਦਿੰਦਾ ਵੀ ਤੁਹਾਡੀ ਮੇਲ ਮਿਲ ਗਈ ਨਾ ਉਹ ਵੀ ਨਹੀਂ ਕੀਤਾ ਹੋਇਆ ਵੀ ਬੰਦੇ ਨਾ ਹੌਸਲਾ ਤੋਂ ਹੋਵੇ ਜੋ ਡਾਕ ਮਿਲ ਗਈ ਹੈ ਪਹਿਲੀ ਗੱਲ ਤੇ ਕਿ ਪੰਜਾਬੀ ਚ ਮੈਂ ਚਿੱਠੀ ਲਿਖਾਂ ਅਮਰੀਕਾ ਨੂੰ ਕੈਨੇਡਾ ਨੂੰ ਲਿਖਾਂ ਇੰਗਲੈਂਡ ਨੂੰ ਲਿਖਾਂ ਮੇਰੀ ਚਿੱਠੀ ਦਾ ਜਵਾਬ ਆਏਗਾ ਛੇਤੀ ਆਏਗਾ ਔਰ ਪੰਜਾਬੀ ਚ ਜਵਾਬ ਆਏਗਾ ਤੁਹਾਡੀ ਭਾਸ਼ਾ ਚ ਮੇਰੀ ਭਾਸ਼ਾ ਜਵਾਬ ਆਏ ਤੇ ਜੇ ਮੈਂ ਆਪਣੇ ਦੇਸ਼ ਨੂੰ ਚਿੱਠੀ ਲਿਖਾਂ ਤੇ ਮੈਨੂੰ ਜਵਾਬ ਹੀ ਨਹੀਂ ਆਉਣਾ ਭਾਸ਼ਾ ਇਧਰ ਆਉਣਾ ਦੂਰ ਦੀ ਗੱਲ ਹੈ ਚੱਡੀਗੜ੍ਹ ਦੀ ਆਪਾਂ ਜੀ ਗੱਲ ਕਰੀਏ 2001 ਤੋਂ ਲੈ ਕੇ ਜਨਿਕ ਪ੍ਰਸ਼ ਇਹ ਇਹ ਵੀ ਕੀਤਾ ਗਿਆ ਕਿ ਸਾਰਾ ਜਿਸ ਪੱਤਰ ਚ ਜਿਸ ਵਿਹਾਰ ਚ ਜੜੀ ਤੁਹਾਡੇ ਜਵਾਬ ਕੁਐਸਚਨ ਆਉਂਦਾ ਉਸੇ ਉਸੇ ਪੱਤਰ ਵਿੱਚ ਉਸੇ ਭਾਸ਼ਾ ਵਿੱਚ ਕੀਤਾ ਜਾਵੇ ਪਰ ਨਹੀਂ ਹੋ ਰਿਹਾ 2001 ਤੋਂ ਕਈ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਪਰ ਇੱਕ ਮੈਂ ਕੁਝ ਦੋ ਨਾਮ ਵਿਸ਼ੇਸ਼ ਲਵਾਗਾ ਪੰਡਿਤ ਧਰੇਨਵਰ ਹਾਂਜੀ ਉਹ ਚੰਗਾ ਕੰਮ ਕਰ ਰਹੇ ਨੇ ਇੱਕ ਬਲਜੀਤ ਸਿੰਘ ਖਾਲਸਾ ਲੱਗੇ ਹੋਏ ਨੇ ਉਹ ਉਹਨਾਂ ਦੇਖੋ ਆਪ ਦੇ ਆਪ ਦੇ ਤਰੀਕੇ ਨੇ ਆ ਤਰੀਕੇ ਠੀਕ ਹੈ ਵਧੀਆ ਨੇ ਤੇ ਉਹਨਾਂ ਨੇ ਇਹਨਾਂ ਨੇ ਤਾਂ ਜਾਨੀ ਕਿ ਜਿਹੜੇ ਬੋਰਡਾਂ ਤੇ ਵੀ ਪੋਚਾ ਮਾਰਨਾ ਸ਼ੁਰੂ ਕਰ ਦਿੱਤਾ ਸੀਗਾ ਤੇ ਫਿਰ ਕੁਦਰਤ ਕੋ ਜਾਨੀ ਹੋਰ ਤਾਂ ਕਿਤੇ ਸਫਲ ਹੋਏ ਨਾ ਹੁਣ ਪਰ ਬੋਰਡਾਂ ਤੇ ਪੰਜਾਬੀ ਦਾ ਹਿੱਸਾ ਜ਼ਰੂਰ ਹੈ ਦੇਖੋ ਕੁਝ ਨਾ ਇੱਕ ਆਦਤ ਜੀ ਵੀ ਐਕਸਿਸਟ ਬਣਿਆ ਹੋਇਆ ਪ੍ਰਚਲਨ ਵੀ ਕਿ ਕੋਈ ਮਾਰਕਾ ਬਾਜੀ ਵਾਲੀਆਂ ਜਿਹੜੇ ਕੰਮ ਹੁੰਦੇ ਨੇ ਨਾ ਉਹਨਾਂ ਨੂੰ ਉਹ ਅਖਬਾਰਾਂ ਖਬਰਾਂ ਵੀ ਸਾਰਾ ਜ਼ਿਆਦਾ ਚੁੱਕ ਦਿਆ ਨੇ ਤੁਸੀਂ ਮੈਂ ਦੱਸ ਚੰਡੀਗੜ੍ਹ ਪੰਜਾਬੀ ਮੰਚ ਹੈ ਜਿੰਨਾ ਕੰਮ ਉਹ ਨਾ ਪੰਜਾਬੇ ਵਾਸਤੇ ਕਰ ਰਿਹਾ ਹੈ ਜੀ ਉਹਨੂੰ ਉਸ ਢੰਗ ਨਾਲ ਪ੍ਰਚਾਰਿਆ ਜਾਂਦਾ ਹੈ 93 ਸਾਹਿਬ ਦੀ ਮਹਿਜਤ ਕਰਨਾ ਮੇਰੀ ਤੇ ਆਪਣੀ ਕਿਤਾਬ ਕੰਨੜ ਦੇ ਵਿੱਚ ਨਵਾਦ ਹੋਈ ਹੋਈ ਹੈ ਮਾਂ ਬੋਲੀ ਬਾਰੇ ਜਿਹੜੀ ਮੈਂ ਲਿਖੀ ਹੋਈ ਹੈ ਤਾਂ ਇਸ ਕਰਕੇ ਇਹ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਲੱਗੇ ਹੋਏ ਨੇ ਬਹੁਤ ਲੋਕ ਲੱਗੇ ਹੋਏ ਨੇ ਪਰ ਜਿਵੇਂ ਮੈਂ ਤੁਹਾਨੂੰ ਜੋਇੰਟਲੀ ਨਹੀਂ ਕਰ ਰਹੇ ਜੀ ਨਹੀਂ ਨਹੀਂ ਉਹਨੇ ਵੱਖਰੇ ਵੱਖਰੇ ਹੋ ਜਾਂਦੇ ਜੁਆਇਟਲੀ ਕਰਦੇ ਲੋੜ ਕੀ ਹੈ ਜੀ ਭਾਰਤ ਸਰਕਾਰ ਦੇ ਮੰਤਰੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਨੂੰ ਭਾਸ਼ਾ ਮੰਤਰੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਿੱਖਿਆ ਕਿਹੜੀ ਭਾਸ਼ਾ ਵਿੱਚ ਠੀਕ ਦਿੱਤੀ ਜਾਂਦੀ ਹੈ ਕਿਸੇ ਨੂੰ ਕਰਨ ਦੀ ਲੋੜ ਕਿਉਂ ਪਵੇ ਮੈਂ 10000 ਚਿੱਠੀ ਪਿਛਲੇ 4-5 ਸਾਲਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸਿੱਖਿਆ ਮੰਤਰੀਆਂ ਨੂੰ ਸਿੱਖਿਆ ਦੇ ਵਾਈਸ ਚਾਂਸਰਾਂ ਨੂੰ ਯੂਨੀਵਰਸਿਟੀਆਂ ਵਾਲਿਆਂ ਨੂੰ ਸਿੱਖਿਆ ਨਾਲ ਸੰਬੰਧਿਤ ਜਿਹੜੇ ਅਫਸਰ ਨੇ ਉਹਨਾਂ ਨੂੰ ਲਿਖ ਚੁੱਕਾ ਹਾਂ ਕੋਈ ਇੱਕ ਅੱਦੇ ਦਾ ਮਾੜਾ-ਮੋਟਾ ਜਵਾਬ ਆਉਂਦਾ ਹੈ ਔਰ ਉਹਦੇ 'ਚ ਮੈਂ ਦੱਸਣਾ ਭਾਈ ਬ੍ਰਿਟਿਸ਼ ਕੌਸਲਾਣ ਦੀ ਅੰਗਰੇਜ਼ੀ ਸਿਖੰਦਾ ਹੈ ਤਰੀਕਾ ਕਿਸੇ ਨੂੰ ਆ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਸਮਝੇ ਕਿ ਸਹੀ ਕੀ ਹੈ ਤੇ ਗਲਤ ਕੀ ਹੈ। ਤੇ ਜੇ ਸਰਕਾਰ ਦੇ ਉਹ ਧਾਰੀ ਹੋਏ ਗਲਤੀ ਕਰਨਾ ਹੈ ਕੋਈ ਕਿੰਨਾ ਮਰਜਾ ਰੋਲਾ ਪਾ ਜਾ ਆ ਪਟਿਆਲੇ ਹੋਣੀ ਪਿੱਛੇ ਜੀ ਪਟਿਆਲੇ ਦਾ ਸਵਾਗਤ ਗੇਟ ਵੈਲਕਮ ਟੂ ਪਟਿਆਲਾ ਅੰਗਰੇਜ਼ੀ ਚ ਲਾ ਦਿੱਤਾ ਮੈਂ ਡੀਸੀ ਸਾਹਿਬ ਨੂੰ ਚਿੱਠੀ ਲਿਖੀ ਮੈਂ ਥੋੜੀ ਤਲਖ ਵੀ ਲਿਖੀ ਮੈਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਕਿਹੜਾ ਕਾਨੂੰਨ ਆ ਦਾ ਵੇ ਪਟਿਆਲੇ ਦਾ ਸਵਾਗਤ ਗੇਟ ਅੰਗਰੇਜ਼ੀ ਚ ਲੱਗੇਗਾ ਕੱਲੀ ਅੰਗਰੇਜ਼ੀ ਚ ਲੱਗਾ ਤੇ ਪੰਜਾਬੀ ਚ ਨਹੀਂ ਲੱਗੇਗਾ ਮੈਂ ਭਾਰਤ ਦੇ ਸਾਰੇ ਕਾਨੂੰਨਾਂ ਦੇ ਨੇ ਕਿ ਜਿਸ ਰਾਜ ਦੇ ਵਿੱਚ ਕੋਈ ਵੀ ਫੱਟਾ ਲੱਗਾ ਹੋਇਆ ਹੈ ਉੱਤੇ ਉਸ ਥਾਂ ਦੀ ਭਾਸ਼ਾ ਹੋਵੇ ਉਸ ਰਾਜ ਦੀ ਭਾਸ਼ਾ ਹੋਵੇ ਉਸ ਤੋਂ ਬਾਅਦ ਹਿੰਦੀ ਹੋਵੇ ਔ ਕਰਕੇ ਸਿਰਫ ਅੰਗਰੇਜ਼ੀ ਦੇ ਵਿੱਚ ਉਹ ਲੱਖਾਂ ਰੁਪਿਆ ਉਹ ਤੇ ਖਰਚ ਹੋਇਆ ਫਿਰ ਮੈਂ ਚਿੱਠੀ ਲਿਖੀ ਫਿਰ ਮੈਂ ਅੰਗਰੇਜ਼ੀ ਸਿੱਖਣ ਦੀ ਜਾਇਜ਼ ਤੇ ਸਿੱਖ ਲਓ ਸਾਰੇ ਡੀਸੀਸੀਸੀ ਤੁਸੀਂ ਬ੍ਰਿਟਿਸ਼ ਕਾਜ਼ਲਾਨ ਦੀ ਹੁਣ ਉਹ ਫੱਟੇ ਨੂੰ ਸਵਾਗਤੀ ਗੇਟ ਨੂੰ ਚੁੱਕ ਕੇ ਤੇ ਹੁਣ ਪੰਜਾਬੀ ਵਿੱਚ ਕੀਤਾ ਤੇ ਹਿਸਾਬ ਲਾ ਮੇਰਾ ਕਿੰਨਾ ਟਾਈਮ ਗਿਆ ਜਿੱਦਣ ਮੈਂ ਰਿਟਾਇਰ ਹੋਇਆ 1 ਲੱਖ 30 ਹਜ਼ਾਰ ਮੇਰੀ ਮੇਰੀ ਤਨਖਾਹ ਸੀ ਇੱਕ ਬੰਦੇ ਦੇ ਅੱਧਾ ਦਿਨ ਲਾਇਆ ਚਿੱਠੀ ਤਿਆਰ ਕਰਦੇ ਅੱਧਾ ਦਿਨ ਮੇਰਾ ਖਰਾਬ ਘਰ ਦਾ ਖਰਾਬ ਹੋ ਗਿਆ ਕਿ ਨਹੀਂ ਇੱਕ ਬੰਦੇ ਦਾ ਜਦੀ ਇੰਨੇ ਕੀਮਤੀ ਟਾਈਮ ਹੈ ਔਰ ਫਿਰ ਉਹ ਲੱਖਾਂ ਦਾ ਗੇਟ ਲਾਇਆ ਉਹਨੂੰ ਪੱਟ ਕੇ ਭਰਾ ਸਟ ਕਿੰਨਾ ਉਧਰ ਬੰਦੇ ਲੱਗੇ ਕਿੰਨਾ ਸਾਡਾ ਟਾਈਮ ਲੱਗਾ ਇਸ ਕਰਕੇ ਕਿਸੇ ਨੂੰ ਆਖਣ ਦੀ ਲੋੜ ਨਹੀਂ ਪੈਣੀ ਚਾਹੀਦੀ ਸਰਕਾਰ ਸੱਚੀ ਰੋਡ ਪੈਂਦੀ ਹੈ ਜੀ ਜਿਹੜੇ ਆਪਣੇ ਬੋਰਡ ਲੱਗਨੇ ਰੋੜਾਂ ਤੇ ਪਿੱਛੇ ਜਿਹੇ ਮਿਹਨਤ ਵੀ ਚੱਲੀ ਸੀ ਪੋਚਾ ਮਾਰ ਮਿਹਨਤ ਚੱਲੀ ਸੀ ਪਹਿਲਾਂ ਚੰਡੀਗੜ੍ਹ 'ਚ ਫਿਰ ਪੰਜਾਬ 'ਚ ਵੀ ਚੱਲੀ ਪਰ ਹਜੇ ਉਵੇਂ ਦਾ ਉਵੇਂ ਹੀ ਹੈ ਜਿਵੇਂ ਤੁਹਾਨੂੰ ਦੱਸਿਆ ਕਿ ਬੋਰਡ ਉਸ ਤਰ੍ਹਾਂ ਲੱਗਦੇ ਨਹੀਂ ਇਹ ਇਹ ਜਿਹੜਾ ਪ੍ਰਸ਼ਾਸਨ ਨੂੰ ਤਾਂ ਸਰਕਾਰ ਨੇ ਚਲਾਉਣਾ ਹੁੰਦਾ ਨਾ ਜੀ ਸਰਕਾਰ ਲੋਕਾਂ ਨੇ ਚੁਣਨੀ ਹੁੰਦੀ ਹੈ ਜੇ ਕਿਤੇ ਨਾ ਆਪੇ ਗਲਤ ਤਾਂ ਨਹੀਂ ਚੁਣ ਰਹੇ ਕਿਤੇ ਬੰਦੇ ਆ ਚਲੋ ਇਹ ਹੁਣ ਟੈਡਾ ਸਵਾਲ ਆਵੇ ਗਲ ਚੋਣ ਨੇ ਠੀਕ ਚੋਣ ਨੇ ਨਹੀਂ ਫਿਰ ਤੁਸੀਂ ਅਖਰ ਲੋਕਾਂ ਦੇ ਵਿੱਚ ਜ਼ਿੰਮੇਵਾਰੀ ਤਾਂ ਹੈ ਹੀ ਉਹ ਵੀ ਕਰਨੀ ਜਦੋਂ ਲੋਕ ਸਰਕਾਰ ਚੋਣ ਰਹੇ ਨੇ ਪਾ ਰਹੇ ਨੇ ਉਹਨਾਂ ਨੂੰ ਪਤਾ ਸਰਕਾਰ ਸਾਡਾ ਨਹੀਂ ਪਾ ਰਹੇ ਤੇ ਲੋਕ ਜੇ ਚੋਣ ਰਹੇ ਨੇ ਗੁੰਮਰਾਹ ਕੇ ਚੋਣ ਰਹੇ ਨੇ ਤੇ ਜੇ ਬੰਦਾ ਗੁੰਮਰਾਹ ਹੋ ਜਾਂਦਾ ਤਾਂ ਫਿਰ ਬੰਦੇ ਦੀ ਜ਼ਿੰਮੇਵਾਰੀ ਹੈ ਹੈਨਾ ਜੇ ਵੇਖੋ ਮੈਂ ਲੋਕਾਂ ਨੂੰ ਵੀ ਸੋਚਣ ਦੀ ਲੋੜ ਸੋਚਣਾ ਚਾਹੀਦਾ ਹੈ ਸੋਚਣਾ ਚਾਹੀਦਾ ਮੈਂ ਕਹਿੰਨਾ ਹੈ ਕਿ ਤੁਸੀਂ ਕਿਸੇ ਬਾਰੇ ਨਾ ਸੋਚੋ ਲੋਕਾਂ ਬਾਰੇ ਨਾ ਸੋਚੋ ਕਿਸੇ ਹੋਰ ਪਾਸ਼ਾ ਬਾਰੇ ਨਾ ਸੋਚੋ ਸਭਿਆਚਾਰ ਬਾਰੇ ਨਾ ਸੋਚੋ ਤੁਸੀਂ ਇੱਕ ਗੱਲ ਸੋਚ ਲਓ ਭਾਰਤ ਨੂੰ ਬਚਾਣਾ ਕਿਵੇਂ ਹੈ ਜੇ ਸੱਚੀ ਮੁੱਚੀ ਅਸੀਂ ਸੋਚ ਲਈਏ ਭਾਰਤ ਨੂੰ ਬਚਾਣਾ ਕਿਵੇਂ ਵੇ ਔਰ ਅੱਜ ਹਰ ਇੱਕ ਨੂੰ ਪਤਾ ਕਿ ਦੇਸ਼ ਉਹ ਬਚੇਗਾ ਜੇ ਦੀ ਸਿੱਖਿਆ ਚੰਗੀ ਹੈ ਕਿਉਂਕਿ ਸਿੱਖਿਆ ਗਿਆਨ ਗਿਆਨ ਵਿਗਿਆਨ ਤਕਨੀਕ ਇੰਜੀਨੀਅਰ ਸਾਰੇ ਵੱਡੇ ਕਾਰੀਗਰ ਪੈਦਾ ਕਰੇਗੀ ਔਰ ਉਹਦੇ ਨਾਲ ਅਸੀਂ ਆਪਣਾ ਨਵਾਂ ਸਮਾਨ ਵਧੀਆ ਸਮਾਨ ਬਣਾਵਾਂਗੇ ਆ ਘਟੋ ਘਟਾ ਆਪਣੇ ਦੇਸ਼ ਤੇ ਆਪਣਾ ਵਰਤਾਂਗੇ ਤਾਂ ਬਚਾਂਗੇ ਇਸ ਕਰਕੇ ਜੇ ਭਾਰਤ ਨੂੰ ਬਚਾਣਾ ਆਪਾਂ ਸੋਚ ਲਈਏ ਸੱਚੀ ਮੁੱਚੀ ਭਾਰਤ ਨੂੰ ਬਚਾਣਾ ਹੈ ਔਰ ਭਾਰਤ ਕਿਵੇਂ ਬਚ ਸਕਦਾ ਹੈ ਔਰ ਸਿੱਖਿਆ ਕਿਵੇਂ ਬਚ ਸਕਦੀ ਹੈ ਤਾਂ ਅਸੀਂ ਆਪਣੇ ਆਪ ਹੀ ਇਹਨਾਂ ਨਤੀਜਿਆਂ ਤੇ ਪਹੁੰਚ ਜਾਵਾਂਗੇ ਤੁਸੀਂ ਜਾਨੀ ਕਿ ਆਪਾਂ ਕਹਿੰਦੇ ਕਿ ਵਿਸ਼ਵ ਤੇ ਦੂਸਰੀ ਭਾਸ਼ਾ ਦੇ ਨਾਤੇ ਬਣੀ ਹੋਈ ਪੰਜਾਬੀ ਯੂਨੀਵਰਸਿਟੀ ਹਿਬਰੋ ਤੋਂ ਬਾਅਦ ਆਪਣੇ ਕੋਈ ਵਿਸ਼ੇਸ਼ ਪ੍ਰੋਗਰਾਮ ਨਹੀਂ ਚਲਦੇ ਯੂਨੀਵਰਸਿਟੀ ਤੁਸੀਂ ਕਰਦੇ ਹੋ ਭਾਸ਼ਾ ਨੂੰ ਲੈ ਕੇ ਬਹੁਤ ਪ੍ਰੋਗਰਾਮ ਨੇ ਜੀ ਬਹੁਤ ਚੱਲਦੇ ਨੇ ਹਾਲੇ ਵੀ ਚੱਲਦੇ ਨੇ ਤੇ ਫਿਰ ਉਹਨਾਂ ਦਾ ਅਮਲ ਕਿੰਨਾ ਹੈ ਜਦੋਂ ਉਹਨਾਂ ਨੂੰ ਵਰਤਦਾ ਹੀ ਕੋਈ ਨਹੀਂ ਮੈਂ ਤੁਹਾਨੂੰ ਸ਼ੁਰੂ ਚ ਹੀ ਦੱਸਿਆ ਹੈ ਕਿ ਇਹਨੇ ਸਵਰਗ ਦੇ ਕੋਈ ਵਰਤਨ ਦੇ ਵਿੱਚ ਆਪਣੇ ਪ੍ਰਚਾਰ ਦੇ ਵਿੱਚ ਕਮੀ ਹੋ ਸਕਦੀ ਸਰ ਪੰਜਾਬੀ ਯੂਨੀਵਰਸਿਟੀ ਦਾ ਕੰਮ ਪ੍ਰਚਾਰ ਕਰਨਾ ਤਾਂ ਨਹੀਂ ਨਾ ਨਾ ਨਹੀਂ ਫਿਰ ਵੀ ਕਿਸ ਜਿਹੜਾ ਉਹ ਪ੍ਰੋਗਰਾਮ ਦੇਖਾ ਦੱਸੇ ਦੱਸੀ ਜੀ ਮੈਂ ਮੈਂ ਅੰਗਰੇਜ਼ੀ ਸਿੱਖਣੀ ਹੈ ਜੀ ਇਹ ਤਾਂ ਮੈਨੂੰ ਪਤਾ ਹੋਣਾ ਚਾਹੀਦਾ ਕਿ ਅੰਗਰੇਜ਼ੀ ਸਿੱਖਣ ਵਾਸਤੇ ਅੰਗਰੇਜ਼ੀ ਪੰਜਾਬੀ ਡਿਕਸ਼ਰੀ ਦਾ ਕੰਮ ਜੜ ਸ਼ਬਦ ਕੋਸ਼ ਦਾ ਕੰਮ ਆਏਗਾ ਜੇ ਮੈਨੂੰ ਇਹ ਨਹੀਂ ਪਤਾ ਤੇ ਪੰਜਾਬੀ ਯੂਨੀਵਰਸਿਟੀ ਦੱਸ ਸਕਦੇ ਹਨ ਮੈਂ ਸ਼ਬਦ ਕੋਸ਼ ਵਰਤੋ ਅਧਿਆਪਕ ਵੀ ਦੱਸ ਸਕਦਾ ਜੇ ਮੈਂ ਵਰਤਦਾ ਨਹੀਂ ਤਾਂ ਕੋਈ ਦਾ ਕੀ ਕਰੇਗਾ ਹਾਂਜੀ ਨਹੀਂ ਮਾਹੌਲ ਹੀ ਐਸਾ ਬਣੇ ਕਿ ਜਮਾਨੋ ਵਿੱਚ ਕਿਸੇ ਵਿਭਾਗ ਵਿੱਚ ਜਾਈਏ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵਿਭਾਗ ਕੀ ਕੰਮ ਕਰਦਾ ਹੈ ਤੁਹਾਡੀ ਗੱਲ ਇੱਕ ਤਰ੍ਹਾਂ ਨਾਲ ਮੱਤਵਪੂਰਨ ਹੈ ਕਿ ਠੀਕ ਹੈ ਮੈਂ ਤੁਹਾਡੀ ਗੱਲ ਮੰਨ ਵੀ ਲੈਣਾ ਕਿ ਪੰਜਾਬੀ ਯੂਨੀਵਰਸਿਟੀ ਦਾ ਕੰਮ ਵੀ ਹੋਣਾ ਚਾਹੀਦਾ ਹੈ ਕਿ ਪ੍ਰਚਾਰ ਪ੍ਰਸਾਰ ਕਰੇ ਵੀ ਅਸੀਂ ਕੀਤਾ ਕੀ ਹੈ ਮੈਂ ਨਵੇਂ ਵਿੱਚ ਸਾਹਿਬ ਨੂੰ ਇਹ ਗੱਲ ਪਹਿਲਾਂ ਕਹੀ ਸੀ ਕਿ ਬੜੀ ਲੋਡ ਹੈ ਕਿ ਸਭ ਤੋਂ ਪਹਿਲੇ ਕਿ ਪੰਜਾਬੀ ਯੂਨੀਵਰਸਿਟੀ ਨੇ ਕੀ ਕੀਤਾ ਇਹ ਦੱਸਿਆ ਜਾਏ ਔਰ ਪੰਜਾਬੀ ਚ ਪੰਜਾਬੀ ਕਿੰਨੀ ਮਹੱਤਵਪੂਰਨ ਹੈ ਇਹ ਦੱਸਿਆ ਜਾਏ ਦੂਜੀ ਗੱਲ ਇਹ ਹੈ ਕਿ ਜਿਹੜੀ ਪ੍ਰਚਾਰ ਪ੍ਰਸਾਰ ਦੀ ਗੱਲ ਹੈ ਸਵਾਲ ਇਹ ਹੈ ਕਿ ਪੰਜਾਬੀ ਠੀਕ ਹੈ ਵੀ ਇਹ ਵੀ ਪੰਜਾਬੀ ਮਾਤ ਪਾਸ਼ਾ ਕਿੰਨੀ ਮਹੱਤਵਪੂਰਨ ਹੈ ਇਹ ਕੰਮ ਵੀ ਪੰਜਾਬੀ ਯੂਨੀਵਰਸਿਟੀ ਨੂੰ ਜਾਂ ਹੋਰ ਪਾਸ਼ਾ ਨਾਲ ਸਮਝਦਾਰਿਆਂ ਨੂੰ ਕਰਨਾ ਚਾਹੀਦਾ ਹੈ ਪਰ ਜੋ ਨਹੀਂ ਹੋ ਰਿਹਾ ਤਾਂ ਕਿਉਂ ਨਹੀਂ ਹੋ ਰਿਹਾ ਉਹ ਇਸ ਕਰਕੇ ਨਹੀਂ ਹੋ ਰਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਜਿੰਨੇ ਵਾਈਸ ਚਾਂਸਲਰ ਆਏ ਨੇ ਇੱਕ ਦਿਨ ਮਾੜੇ ਮਾੜਾ ਛੱਡ ਕੇ ਜਿੰਨੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਖਾਸ ਤੌਰ ਤੇ ਜਿਹੜੇ ਵਿਗਿਆਨ ਪੜਾ ਰਹੇ ਨੇ ਥੋੜੇ ਦੋ ਚਾਰਾਂ ਛੱਡ ਕੇ ਉਹ ਤੇ ਉਹਨਾਂ ਦੇ ਆਪਣੇ ਦਿਮਾਗ ਹੀ ਬਣੇ ਹੋਏ ਨੇ ਕਿ ਅੰਗਰੇਜ਼ੀ ਬਿਰੇ ਗੁਜ਼ਾਰਾ ਨਹੀਂ ਜੇ ਸਾਡਾ ਪ੍ਰੋਫੈਸਰ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ ਪ੍ਰੋਫੈਸਰ ਯੂਨੀਵਰਸਿਟੀ ਦੇ ਪ੍ਰੋਫੈਸਰ ਚ ਇਹ ਦਿਮਾਗ ਤਾਂ ਬਹੁਤ ਮਾੜੀ ਗੱਲ ਹੈ ਸਰ ਤੇ ਤੁਸੀਂ ਜੇ ਜੇ ਮੇਰੀ ਗੱਲ ਤਾਂ ਝੂਠੀ ਲੱਗਦੀ ਹੈ ਤੇ ਸਾਡੇ ਸਾਰੇ ਪ੍ਰੋਫੈਸਰਾਂ ਦੇ ਘਰਾਂ ਦੇ ਜਾ ਕੇ ਲੇਖੋ ਸਾਹਮਣੇ ਨਾਂ ਕਾਦੇ ਜਿ ਲਿਖੇ ਹੋਏ ਨੇ ਅੰਗਰੇਜ਼ੀ ਚ ਲਿਖੇ ਨੇ ਪੰਜਾਬੀ ਚ ਲਿਖੇ ਹੋਏ ਨੇ ਜੇ ਪੰਜਾਬੀ ਵਿੱਚ ਤੇ ਪ੍ਰੋਫੈਸਰ ਦੇ ਘਰ ਦੇ ਨਾਂ ਜਿਹੜਾ ਨਾ ਬਾਹਰ ਹੋ ਉਹ ਅੰਗਰੇਜ਼ੀ ਚ ਲਿਖਿਆ ਹੋਇਆ ਹੈ ਤੇ ਇਹਦਾ ਮਤਲਬ ਹੈ ਕਿ ਭਾਸ਼ਾ ਬਾਰੇ ਤਾਂ ਬਿਲਕੁਲ ਉਹ ਗੁਮਰਾਹ ਹੈ ਉਹ ਭਾਸ਼ਾ ਬਾਰੇ ਉਹ ਬਿਲਕੁਲ ਜਿਹੜੀ ਉਹ ਖੁਦ ਹੀ ਗੁਮਰਾਹ ਗ ਉਹ ਥੋੜੇ ਜਿਹਾ ਛੱਡ ਕੇ ਦੋਚਾ ਉਹ ਮਜਬੂਰੀ ਦੇ ਵਿੱਚ ਕੋਈ ਨੀਤੀਆ ਰੱਖੀ ਨਹੀਂ ਬਿਚਾਰ ਇੱਕ ਸੱਚੀ ਗੱਲ ਤੁਸੀਂ ਬੜੀ ਕੀਤੀ ਕਿ ਮਿਆਰ ਦੀ ਵੀ ਗੱਲ ਆਉਂਦੀ ਹੈ ਜੇ ਕੋਈ ਪੰਜਾਬੀ ਭਾਸ਼ਾ ਦੀ ਗੱਲ ਕਰਦਾ ਜਾਂ ਹਿੰਦੀ ਦੀ ਗੱਲ ਕਰਦਾ ਤਾਂ ਉਹ ਉਹਦਾ ਮਿਆਰ ਥੋੜਾ ਮੰਨਿਆ ਜਾਂਦਾ ਸਟੇਟਸ ਦੇ ਲੈਵਲ ਤੇ ਵੀ ਆ ਗਈ ਹੈ ਭਾਸ਼ਾ ਇਹ ਇਦੋਂ ਵੱਡੀ ਮੂਰਖਤਾ ਕਿ ਹੋ ਸਕਦੀ ਹੈ ਇਸ ਕਰਕੇ ਮੈਂ ਚੰਡੀਗੜ੍ਹ ਦੇ ਸਬਾਰ ਲਿਖਿਆ ਹੁੰਦਾ ਲੋਕਾਂ ਦੇ ਵਿਨੇ ਦੇ ਸਿਟੀ ਬਿਊਟੀਫੁਲ ਤੇ ਮੈਂ ਚੰਡੀਗੜ੍ਹ ਜਦੋਂ ਹਣਾ ਇੱਕ ਗੱਲ ਮੈਂ ਜ਼ਰੂਰ ਹਣਾ ਵੀ ਇਦੋਂ ਬਦਸੂਰਤ ਸ਼ਹਿਰ ਦੁਨੀਆ ਦਾ ਹੈ ਕੋਈ ਨਹੀਂ ਉਸ ਸ਼ਹਿਰ ਤੋਂ ਬਦਸੂਰਤ ਸ਼ਹਿਰ ਕਿਹੜਾ ਹੋ ਸਕਦਾ ਜਿੰਨੇ ਆਪਣੀ ਆਪਣੀ ਭਾਸ਼ਾ ਛੱਡ ਦਿੱਤੀ ਹੋਈ ਹੈ ਆਪਣੀ ਜ਼ੁਬਾਨ ਛੱਡ ਦਿੱਤੀ ਹੋਈ ਹੈ ਔਰ ਉਸ ਸ਼ਹਿਰ ਦਾ ਕੁਝ ਨਹੀਂ ਬਣ ਸਕਦਾ ਜੇ ਭਾਰਤ ਗਰੀਬ ਹੈ ਜੇ ਭਾਰਤ ਦੁਨੀਆ ਤੋਂ ਪਿੱਛੇ ਹੈ ਤਾਂ ਗਰੀਬ ਤੇ ਗਰੀਬ ਹੈ ਹੀ ਉਹਨੂੰ ਤਾਂ ਮਾਰ ਪਏਗੀ ਹਰ ਇੱਕ ਨੂੰ ਮਾਰ ਪਏਗੀ ਤੇ ਜਿਹੜੀ ਭਾਰਤ ਦੀ ਅਮੀਰ ਖਾਂਦੀ ਪਿੰਦੀ ਜਮਾਤ ਹੈ ਨਾ ਇਹਨੂੰ ਵੀ ਸਾਰੀ ਦੁਨੀਆ ਤੋਂ ਛਿੱਤਰ ਪੈਣਗੇ ਸਾਡੇ ਚੰਡੀਗੜ੍ਹ ਦੇ ਪੰਜਾਬੀਆਂ ਦੀ ਜਾਂ ਪੰਜਾਬੀਆਂ ਦੀ ਜਾਂ ਭਾਰਤੀਆਂ ਦੀ ਦੁਨੀਆ ਦੇ ਵਿੱਚ ਆਦਰ ਸਤਕਾਰ ਕਿੰਨਾ ਕੋਈ ਸਾਡਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਇੰਨਾ ਕੋ ਸਾਡਾ ਮਾੜਾ ਮੋਟਾ ਅਧਰਸ਼ਕਾਰ ਇਸ ਕਰਕੇ ਵੇ ਸਾਰੀ ਦਵਾਈਆਂ ਦਾ ਸਮਾਨ ਖਰੀਦ ਕੇ ਤੇ ਆਪਾਂ ਖਾਣੇ ਆ ਔਰ ਉਹਨਾਂ ਨੂੰ ਲਾਲਚ ਕੇ ਆਪਣਾ ਸਮਾਨ ਵੇਚ ਲਈਏ ਇਹਨਾਂ ਨਾਲ ਨਾ ਵਗਾੜੀਏ ਵੈਸੇ ਜੇ ਤੁਹਾਨੂੰ ਜਾ ਕੇ ਬਾਹਰ ਵੇਖੋ ਕਿੰਨਾ ਅਧਰਸ਼ਕਾਰ ਚੱਲ ਰਿਹਾ ਹੈ ਹੈ ਕਿ ਆਪਣਾ ਵਿਭਾਗ ਪਾਸ਼ਾ ਵਿਭਾਗ ਵੀ ਹੈ ਜੀ ਹਾਂਜੀ ਉਹ ਵਿਸ਼ੇਸ਼ ਤੌਰ ਤੇ ਪਾਸ਼ਾ ਦੇ ਕੰਮ ਕਰਦਾ ਹੈ ਉਹਦੇ ਵੀ ਕੋਈ ਪ੍ਰੋਗਰਾਮ ਹੋਣੀ ਚਾਹੀਦੀ ਜਿਹੜੇ ਬਹੁਤ ਪ੍ਰੋਗਰਾਮ ਰਹੇ ਨੇ ਜੀ ਬਹੁਤ ਪ੍ਰੋਗਰਾਮ ਰਹੇ ਨੇ ਔਰ ਮੈਂ ਤੁਹਾਨੂੰ ਦੱਸਿਆ 36 ਵਿਸ਼ਿਆਂ ਦੀਆਂ ਤੇ ਉਹਨੇ ਤਕਨੀਕੀ ਸ਼ਬਦਾਵਲੀयां ਛਾਪੀਆਂ ਨੇ ਹੁਣ ਤੁਹਾਡੇ ਕੋਲ ਟਾਈਮ ਨਹੀਂ ਮੈਂ ਤਾਂ ਮੈਂ ਇੱਕ ਸੂਚੀ ਬਣਾ ਕੇ ਆਇਆ ਹਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲੇ ਨੇ ਪੰਜਾਬੀ ਚ ਕੀ ਕੋ ਛਾਪਿਆ ਔਰ ਪਾਸ਼ਾ ਵਗੈਰਾ ਜਿਹੜਾ ਆ ਬਰੀਫ ਤੁਸੀਂ ਦੱਸ ਦਿਓ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਬਰੀਫ ਪੰਜਾਬੀ ਯੂਨੀਵਰਸਿਟੀ ਨੇ ਲਗਭਗ 3000 ਕਿਤਾਬਾਂ ਛਾਪੀਆਂ ਨੇ ਅੱਛਾ ਜਿਹੜੀਆਂ ਬਹੁਤੀਆਂ ਪੰਜਾਬੀ ਚ ਨੇ ਭਾਸ਼ਾ ਵਾਕ ਪੰਜਾਬ ਨੇ 1300 ਕਿਤਾਬ ਛਾਪੀ ਹੈ ਜਿਹੜੀਆਂ ਬਹੁਤਿਆਂ ਪੰਜਾਬੀ ਚ ਨੇ ਔਰ ਉਹਦੇ ਵਿਸ਼ਿਆਂ ਦੇ ਕੋਸ਼ ਉਹਦੇ ਗਿਆਨ ਵਿਗਿਆਨ ਤਕਨੀਕ ਦੀਆਂ ਕਿਤਾਬਾਂ ਤਕਨੀਕੀ ਸ਼ਬਦਾਵਲੀਆਂ ਔਰ ਜੇ ਆਪਾਂ ਜਿਹੜੇ ਜੇ ਥੋੜਾ ਜਿਹਾ ਐਡ ਕਰਦੇ ਆ ਯਾਨੀ ਕਿ ਜਿਹੜੇ ਦਫਤਰੀ ਵਾਲੇ ਆਪਣੇ ਇੱਕੋ ਕਰਦੇ ਹੁੰਦੇ ਐ ਬਹਾਨਾ ਕਰਦੇ ਹੁੰਦੇ ਸਾਡੀ ਤਕਨੀਕੀ ਸ਼ਬਦਾਵਲੀ ਹੀ ਨਹੀਂ ਕਿ ਅਸੀਂ ਲਿਖਾਂਗੇ ਕਿ ਵੀ ਪੰਜਾਬੀ ਚ ਉਹ ਸਾਰੀਆਂ ਹੈਗੀਆਂ ਨੇ ਸਾਰਾ ਝੂਠ ਹੈ ਕੋਰਾ ਝੂਠ ਹੈ ਹਾਂਜੀ 1892 ਦੇ ਵਿੱਚ ਮਹਾਰਾਜਾ ਪਟਿਆਲਾ ਨੇ ਇੱਕ ਹੁਕਮ ਕੀਤਾ ਕਿ ਪੰਜਾਬੀ ਵਰਤੀ ਜਾਊਗੀ 1911 12 13 ਵਿੱਚ 3 ਸਾਲ ਉਹਨਾਂ ਨੇ ਤਿੰਨ ਜਿਹੜੇ ਆਦੇਸ਼ ਕੀਤੇ ਕਿ ਪੰਜਾਬੀ ਚ ਹੀ ਕੰਮ ਹੋਊਗਾ ਔਰ ਜਿਹੜਾ ਪੰਜਾਬੀ ਚ ਕੰਮ ਨਹੀਂ ਕਰੇਗਾ ਉਹਦੀ ਤਨਖਾਹ ਕੱਟੀ ਜਾਏਗੀ ਤੇ ਜੇ ਫਿਰ ਵੀ ਨਹੀਂ ਕਰੇਗਾ ਤਾਂ ਨੌਕਰੀ ਤੋਂ ਕੱਢ ਦਿੱਤਾ ਜਾਏਗਾ ਜੇ 1912 13 ਚ ਪੰਜਾਬੀ ਚ ਕੰਮ ਇੱਕ ਰਿਆਸਤ ਕਰਾ ਸਕਦੀ ਹੈ ਤੇ ਹੁਣ ਕੀ ਪੰਜਾਬੀ ਨੂੰ ਮਾਰ ਪੈ ਗਈ ਹੈ ਵੀ ਹੁਣ ਕੰਮ ਨਹੀਂ ਹੋ ਸਕਦਾ ਤੋ ਇਸ ਕਰਕੇ ਇਹ ਸਾਰਾ ਹੁਣ ਦੂਜੀ ਗੱਲ ਇਹ ਹੈ ਕਿ ਹੁਣ ਜਿੰਨੇ ਬੰਦੇ ਦਸਤਰਾ ਸ਼ਫਤਰਾ ਚ ਆ ਰਹੇ ਨੇ ਬਹੁਤ ਇਹ ਸਭ ਅੰਗਰੇਜ਼ੀ ਮਾਧਿਅਮ ਚ ਆ ਰਹੇ ਨੇ ਸਕੂਲਾਂ ਚ ਅਧਿਆਪਕ ਜਾ ਰਹੇ ਨੇ ਅੰਗਰੇਜ਼ੀ ਮਾਧਿਅਮ ਚ ਇਹਨਾਂ ਦਾ ਆਪਣਾ ਹਿੱਤ ਹੋ ਗਿਆ ਕਿ ਪੰਜਾਬੀ ਚ ਕੰਮ ਨਾ ਹੋਵੇ ਕਿਉਂਕਿ ਇਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਇਹਨਾਂ ਨੂੰ ਹੱਟ ਕੇ ਪੰਜਾਬੀ ਸਿੱਖਣੀ ਪਾਉਗੀ ਕੰਮ ਕਰਨ ਵਾਸਤੇ ਇਸ ਕਰਕੇ ਇਹਨਾਂ ਦਾ ਆਪਣਾ ਸਵਾਰਥ ਹੋ ਗਿਆ ਵੀ ਅੰਗਰੇਜ਼ੀ ਦਾ ਬੋਲਬਾਲਾ ਚੱਲੀ ਜਾਏ ਪੜਾਣਾ ਚੱਲੇ ਚੰਗਾ ਚੱਲੇ ਦੇਸ ਸਾਨੂੰ ਕੀ ਸਾਡਾ ਕੰਮ ਸੋਖ ਅੰਗਰੇਜ਼ੀ ਨਾਲ ਕਿਉਂਕਿ ਅਸੀਂ ਉਹਨਾਂ ਨੂੰ ਸੋਖੀ ਲੱਗਦੀ ਅੰਗਰੇਜ਼ੀ ਜਦ ਇਹ ਕਿ ਹ 51% ਪੰਜਾਬ ਦਾ ਬੱਚਾ ਇਸ ਟਾਈਮ ਅੰਗਰੇਜ਼ੀ ਮਾਧਿਅਮ ਚ ਪੜ ਰਿਹਾ ਹੈ ਜਿਹੜਾ ਬੱਚਾ ਪਹਿਲੇ ਸਾਲ ਤੋਂ ਅੰਗਰੇਜ਼ੀ ਮਾਧਿਅਮ ਚ ਪੜਦਾ ਇਹ ਢਾਈ ਸਾਲ ਤੋਂ ਅੰਗਰੇਜ਼ੀ ਪੜਦਾ ਹੋ ਮੈਂ ਵੇਖਦਾ ਆਪਣੀ ਗਲੀ ਦੇ ਵਿੱਚ ਸਾਰੇ ਆਪਣੇ ਬੱਚੇ ਨਾਲ ਕੋਸ਼ਿਸ਼ ਕਰਦੇ ਨੇ ਅੰਗਰੇਜ਼ੀ ਚ ਗੱਲ ਕੀਤੀ ਜਾਏ ਜੀ ਸਰ ਸਕੂਲਾਂ ਦੀ ਸਿੱਖਿਆ ਤੁਸੀਂ ਆਪ ਕੀ ਕਹਿੰਦੇ ਤੁਸੀਂ ਆਪ ਕੀ ਹੈ ਤੇ ਪੰਜਾਬੀ ਬਚੇਗੀ ਕਿਵੇਂ ਜਦੋਂ ਬੱਚੇ ਕਿ ਨਹੀਂ ਜਦੋਂ 51% ਦੇ ਜਿਹੜੇ ਨੇ ਘਰ ਚ ਵੀ ਅੰਗਰੇਜ਼ੀ ਬੋਲ ਬੋਲਣ ਦੀ ਕੋਸ਼ਿਸ਼ ਹੁੰਦੀ ਹੈ ਜਾਂ ਹਿੰਦੀ 2.5 ਸਾਲ ਤੋਂ ਇਹ ਜਾਣ ਲੱਗ ਜਾਂਦੇ ਨੇ ਆਂਗਣਵਾੜੀ ਤੇ ਉਰਲੇ ਪਰਲੇ ਚ ਅੱਗੇ ਜਾ ਕੇ ਐਲਕੇ ਜੀ ਯੂਕੇ ਜੀ ਸਾਰੇ ਅੰਗਰੇਜ਼ੀ ਪੜ੍ਹਦੇ ਨੇ ਫਿਰ ਸਾਰੀ ਅੰਗਰੇਜ਼ੀ ਬਾਅਦੇ ਪੜ੍ਹਦੇ ਨੇ ਇਹ ਪੰਜਾਬੀ ਕਿੱਧਰ ਹੋਏ ਇਹ ਪੰਜਾਬੀ ਰਹਿਣਗੇ ਹੀ ਨਹੀਂ ਭਾਸ਼ਾ ਦੇ ਪੱਖੋਂ ਅੰਗਰੇਜ਼ ਨੇ ਇਹਨਾਂ ਨੂੰ ਗਰੇ ਪੰਜਾਬੀ ਬੱਚੇ ਕਹਿਣਾ ਗਲਤ ਹੈ ਕਿਉਂਕਿ ਇਹਨਾਂ ਨੂੰ ਅੰਗਰੇਜ਼ੀ ਪੰਜਾਬੀ ਨਾਲ ਵੱਧ ਆਉਂਦੀ ਆਉਂਦੀ ਭਾਵੇਂ ਅੰਗਰੇਜ਼ੀ ਵੀ ਘਟਿਆ ਵੀ ਨਹੀਂ ਸਕਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਬ੍ਰਿਟਿਸ਼ ਕਾਉਂਸਲ ਕਿੰਦੀ ਨਹੀਂ ਆ ਸਕ ਤੋ ਇਸ ਕਰਕੇ ਇਹ ਹੋ ਜੇ ਅਸੀਂ ਬਹੁਤ ਹੀ ਇੱਕ ਦਲਦਲ ਦੇ ਵਿੱਚ ਫਸੇ ਹੋਏ ਆ ਜਿਹੜੇ ਸਵਾਰਥੀ ਹਿੱਤ ਨੇ ਜਿਹੜੇ ਸਿੱਖਿਆ ਜੋ ਪੈਸਾ ਕਮਾਣੇ ਚਾਹੁੰਦੇ ਨੇ ਉਹ ਅੰਗਰੇਜ਼ੀ ਬਾਧਮ ਰਹੀਂ ਕਮਾਇਆ ਜਾ ਸਕਦਾ ਹੈ ਅੰਗਰੇਜ਼ੀ ਰਾਈ ਪੈਸਾ ਕਮਾਣਾ ਚਾਹੁੰਦੇ ਨੇ ਉਹ ਸਾਰੇ ਦੇਸ਼ ਦੇ ਉੱਤੇ ਆਪਣਾ ਗਲਬਾ ਛੱਡਣਾ ਨਹੀਂ ਚਾਹੁੰਦੇ ਔਰ ਦੇਸ਼ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਇੰਗਲਿਸ਼ ਨੂੰ ਅਧਨੁਕਤ ਭਾਸ਼ਾ ਕਿਉਂ ਮੰਨਦੇ ਵਿਕਾਸ ਦੀ ਭਾਸ਼ਾ ਕੋਈ ਮੰਨਦੀ ਹੈਗੀ ਅੰਗਰੇਜ਼ੀ ਨੂੰ 5-400 ਸਾਲ ਪਹਿਲਾਂ ਗਵਾਰਾਂ ਦੀ ਭਾਸ਼ਾ ਕਿਹਾ ਜਾਂਦਾ ਸੀ ਔਰ ਅੰਗਰੇਜ਼ ਜਿਹੜੇ ਸੀ ਅੰਗਰੇਜ਼ ਜਾਂਦੇ ਸੀ ਜ્યાં ਫਰਾਂਸ ਜਾਂਦੇ ਸੀ ਪੈਰਿਸ ਫਰੈਂਚ ਭਾਸ਼ਾ ਸਿੱਖ ਕੇ ਸਿਆਣੇ ਲੱਗਣ ਲਈ ਜਾਂ ਜਾਂਦੇ ਸੀ ਰੋਮ ਇਟਾਲੀਅਨ ਸਿੱਖਣ ਇਤਾਲਵੀ ਭਾਸ਼ਾ ਸਿੱਖਣ ਸਿਆਣੇ ਲੱਗਣ ਲਈ ਇਹ ਅੰਗਰੇਜ਼ੀ ਭਾਸ਼ਾ ਇਨੀ ਤਕੜੀ ਕਿਵੇਂ ਹੋ ਗਈ ਜਿਨ੍ਹਾਂ ਨੇ ਗੁਆ ਔਰ ਅੰਗਰੇਜ਼ਾਂ ਦਾ ਪਹਿਲਾ ਕਵੀ 14ਵੀਂ ਸਦੀ ਚ ਸਾਡਾ ਪਹਿਲਾ ਕਵੀ ਬਾਬਾ ਫਰੀਦ ਹੈ ਔਰ ਪਗੰਬਰੀ ਕਵੀ ਹੈ 14ਵੀਂ ਦੀ ਕਵਤਾ ਦਾ ਬਾਬਾ ਫਰੀਦ ਦੀ ਕਵਤਾ ਨਾਲ ਕੀ ਮੁਕਾਬਲਾ ਹੋ ਸਕਦਾ ਹੈ 12ਵੀਂ ਸਦੀ ਚ ਪੰਜਾਬੀ ਨੇ ਹਿੰਦੀ ਨੇ ਸਾਡੀਆਂ ਸਾਰੀਆਂ ਪਛਾਣਾਂ ਨੇ ਤਮਲ ਵਰਗੀਆਂ ਪਛਾਣਾਂ 4-4000 ਸਾਲ ਪੁਰਾਣਾ ਜਿਹੜਾ ਸਹਿਤ ਹੈ ਜਿਹੜਾ ਜਿਹੜਾ ਅੰਗਰੇਜ਼ੀ ਚਾਲੀ 400 ਸਾਲ ਪਹਿਲਾਂ ਵੀ ਨਹੀਂ ਹੋਇਆ ਤੋਂ ਕਿਉਂਕਿ ਅੰਗਰੇਜ਼ੀ ਦਾ ਸਾਮਰਾਜ ਹੋ ਗਿਆ ਅੰਗਰੇਜ਼ੀ ਦੀ ਹਰਥਾ ਦੇ ਵਰਤੋਂ ਲੱਗੀ ਉਹਨੇ ਆਪਣੀ ਭਾਸ਼ਾ ਬਣਾਈ ਸਾਮਰਾਜ ਦੂਜਿਆਂ ਦੇਸ਼ਾਂ ਦੇ ਉੱਤੇ ਆਪਣਾ ਗਲਬਾ ਕਾਇਮ ਨਹੀਂ ਰੱਖ ਸਕਦਾ ਜਿੰਨਾ ਚੌੜ ਤੇ ਦਿਮਾਗੀ ਤੌਰ ਤੇ ਤੁਹਾਨੂੰ ਗੁਲਾਮ ਨਹੀਂ ਕਰਦਾ ਦਿਮਾਗੀ ਤੌਰ ਤੇ ਗੁਲਾਮ ਹੋਏ ਕਰਦਾ ਤੁਹਾਡਾ ਸੱਭਿਆਚਾਰ ਮਾੜਾ ਕਾਡੀ ਪਾਸ਼ਾ ਮਾੜੀ ਤੁਸੀਂ ਪਛੜੇ ਹੋਏ ਲੋਗ ਤੁਸੀਂ ਉਹ ਤੇ ਆਂਦੇ ਨੇ ਵੀ ਜੂ ਉੱਚੀ ਹੱਸੋ ਤੇ ਤਾਂ ਵੀ ਬੰਦਾ ਪਛੜਿਆ ਮੈਂ ਇੰਗਲੈਂਡ ਚ ਰਹਿ ਤਿੰਨ ਚਾਰ ਸਾਲ ਮੈਂ ਪੀਆਰਡੀਓਸੋ ਕਰਕੇ ਆਇਆ ਹਾਂ ਤਾਂ ਮੈਂ ਉਹਨਾਂ ਨਾਲ ਹੱਸਦਾ ਹੁੰਦਾ ਵੀ ਤੁਸੀਂ ਤੇ ਖੁੱਲ ਕੇ ਹਸਣ ਵਾਲੇ ਨੂੰ ਪਛੜਾ ਮੰਨਦੇ ਹੋ ਤੁਹਾਨੂੰ ਅਕਲ ਹੈ ਕਿੱਥੇ ਹਾਂ ਅਕਲ ਤੇ ਤੁਹਾਨੂੰ ਸੁਕਾਈ ਅਰਬਾਂ ਨੇ ਅਰਬਾਂ ਨੇ ਆਪਣਾ ਗਿਆਨ ਵੀ ਤੁਹਾਨੂੰ ਦਿੱਤਾ ਤੇ ਅਰਬਾਂ ਨੇ ਭਾਰਤ ਦਾ ਸਾਰਾ ਗਿਆਨ ਜੋ ਸੰਸਕ੍ਰਿਤ ਤੇ ਜੋਰ ਪਿਛਾਵਾ ਦੇ ਸੀ ਉਹ ਸਾਰਾ ਅਨਵਾਦ ਕਰਕੇ ਫਾਰਸੀ ਰਹੀਂ ਲਾਤੀਨੀ ਦੇ ਰਹੀਂ ਯੂਰਪ ਨੂੰ ਸਾਰਾ ਗਿਆਨ ਦਿੱਤਾ ਇਹ ਇਹ ਜਿਹੜੇ ਅੱਜ ਇਹਨਾਂ ਨੂੰ ਅੱਜ ਸਮਝ ਨਹੀਂ ਇਹਨਾਂ ਦਾ ਪਿੱਛਾ ਕੀਤਾ ਹੋਇਆ ਹੈ ਇਹਨਾਂ ਤੁਸੀਂ ਸੋਚ ਅੱਜ ਤੋਂ 500 ਸਾਲ ਪਹਿਲਾਂ ਵੇਖੋ ਭੁੱਖੇ ਮਰਦੇ ਸੀ 1947 ਦੇ ਵਿੱਚ 1 ਰੁਪਿਆ ਤੇ 1 ਡਾਲਰ ਬਰਾਬਰ ਸੜ ਜਿੱਦਾਂ ਅੰਗਰੇਜ਼ ਇੱਥੇ ਆਏ ਨੇ ਭਾਰਤ ਅੰਗਰੇਜ਼ ਇੰਗਲੈਂਡ ਨਾਲੋਂ ਕਿਦਰਾ ਅਮੀਰ ਮੁਲਕ ਸੀ ਤੁਸੀਂ ਪੜੋ ਨਾ ਮਕਾਲੇ ਨੇ ਆਪ ਲਿਖਿਆ ਕਹਿੰਦਾ ਇੱਥੇ ਪੁਕਾਰੀ ਦਿਸਦਾ ਹੀ ਕੋਈ ਨਹੀਂ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਹੈ ਕਿ ਇੰਗਲੈਂਡ 'ਚ ਪੁਕਾਰੀ ਹੈ ਸਨ ਹੈਨਾ ਜੇ ਇੱਥੇ ਪੁਕਾਰੀ ਨਹੀਂ ਦਿਸ ਰਿਹਾ ਕ ਅੰਗਰੇਜ਼ ਲਿਖ ਰਿਹਾ ਹੈ ਚਲੋ ਆਪਣੀ ਇੰਨੀ ਪੁਰਾਣੀ ਬਹੁਤ ਵਧੀਆ ਵਿਰਾਸਤ ਹੈ ਜਦੋਂ ਤੁਸੀਂ ਇਤਿਹਾਸ ਦੀ ਗੱਲ ਕਰਦੇ ਹੋ ਤਾਂ ਹੁਣ ਮੌਜੂਦਾ ਸਥਿਤੀ ਵਿੱਚ ਆਪਾਂ ਨੇ ਇੱਕ ਕੈਸੀਆਂ ਨੀਤੀਆਂ ਹੋਣੀਆਂ ਚਾਹੀਦੀਆਂ ਸਿੱਖਿਆ ਦੇ ਵਿੱਚ ਤੁਹਾਡੇ ਹਿਸਾਬ ਨਾਲ ਜਾਂ ਕਿਸ ਤਰ੍ਹਾਂ ਦੇ ਸੁਧਾਰ ਜਿਹੜੇ ਮੋٹے-ਮੋٹے ਹੋਣੇ ਚਾਹੀਦੇ ਜਿਸ ਕਰਕੇ ਆਪਾਂ ਇਸ ਵਾਰ ਚੱਲ ਸਕਦੇ ਹਾਂ ਪਾਸ਼ਾਬਾਹ ਮੇਰੇ ਹਿਸਾਬ ਨਾਲ ਕੁਝ ਨਹੀਂ ਹੋਣਾ ਚਾਹੀਦਾ ਸਿਆਣਿਆਂ ਦੇ ਹਿਸਾਬ ਨਾਲ ਹੋਣਾ ਚਾਹੀਦਾ ਕਿਵੇਂ ਅੰਗਰੇਜ਼ੀ ਸਿੱਖਣੀ ਹੈ ਆ ਚੰਡੀਗੜ੍ਹ 'ਚ ਬ੍ਰਿਟਿਸ਼ ਕਾਉਂਸਲ ਦਾ ਦਫ਼ਤਰ ਹੈ ਉਹਨੂੰ ਜਾ ਕੇ ਪੁੱਛੋ ਵੀ ਅੰਗਰੇਜ਼ੀ ਮਾਧਿਅਮ ਨਾਲ ਅੰਗਰੇਜ਼ੀ ਵੱਧ ਆਉਂਦੀ ਹੈ ਜਾਂ ਪੰਜਾਬੀ ਮਾਂ ਬੋਲੀ ਮਾਧਿਅਮ ਨਾਲ ਵੱਧ ਆਉਂਦੀ ਉਹਨਾਂ ਕੋਲ ਜੀ ਕਮੀ ਹੈ ਪੁੱਛੋ ਨਾ ਪ੍ਰਚਾਰ ਕਰ ਲੱਗੇ ਉਹਨੇ ਲੋਕ ਮੈਂ ਤਾਂ ਪਿਛਲੇ 20 ਸਾਲਾਂ ਤੋਂ ਇਸੇ ਕੰਮ ਸੀ ਲੱਗੀ ਹੋਈਆਂ ਜਿਹੜੇ ਆਪਣੇ ਵਿਸ਼ੇਸ਼ ਤੌਰ ਤੇ ਵਿਭਾਗ ਨਹੀਂ ਉਹਨਾਂ ਨੇ ਕਿਹਾ ਕਿ ਕਿਤਾਬਾਂ ਬਹੁਤ ਸ਼ਬਦਗੀਆਂ ਪਰ ਲੋਕਾਂ ਤੱਕ ਪਹੁੰਚ ਨਹੀਂ ਉਹਨਾਂ ਦੀ ਖਾਮੀ ਹੈ ਵੀ ਉਹ ਕਰ ਵੀ ਰਹੇ ਨੇ ਬੜਾ ਕੁਝ ਕੀਤਾ ਵੀ ਹੈ ਭਾਸ਼ਾ ਪਗ ਨੇ ਕੀਤਾ ਯੂਨੀਸਟ ਨੇ ਕੀਤਾ ਲੇਕਿਨ ਮਾਂ ਬੋਲੀ ਦਾ ਮਤਲਬ ਜਿਹੜਾ ਆ ਭਾਸ਼ਾ ਨੀਤੀ ਦਾ ਮਾਮਲਾ ਇਹ ਇੱਕ ਘੱਟ ਪ੍ਰਚਾਰ ਹੋਇਆ ਹੈ ਮੈਂ ਤੁਹਾਨੂੰ ਪਿਛਲੇ ਮੇਰੀ ਇੱਕ ਕਿਤਾਬ 20 ਪੰਨਿਆਂ ਦੀ ਉਹ 12 ਪਛਾਵਾਂ ਚ ਭਰਦੀਆਂ ਚੰਵਾਦ ਹੋ ਗਈ ਹੈ ਉਹ ਸਾਰੀ ਦੁਨੀਆ ਦਾ 5 6 ਸਾਲ ਲਾ ਕੇ ਸਾਰੀ ਦੁਨੀਆ ਦੀ ਇਸ ਮਾਮਲੇ ਬਾਰੇ ਜਿੰਨੀ ਖੋਜ ਹੈ ਐ ਬੀਸੀ ਕਾਗੜੀ ਭਾਸ਼ਾ ਚੋਣੀ ਚਾਹੀਦੀ ਏ ਕਿ ਸਾਡੀਆਂ ਪਛਾਵਾਂ ਕਿੰਨੀਆਂ ਤਗੜੀਆਂ ਨੇ ਸਾਰਾ ਕੁਝ ਉਹ ਲਿਖੀ ਹੈ ਤੇ ਹੁਣ 12 ਪਛਾਵਾਂ ਚੋ ਗਈ ਔਰ ਪੜੀ ਜਾ ਰਹੀ ਬਹੁਤ ਫੈਲ ਰਹੀ ਹੈ ਗੱਲ ਔਰ ਮੈਂ ਪੂਰਾ ਅਸਲ ਦੱਸੋ ਜਿਹੜਾ ਬੜਾ ਇੱਕ ਗੱਲ ਹੁੰਦੀ ਹੈ ਕਿ ਜਿਹੜੇ ਆਪਣੇ ਅ ਅਧਿਆਪਕ ਹੁੰਦੇ ਨੇ ਪੰਜਾਬੀ ਦੇ ਅਧਿਆਪਕ ਲਿਟਰੇਚਰ ਪੜ੍ਹਦੇ ਭਾਸ਼ਾ ਵਿਗਿਆਨੀ ਤੇ ਇੱਕ ਪੰਜਾਬੀ ਦੇ ਗੀਤਾਂ ਚ ਕੀ ਫਰਕ ਇਹ ਬਹੁਤ ਮਹੱਤਵਪੂਰਨ ਗੱਲ ਹੈ ਤੁਹਾਡੀ ਔਰੇ ਨਵੇਂ ਸਿੱਖਿਆ ਨੀਤੀ ਦੇ ਵਿੱਚ ਸਰਕਾਰ ਨੇ ਵੀ ਇਹ ਵਾਕ ਲਿਖਿਆ ਹੈ ਕਿ ਭਾਰਤ ਦੇ ਵਿੱਚ ਜਿਹੜੇ ਭਾਸ਼ਾ ਦੇ ਮਹਿਕ ਬਨੇ ਜਾਂ ਜਿਹੜਾ ਭਾਸ਼ਾ ਦੇ ਨਾਂ ਤੇ ਪੜਾਇਆ ਜਾ ਰਿਹਾ ਅਸਲ ਚ ਭਾਸ਼ਾ ਦੀ ਪੜਾਈ ਨਹੀਂ ਇਹ ਸਹਿਦ ਦੀ ਪੜਾਈ ਹੈ ਜੀ ਵੇਖੋ ਤੁਸੀਂ ਸ਼ੈਕਸਪੀਅਰ ਪੜਾਓ ਵਰਡਸਵਰਥ ਪੜਾਓ ਹੈਮਿੰਗਵੇ ਪੜਾਓ ਉਹਦੇ ਨਾਲ ਅੰਗਰੇਜ਼ੀ ਭਾਸ਼ਾ ਥੋੜੀ ਆ ਜਾਊਗੀ ਪਹਿਲੀ ਗੱਲ ਤੇ ਉਹਨਾਂ ਦੀ ਅੰਗਰੇਜ਼ੀ ਬੜੀ ਪੁਰਾਣੀ ਹੈ ਜਿਹੜੇ ਆਂ ਅੱਜ ਵਰਤੋਂ ਦੀ ਬਾਜ਼ਾਰ ਦੇ ਵਿੱਚ ਵਰਤੋਂ ਦੀ ਅੰਗਰੇਜ਼ੀ ਹੈ ਹੀ ਵੱਖਰੀ ਦੂਜੀ ਗੱਲ ਉਹ ਤਾਂ ਅੰਗਰੇਜ਼ੀ ਨਹੀਂ ਤੁਸੀਂ ਸਹਿਤ ਬਾਰੇ ਜਾਣ ਜੋਗੇ ਇਸ ਕਰਕੇ ਮੈਂ ਤਾਂ ਕਹਿ ਰਿਹਾ ਥੋੜਾ ਜਿਆਦਾ ਕਥਨੀ ਕਰਕੇ ਪਰ ਇੰਨੀ ਹੱਤ ਕਥਨੀ ਨਹੀਂ ਮਾਰੀ ਜਿਆਦਾ ਕਥਨੀ ਹੈ ਕੁਝ ਕੁ ਅਧਿਆਪਕ ਆਏ ਨੇ ਜਿਨ੍ਹਾਂ ਨੂੰ ਆਪਾਂ ਪਾਸ਼ਾ ਦੇ ਅਧਿਆਪਕ ਕਹਿ ਸਕਦੇ ਆ ਪੰਜਾਬੀ ਦੇ ਅਧਿਆਪਕ ਕਹਿ ਸਕਦੇ ਆ ਅੰਗਰੇਜ਼ੀ ਦੇ ਅਧਿਆਪਕ ਕਹਿ ਸਕਦੇ ਆ ਪੰਜਾਬੀ ਦੇ ਤੇ ਛੱਡੋ ਜੀ ਹਿੰਦੀ ਦੇ ਛੱਡੋ ਭਾਰਤ ਦੇ ਵਿੱਚ ਅੰਗਰੇਜ਼ੀ ਦਾ ਕੋਈ ਅਧਿਆਪਕ ਨਹੀਂ ਬੜੀ ਜ਼ਿੰਮੇਵਾਰੀ ਨਾਲ ਗੱਲ ਆਖ ਰਿਹਾ ਮੈਂ ਕੋਈ ਤਾਂ ਮਤਲਬ ਇਹ ਨਹੀਂ ਕਿ ਇੱਕ ਵੀ ਨਹੀਂ ਹੈ ਕੋਈ ਤਾਂ ਮਤਲਬ ਹੈ ਜੇ 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 1 ਲੱਖ ਅੰਗਰੇਜ਼ੀ ਪੜ੍ਹਾ ਰਿਹਾ ਹੈ ਤਾਂ ਉਹਦੇ ਵਿੱਚੋਂ ਸਿਰਫ 100 ਬੰਦੇ ਹੋਣਗੇ ਜਿਨ੍ਹਾਂ ਨੂੰ ਅੰਗਰੇਜ਼ੀ ਦੇ ਅਧਿਆਪਕ ਕਿਹਾ ਜਾ ਸਕਦਾ ਹੈ ਜਿਨ੍ਹਾਂ ਨੇ ਅੰਗਰੇਜ਼ੀ ਦੀ ਬੰਤਰ ਨੂੰ ਪੜਿਆ ਹੈ ਭਾਸ਼ਾ ਵਿਗਿਆਨ ਪੜਿਆ ਹੈ ਭਾਸ਼ਾ ਦੀ ਬੰਤਰ ਨੂੰ ਪੜਿਆ ਹੈ ਅੰਗਰੇਜ਼ੀ ਦੇ ਉਚਾਰਨ ਨੂੰ ਸਾਰੇ ਕਾਸੇ ਨੂੰ ਪੜਿਆ ਉਹਨਾਂ ਨੂੰ ਭਾਸ਼ਾ ਦਾ ਅਧਿਆਪਕ ਕਿਹਾ ਜਾ ਸਕੇ ਕੋਈ ਭਾਸ਼ਾ ਦਾ ਅਧਿਆਪਕ ਬਣਾਉਣ ਵਾਲੀ ਸੰਸਥਾ ਹੀ ਹੈ ਨਹੀਂ ਭਾਰਤ ਤੇ ਕਿੱਥੋਂ ਆਉਣਗੇ ਸਿਰਫ ਇੱਕੋ ਸੰਸਥਾ ਹੈ ਇੱਕ ਪਹਿਲਾ ਉਹਦਾ ਨਾਮ ਹੈ ਇੰਗਲਿਸ਼ ਐਂਡ ਫੋਰਨ ਲੈਂਗੁਏਜ ਯੂਨੀਵਰਸਿਟੀ ਸੈਟਲਿਟਿਊਟ ਆਫ ਇੰਗਲਿਸ਼ ਐਂਡ ਫੋਰਨ ਲੈਂਗੁਏਜ ਜੋ ਹైదరాబాద్ ਚਾ ਹੁਣ ਉਹਦਾ ਨਾਮ ਹੀ ਐ ਫੋਰਨ ਲੈਂਗੁਏਜ ਯੂਨੀਵਰਸਿਟੀ ਐ ਸਿਰਫ ਇੱਕੋ ਥਾਂ ਐ ਜਿੱਥੇ ਭਾਸ਼ਾ ਦੀ ਅੰਗਰੇਜ਼ੀ ਭਾਸ਼ਾ ਦੀ ਪੜ੍ਹਾਈ ਕਰਾਈ ਜਾਂਦੀ ਐ ਵੀ ਅੰਗਰੇਜ਼ੀ ਭਾਸ਼ਾ ਕਿਵੇਂ ਪੜ੍ਹਾਈ ਜਾ ਜਾ ਉਹਨਾਂ ਦੇ ਪੰਜ ਚਾਰ ਥਾਵਾਂ ਦੇ ਉੱਤੇ ਇੱਥੇ ਅੰਗਰੇਜ਼ੀ ਇੱਥੇ ਚੰਡੀਗੜ੍ਹ ਚ ਵੀ ਉਹਨਾਂ ਦੀ ਇੰਗਲਿਸ਼ ਇੰਸਟਿਟਿਊਟ ਐ ਅੰਬੇਦਕਰ ਇੰਗਲਿਸ਼ ਇੱਥੇ ਚਲੋ ਆਪਾਂ ਗੱਲ ਪੰਜਾਬੀ ਦੀ ਕਰੀਏ ਪੰਜਾਬੀ ਇਸ ਤਰ੍ਹਾਂ ਹੋਣਾ ਚਾਹੀਦਾ ਪੰਜਾਬੀ ਦੀ ਵੀ ਇਸ ਤਰ੍ਹਾਂ ਭਾਸ਼ਾ ਤੇ ਉਹ ਜਿਹੜੀ ਸਿਸਟਮ ਕਰਕੇ ਜਿਹੜਾ ਜਿਹੜ ਜਿਹੜੇ ਭਾਸ਼ਾ ਬਾਰੇ ਜਿਨ੍ਹਾਂ ਦੀ ਆਪਣੀ ਸਖਲਾਈ ਹੋਈ ਹੋਵੇ ਇਹ ਸਾਰੇ ਬਹੁਤ ਅਧਿਆਪਕ ਨੇ ਇਹਨਾਂ ਦੀ ਸੈਦ ਦੀ ਸਖਲਾਈ ਹੈ ਭਾਸ਼ਾ ਦੀ ਸਖਲਾਈ ਹੈ ਨਹੀਂ ਐਸੇ ਕਰਕੇ ਇੰਨਾ ਜ਼ੋਰ ਲਾਉਣੇ ਆਪਾਂ ਇੰਨਾ ਸਭਾ ਲਾਉਣੇ ਆ ਇੰਨਾ ਖਰਚ ਕਰਦੇ ਆ ਅੰਗਰੇਜ਼ੀ ਫਿਰ ਵੀ ਨਹੀਂ ਆ ਰਹੀ ਅੰਗਰੇਜ਼ੀ ਤਾਂ ਨਹੀਂ ਆ ਰਹੀ ਕਿ ਅਗਰੇਜ਼ੀ ਪੜ੍ਹਾਉਣ ਵਾਲੇ ਅਗਰੇਜ਼ੀ ਪੜ੍ਹਾ ਹੀ ਨਹੀਂ ਰਹੇ ਜਿਵੇਂ ਪੜ੍ਹਾਈ ਜਾਣੀ ਚਾਹੀਦੀ ਕਿਸੇ ਵੀ ਭਾਸ਼ਾ ਨੂੰ ਮਾਤ ਭਾਸ਼ਾ ਦੀ ਪੱਦਰ ਦਾ ਹਾਸਲ ਕਰਨ ਵਾਸਤੇ ਇੱਕ ਸਾਲ ਲਗਭਗ ਕਾਫੀ ਹੁੰਦਾ ਪਰ ਇਹ ਮੈਂ ਨਹੀਂ ਕਹਿੰਦਾ ਇਸਾ ਐਵੀ ਬ੍ਰਿਟਿਸ਼ ਕੌਸਲ ਕਹਿੰਦੀ ਹੈ ਕਿ ਇੱਕ ਸਾਲ ਦੇ ਅੰਦਰ ਉਹ ਇੰਨੀ ਅੰਗਰੇਜ਼ੀ ਬੰਦੇ ਨੂੰ ਸਿਖਾਈ ਜਾ ਸਕਦੀ ਹੈ ਕਿ ਉਹ ਲਗਭਗ ਮਾਤ ਭਾਸ਼ਾ ਦੇ ਬਰਾਬਰ ਦਾ ਪੱਧਰ ਹਾਸਲ ਕਰ ਲਵੇ 80 50 100 ਚੋਂ 80 85 ਨੰਬਰ ਲੈ ਲਵੇ ਔਰ ਜਿਹੜਾ 100 ਚੋਂ 90 ਅੰਕ ਲਵੇ ਉਹ ਕਹਿੰਦੇ ਕਿ ਇਹਦੀ ਮਾਤ ਭਾਸ਼ਾ ਦੇ ਬਰਾਬਰ ਹੈ ਤੋਂ ਉਹ ਕਹਿੰਦੇ ਵੀ ਤੁਸੀਂ ਇੱਕ ਸਾਲ ਲਾਓ ਔਰ ਨਾਲੇ ਵੀ ਕਹਿੰਦੇ ਨੇ ਕਿ ਬੱਚਾ ਛੇਤੀ ਨਹੀਂ ਪਾਸ਼ਾ ਸਕਦਾ ਆਪਣੀ ਭਾਸ਼ਾ ਬੱਚਾ ਆਪਣੇ ਆਪ ਸਿੱਖਦਾ ਉਹ ਗੱਲ ਹੋਰ ਹੈ ਜੇ ਤੁਸੀਂ ਕੋਈ ਦੂਜੀ ਭਾਸ਼ਾ ਕਿਸੇ ਬੱਚੇ ਨੂੰ ਪੜਾਣੀ ਹੈ ਤੇ ਬੱਚੇ ਨੂੰ ਪੜਾਉਣ ਨਾਲੋਂ ਵੱਡੇ ਹੋ ਕੇ ਪੜਾਉਗੇ ਜ਼ਿਆਦਾ ਸਿੱਖਦਾ ਹੈ ਇਹ ਵੀ ਖੋਜ ਹੈ ਹੁਣੇ-ਹੁਣੇ 6 ਲੱਖ ਬੰਦੇ ਦੇ ਉੱਤੇ ਅਮਰੀਕਾ ਦੀ ਇੱਕ ਸੰਸਥਾ ਹੈ ਮਾਸਚੂਸੈਟਸ ਇੰਸਟੀਚਿਊਟ ਟੈਕਨੋਲੋਜੀ ਦੁਨੀਆ ਦੀ ਸਭ ਤੋਂ ਵੱਡੀ ਖੋਜ ਸੰਸਥਾ ਹੈ ਉਹ ਐਮਆਈਟੀ ਤੇ ਹਾਰਵਰਡ ਦੋ ਹੀ ਨੇ ਕਦੀ ਹਾਰਵਰਡ ਪਹਿਲੇ ਦਰਜੇ ਤੇ ਆ ਜਾਂਦੀ ਹੈ ਕਦੀ ਐਮਆਈਟੀ ਆ ਜਾਂਦੀ ਐਮਆਈਟੀ ਨੇ 6 ਲੱਖ ਬੰਦੇ ਨੂੰ ਲੈ ਕੇ ਖੋਜ ਕੀਤੀ ਹੈ ਔਰ ਉਹਨਾਂ ਨੇ ਕੀ ਆਇਆ ਕਿਤਾਬে ਛਾਪਿਆ ਹੈ ਕਿ 15 ਸਾਲ ਤੋਂ ਬਾਅਦ ਜੇ ਤੁਸੀਂ ਕੋਈ ਹੋਰ ਪਾਸ਼ਾ ਵਿਦੇਸ਼ੀ ਪਾਸ ਕਰੋਗੇ ਤੁਹਾਨੂੰ ਬਿਹਤਰ ਆਏਗੀ ਔਰ ਛੇਤੀ ਆਏਗੀ ਪਰ ਜੇ ਬੱਚੇ ਨੂੰ ਸਿਖਾਓਗੇ ਤਾਂ ਜ਼ਿਆਦਾ ਸਮਾਂ ਲੱਗੇਗਾ ਔਰ ਛੇਤੀ ਨਹੀਂ ਤੁਹਾਡਾ ਤੇ ਤੁਸੀਂ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਅਧਿਆਪਕਾਂ ਮ ਪੰਜਾਬ ਕਾ ਮਾਫ ਕਰਨ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਹੁਣ ਆਪਾਂ ਸਭ ਕੁਝ ਸਰਕਾਰਾਂ ਤੇ ਛੱਡਿਆ ਹੋਇਆ ਹੈ ਵੀ ਸਰਕਾਰ ਨੀਤੀਆਂ ਤੈਅ ਕਰੇ ਉਹਨਾਂ ਨੀਤੀਆਂ ਨੂੰ ਲਾਗੂ ਕਰੇ ਪੜਾਇਆ ਸਾਰੇ ਪਰ ਸਿਰਫ ਨੀਤੀਆਂ ਦੇ ਮਾਮਲੇ ਦੇ ਜੇ ਆਪਾਂ ਹੁਣ ਸਰਕਾਰਾਂ ਦੇ ਉੱਤੇ ਬਹੁਤਾ ਜਿਹੜਾ ਇਹਨਾਂ ਦੇ ਉੱਤੇ ਜਾਂ ਅਫਸਰਾਂ ਸ਼ਾਇਦ ਦੇ ਉੱਤੇ ਬਹੁਤਾ ਆਪਾਂ ਪਰੋਸਾ ਨਾ ਕਰੀਏ ਕਿਉਂਕਿ ਉਹਨਾਂ ਦੇ ਆਪਣੇ ਸਵਾਰਥੀ ਹਿੱਤ ਨੇ ਇਸ ਕਰਕੇ ਆਪਾਂ ਵੀ ਚੀਜ਼ਾਂ ਨੂੰ ਜਾਣੀ ਹੈ ਜਾਣਨ ਦੀ ਕੋਸ਼ਿਸ਼ ਕਰੀਏ ਔਰ ਜਿਹੜੀ ਗੱਲ ਆਪਾਂ ਨੂੰ ਠੀਕ ਸੱਚ ਲੱਗਦੀ ਹੈ ਉਹ ਇਹਨਾਂ ਨੂੰ ਤੱਕ ਲੈ ਕੇ ਜਾਈਏ ਦਬਾਅ ਵੀ ਪਾਈਏ ਔਰ ਸਭ ਤੋਂ ਜ਼ਰੂਰੀ ਗੱਲ ਜਿੱਥੇ ਆਪਣਾ ਕੰਮ ਅੰਗਰੇਜ਼ੀ ਵਗੈਰ ਜਾਂ ਹਿੰਦੀ ਵਗੈਰ ਚੱਲ ਸਕਦਾ ਹੈ ਪੰਜਾਬੀ ਬੱਚਾ ਤੋਂ ਇਸ ਪੰਜਾਬੀ ਵਰਤੀ ਪੰਜਾਬੀ ਬੰਦਾ ਹਿੰਦੀ ਬੰਦਾ ਜਿਹੜਾ ਹਿੰਦੀ ਬੋਲਣ ਵਾਲਾ ਜਦੀ ਮਾਂ ਬੋਲੀ ਹਿੰਦੀ ਹੈ ਉਹ ਜਿਹੜਾ ਕੰਮ ਉਹਦਾ ਸਾਰਾ ਹਿੰਦੀ ਚ ਚੱਲ ਸਕਦਾ ਉਹ ਸਾਰਾ ਹਿੰਦੀ ਚ ਕਰੇ ਹੈਨਾ ਬਾਕੀ ਕੰਮ ਪਰ ਹੋਰ ਬੜੀ ਗੱਲ ਹੈ ਇੱਕ ਗੱਲ ਹੋਰ ਮਤਲਬ ਉਹਨੇ ਜੇ ਮੈਂ ਫੇਸਬੁਕ ਪੰਜਾਬੀ ਚ ਵੇਣਾ ਜੇ ਵਟਸਐਪ ਪੰਜਾਬੀ ਚ ਵੇਣਾ ਹੋਰ ਸਾਰਾ ਕੋਈ ਗੂਗਲ ਪੰਜਾਬੀ ਚ ਵੇਣਾ ਇਹ ਸਾਰੇ ਅੰਕੜੇ ਉਹਨਾਂ ਕੋਲ ਜਾ ਰਹੇ ਨੇ ਕੰਪਨੀਆਂ ਕੋਲ ਉਹ ਜੇ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਡਾ ਜਿਹੜੇ ਪ੍ਰੋਗਰਾਮ ਨੇ ਪੰਜਾਬੀ ਚ ਹਿੰਦੀ ਚ ਤਮਿਲ ਚ ਵੇਖਣ ਵਾਲੇ ਬੜੇ ਲੋਕ ਨੇ ਉਹ ਇਹਨਾਂ ਤੇ ਖਰਚ ਕਰਦੇਗੇ ਔਰ ਕਰਦੇ ਨੇ ਪੈ ਕਰਦੇ ਨੇ ਪੈ ਉਹਨਾਂ ਨੇ ਵੇਖੋ ਤੁਸੀਂ ਮੈਂ ਕਦੀ ਵੀ ਫੇਸਬੁਕ ਅੰਗਰੇਜ਼ੀ ਨਹੀਂ ਵਰਤਦਾ ਪੰਜਾਬੀ ਵਿੱਚ ਵਰਤਨਾ WhatsApp ਪੰਜਾਬੀ ਵਿੱਚ ਵਰਤਨਾ Google ਮੈਂ ਸਾਰਾ ਪੰਜਾਬੀ ਵਰਤਨਾ ਤਾਂ ਠੀਕ ਹੈ ਅੰਗਰੇਜ਼ੀ ਚ ਕੋਈ ਚੀਜ਼ ਹੈ ਜਿਹੜੀਆਂ ਤੁਹਾਨੂੰ ਅੰਗਰੇਜ਼ੀ ਨਾਲ ਹੀ ਸਿੱਖੋ ਅੰਗਰੇਜ਼ੀ ਅਧਿਆਪਨ ਖੇਤਰ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਸੀ ਵੀ ਸਹਿਦ ਦੇ ਅਧਿਆਪਕ ਨਹੀਂ ਯਾਨੀ ਭਾਸ਼ਾ ਦੇ ਉਹ ਆਪਾਂ ਨੂੰ ਕੋਰਸ ਹੀ ਵੱਖਰੇ ਕਰਨੇ ਚਾਹੀਦੇ ਨੇ ਭਾਸ਼ਾ ਦਾ ਕੋਰਸ ਤੇ ਸਹਿਦ ਦੇ ਕੋਰਸ ਅਸਲ ਤੇ ਬਿਲਕੁਲ ਵੱਖ ਹੋਣੇ ਚਾਹੀਦੇ ਇਹ ਇੱਕ ਇੱਕੋ ਹੀ ਕੀਤਾ ਹੋਇਆ ਆਪਣਾ ਅਧਿਆਪਕੀ ਵਿਸ਼ਾ ਜਿਹਨੇ ਸਹਿਦ ਪੜ੍ਹ ਲਿਆ ਤਾਂ ਪੰਜਾਬੀ ਪੜ੍ਹ ਹਾਂ ਜੇ ਘਟੋ ਕਟਾਪਾ ਵੱਖ ਨਹੀਂ ਕਰ ਸਕਦੇ ਤੇ ਇੱਕ ਸੰਤੁਲ ਦੇ ਤੇ ਪੜਾਉ ਹੀ ਪਾਸ਼ਾ ਹੈ ਨਾ 6 ਸਾਲ ਦੇ ਬੱਚੇ ਨੂੰ ਆਪਾਂ ਕਵੀ ਪੜਾ ਕੇ ਕੀ ਕਰ ਲੈ ਹੈ ਨਾ ਉਹ ਤਾਂ ਥੋੜਾ ਸਮਝ ਆਏਗੀ ਸ਼ਾਇਦ ਜੇ ਉਹਨੂੰ ਸਮਝ ਆਈ ਪਿੰਡ ਚੋਂ ਗੋਂਦਾ ਗਾਂਦੇ ਫਿਰਦਾ ਨਿਆਣੇ ਉਹਨਾਂ ਨੂੰ ਤੁਸੀਂ ਛੋਟੀਆਂ ਜੜੀਆਂ ਨੇ ਬੱਚਿਆਂ ਵਾਲੀਆਂ ਜੜੀਆਂ ਕਪਤਾਵਾ ਸ਼ਵਤਾਵਾ ਨੇ ਉਹ ਆਪਸ ਲਈ ਇਹ ਉਹਨਾਂ ਨਾਲ ਇਹ ਠੀਕ ਗੱਲ ਹੈ ਤਾਂ ਪਾਸ਼ਾ ਦੀ ਜੜੀ ਹੈ ਜੇ ਵਖਰੇ ਨਹੀਂ ਆਪ ਇਹਨਾਂ ਨੂੰ ਕੋਰਸਾ ਨੂੰ ਕਰ ਸਕਦੇ ਤੇ ਇੱਕ ਸੰਤੋਲਨ ਹੋਣਾ ਚਾਹੀਦਾ ਜਿਹਦੇ ਵਿੱਚ ਪਾਸ਼ਾ ਦਾ ਬਹੁਤ ਵੱਡਾ ਜਿਹੜਾ ਜਿਹੜਾ ਹਿੱਸਾ ਹੋਵੇ ਔਰ ਪਾਸ਼ਾਵਾ ਹੋਰ ਸਿੱਖਣਾ ਜਿਹੜੀ ਗੱਲ ਮੈਂ ਹੋਰ ਜ਼ਰੂਰ ਸਾਂਝੀ ਕਰਨਾ ਚਾਹੁੰਨਾ ਕਿ ਅੱਜ ਦੇ ਜਮਾਨੇ ਦੇ ਵਿੱਚ ਇੱਕ ਪਾਸ਼ੇ ਬੰਦਾ ਜਿਹੜਾ ਅਪੰਗ ਹੈ ਇੱਕ ਪਾਸ਼ੀ ਅੰਗਰੇਜ਼ ਵੀ ਅਪੰਗ ਹੈ ਜੇ ਉਹਨੂੰ ਸਿਰਫ ਅੰਗਰੇਜ਼ੀ ਆਉਂਦੀ ਹੈ ਤੇ ਇਹ ਵੀ ਅਪੰਗ ਹੈ ਇਹ ਹੁਣ ਮੇਰੇ ਕੋਲ ਸਮਾਂ ਇਹਨਾਂ ਨਹੀਂ ਮੈਂ ਤੁਹਾਡਾ ਅੰਕੜੇ ਦੱਸ ਸਕਣਾ ਕਿ ਯੂਰਪ ਦੇ ਬੈਂਕ ਯੂਰਪੀ ਯੂਨੀਅਨ ਦੇ ਬੈਂਕ ਅੰਗਰੇਜ਼ਾਂ ਨੂੰ ਨੌਕਰੀਆਂ ਨਹੀਂ ਸੀ ਦਿੰਦੇ ਔਰ ਦੂਜੇ ਯੂਰਪ ਦੇ ਦੇਸ਼ਾਂ ਨੂੰ ਦਿੰਦੇ ਸੀ ਤਾਂ ਅੰਗਰੇਜ਼ਾਂ ਨੇ ਪੜਤਾਲ ਕੀਤੀ ਵੀ ਅਸੀਂ ਵੀ ਤਾਂ ਯੂਰਪੀ ਯੂਨੀਅਨ ਦਾ ਹਿੱਸਾ ਵਾਂ ਸਾਾਨੂੰ ਨੌਕਰੀਆਂ ਕਿਉਂ ਨਹੀਂ ਮਿਲਦੀਆਂ ਉਹਨਾਂ ਨੇ ਵੇਖਿਆ ਬੈਂਕਾਂ ਵਾਲਿਆਂ ਨੇ ਤੁਹਾਨੂੰ ਸਿਰਫ ਅੰਗਰੇਜ਼ੀ ਆਉਦੀ ਹੈ ਤੁਸੀਂ ਹੋਰ ਕੋਈ ਭਾਸ਼ਾ ਪੜ੍ਹਨੀ ਕੋਈ ਨਹੀਂ ਸਾਨੂੰ ਬੰਦੇ ਚਾਹੀਦੇ ਨੇ ਹੁਣ ਜੇ ਫਰਾਂਸ ਪੈਰਿਸ ਦੇ ਵਿੱਚ ਬੰਦਾ ਸਪੈਨੀ ਬੋਲਣ ਵਾਲਾ ਵੀ ਆ ਜਾਂਦਾ ਹੈ ਫ੍ਰਾਂਸੀਸੀ ਬੋਲਣ ਵਾਲੇ ਬੈਂਕ 'ਚ ਆ ਜਾਂਦਾ ਜਰਮਨ ਬੋਲਣ ਵਾਲਾ ਵੀ ਆ ਜਾਂਦਾ ਅੰਗਰੇਜ਼ੀ ਵਾਲਾ ਵੀ ਆ ਜਾਂਦਾ ਪੰਜਾਬ ਦੀ ਗੱਲ ਕਰੀਏ ਨੌਕਰੀਆਂ ਦੀ ਗੱਲ ਕਰੀਏ ਜਿਹੜੇ ਪੰਜਾਬੀ ਜਾਣਦੇ ਉਹਨਾਂ ਦੀ ਨੌਕਰੀਆਂ ਵੀ ਘਟ ਗਈਆਂ ਹੁਣ ਕੈਨੇਡਾ ਅੰਗਰੇਜ਼ੀ ਜਾਂ ਫ੍ਰੈਂਚ ਦੇ ਨਾਲ ਪੰਜਾਬੀ ਹੁੰਦੀ ਹੈ ਤੁਹਾਨੂੰ ਨੌਕਰੀ ਚ ਪਹਿਲ ਦਿੱਤੀ ਜਾਂਦੀ ਹੈ ਤੇ ਨੌਕਰੀ ਛੇਤੀ ਮਿਲਦੀ ਹੈ ਪਰ ਇੱਥੇ ਤਾਂ ਪ੍ਰੋਬਲਮ ਹੈ ਹੁਣ ਇੱਕ ਹੁਣ ਅਸੀਂ ਕੀ ਕਰੀਏ ਅਸੀਂ ਦੱਸ ਹੀ ਸਕਦੇ ਆ ਅਸੀਂ ਦੇ ਜਿਹੜੇ ਜੇ ਜੇ ਅਸੀਂ ਆਕਾਦਮਿਕ ਬੰਦੇ ਆ ਯੂਨੀਵਰਸਿਟੀਆਂ ਦੇ ਵਿੱਚ ਇਸ ਕੰਮ ਚ ਲੱਗੇ ਹੋਏ ਅਸੀਂ ਦੱਸ ਸਕਦੇ ਆ ਮੰਤਰੀਆਂ ਦੱਸ ਸਕਦੇ ਆ ਲੋਕਾਂ ਦੱਸ ਸਕਦੇ ਆ ਰੌਲਾ ਰੱਪਾ ਕਰ ਸਕਦੇ ਆ ਧਰਨੇ ਸ਼ਰਨੇ ਤੇ ਵੀ ਗੱਲ ਜਾਂਦੀ ਹੈ ਸਾਰਾ ਕੁਝ ਹੁੰਦਾ ਹੈ ਇਹ ਤਾਂ ਦੱਸ ਸਕਦੇ ਆ ਨਾ ਤੁਸੀਂ ਕਰਕੇ ਦੱਸਣ ਤੇ ਲੱਗੇ ਹੋਏ ਆਂ ਔਰ ਸਾਰਿਆਂ ਨੂੰ ਬੇਨਤੀ ਹੈ ਤੁਹਾਨੂੰ ਵੀ ਬੇਨਤੀ ਹੈ ਕਿ ਗੱਲਾਂ ਜੜੀਆਂ ਨੇ ਇਹਨਾਂ ਨੂੰ ਝੂਠ ਸੱਚ ਦੀ ਪਰਖਾਲ ਕਰੋ ਜੋ ਮੈਂ ਕਹਾ ਸਾਰਿਆਂ ਨੂੰ ਝੂਠ ਮੰਨੋ ਲੇਕਿਨ ਉਹਨੂੰ ਜਾਚੋ ਵੀ ਝੂਠ ਹੈ ਕਿ ਸੱਚ ਹੈ ਜੇ ਤੁਹਾਨੂੰ ਸੱਚ ਲੱਗਦਾ ਤੇ ਮੇਰੀ ਤੁਹਾਨੂੰ ਵੀ ਬੇਨਤੀ ਹੈ ਸਾਰੇ ਖਾਸ ਤੌਰ ਤੇ ਜਿਹੜੇ ਜਿਹੜਾ ਸੰਚਾਰ ਤੰਤਰ ਹੈ ਇਹਨੂੰ ਮੈਂ ਵਿਸ਼ੇਸ਼ ਤੌਰ ਤੇ ਬੇਨਤੀ ਹੈ ਕਿ ਸੱਚ ਨੂੰ ਸਾਹਮਣੇ ਲਿਆਓ ਜੋਗਾ ਸੰਗ ਦੀਨਾ ਮੰਨੋ ਆਪਣਾ ਸਵਾਰਥ ਨਾ ਸੋਚੋ ਕੋਈ ਨਾ ਸੋਚੋ ਦੇਸ਼ ਨੂੰ ਬਚਾਓ ਔਰ ਮੈਨੂੰ ਇਹ ਸਮਝ ਆਇਆ ਕਿ ਦੇਸ਼ ਨਹੀਂ ਬਚ ਸਕਦਾ ਜਿੱਨਾਂ ਚਰ ਆਪਣੀ ਸਿੱਖਿਆ ਆਪਣਾ ਕੰਮਕਾਜ ਆਪਣੀ ਭਾਸ਼ਾ ਆਪਣੀ ਪਛਾਣਾਂ ਚ ਨਹੀਂ ਕਰਦੇ ਔਰ ਕੋਈ ਦੇਸ਼ ਅਜਾ ਨਹੀਂ ਹੈ ਕਿ ਜਿਹੜਾ ਆਪਣੀ ਭਾਸ਼ਾ ਦੇ ਵਿੱਚ ਕੰਮਕਾਰ ਸਿੱਖਿਆ ਨਹੀਂ ਕਰ ਰਿਹਾ ਲੇਕਿਨ ਉਹਦੀ ਕੋਈ ਦੁਨੀਆ ਦੇ ਵਿੱਚ ਬਾੜੀ ਮੋਟੀ ਥਾਂ ਹੈ ਵੇ ਕੋਈ ਵੀ ਜਾਦੇਸ਼ ਨਹੀਂ ਸਾਰੇ ਦੇਸ਼ ਉਹ ਜਿਹੜੇ ਨੇ ਤਰੱਕੀ ਕਰਦੇ ਨੇ ਪਏ ਜਿਹੜਾ ਸਾਰੇ ਆਪਣੀ ਮਾਂ ਬੋਲੀ ਚ ਪੜਦੇ ਨੇ ਆਪਣਾ ਕੰਮਕਾਜ ਸੌਖਾ ਹੁੰਦਾ ਹੈ ਵੇਖੋ ਜੇ ਉਹਨਾਂ ਪਟਿਆਲੇ ਦਾ ਇੱਕ ਬੈਂਕ ਹੈ ਜੇ ਅੰਗਰੇਜ਼ੀ ਦਾ ਫਾਰਮ ਪੈਂਡ ਵਾਲੇ ਨੂੰ ਦੇ ਦੇਗਾ ਫੜਾ ਦੇਗਾ ਕਾਗਜੋ ਕਿਵੇਂ ਪਰ ਲਵੇਗਾ ਕਿੰਨਾ ਸਿਆਪਾ ਪਾਏਗਾ ਉਹ ਬੰਦਾ ਲੱਭੇਗਾ ਪਹਿਲਾਂ ਜਾ ਕੇ ਭਰਾ ਕੇ ਲਿਆ ਨਹੀਂ ਹੁੰਦਾ ਹੀ ਹੈ ਜੀ ਲੜਾਈਆਂ ਹੁੰਦੀਆਂ ਬਹਿਕਾ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਉਹ ਕਹਿੰਦੇ ਜੀ ਮੈਂ ਮੈਂ ਤੇ ਅੰਗਰੇਜ਼ੀ ਮੈਨੂੰ ਹੁੰਦੀ ਨਹੀਂ ਉਹ ਕਹਿੰਦਾ ਮੇਰੇ ਕੋਲ ਉਹ ਉਹ ਕੈਮਰਾ ਲੱਗਾ ਹੋਇਆ ਉਹਦਾ ਮੈਨੇਜਰ ਵਿੰਦਾ ਪਿਆ ਵੀ ਇਹ ਕਿਸੇ ਗਾਗ ਦਾ ਤੇ ਨਹੀਂ ਕੰਮ ਕਰਕੇ ਦੇ ਰਿਹਾ ਉਹ ਜਦੋਂ ਆਪਣਾ ਕੰਮ ਕਰ ਆਪੇ ਬਰੋ ਪਰਵਾ ਕੇ ਲਿਆਏਗਾ ਹੈਨਾ ਤੋ ਇਸ ਕਰਕੇ ਇਹ ਹੁਣ ਦਲਦਲ ਚ ਆਪਾਂ ਫਸੇ ਹੋਏ ਆਂ ਇਹਦੇ ਚੋਂ ਤੁਹਾਨੂੰ ਸਮਝ ਹੀ ਬਾਹਰ ਕੱਢ ਸਕਦੀ ਐ ਸਮਝ ਐ ਸਗਠਨ ਹੈ ਹੀ ਲਾਇਆ ਐ ਸਾਰਿਆਂ ਨੂੰ ਕਰਨਾ ਪਏਗਾ ਔਰ ਇਹਦਾ ਸਹਾਰ ਹਰ ਇੱਕ ਬੰਦੇ ਤੇ ਹੋ ਰਿਹਾ ਗਰੀਬ ਤੇ ਵੱਧ ਹੋ ਰਿਹਾ ਅਮੀਰ ਤੇ ਘੱਟ ਹੋ ਰਿਹਾ ਅਮੀਰ ਤੇ ਵੀ ਹੋ ਰਿਹਾ ਜੇ ਅਸੀਂ ਦੁਨੀਆ ਦੀ ਮੰਡੀ ਵਿੱਚ ਸਾਡੀ ਥਾਂ ਨਾ ਬਣੀ ਸਾਡੀ ਇੱਜ਼ਤ ਹੀ ਕੋਣੀ ਹੋਣੀ ਚਲੋ ਲਾਸਟ ਇੱਕ ਲੈਂਡ ਦੱਸੋ ਕਿ ਸਰਕਾਰ ਦੀ ਜ਼ਿੰਮੇਵਾਰੀ ਕੀ ਐ ਜਿਹਨੂੰ ਆਪਾਂ ਚੁਣ ਕੇ ਬਿਠਾ ਦਿੰਨੇ ਆਂ ਵੀ ਤੂੰ ਸਾਡੇ ਕੰਮ ਕਰ ਲਈ ਸਰਕਾਰ ਦੀ ਜ਼ਿੰਮੇਵਾਰੀ ਐ ਕਿ ਸੱਚ ਨੂੰ ਜਾਣੇ ਸਰਕਾਰ ਸੱਚ ਨੂੰ ਜਾਣੇ ਜੀ ਕੇ ਸਿੱਖਿਆ ਕਿਹੜੀ ਭਾਸ਼ਾ ਚ ਹੋਣੀ ਚਾਹੀਦੀ ਹੈ ਅੰਗਰੇਜ਼ੀ ਸਿੱਖਣ ਦਾ ਠੀਕ ਤਰੀਕਾ ਕੀ ਹੈ ਜਾਣ ਕੇ ਉਹਨੂੰ ਜਾਣੇ ਔਰ ਉਹਨੂੰ ਲਾਗੂ ਕਰੇ ਦੂਸਰਾ ਅਧਿਆਪਕਾਂ ਨੂੰ ਵੀ ਜਾਨਣਾ ਚਾਹੀਦਾ ਅਧਿਆਪਕ ਵੀ ਥੋੜਾ ਗੁੰਮਰਾ ਕਰਦੇ ਹੈ ਕਈ ਜਗ੍ਹਾ ਅਧਿਆਪਕਾਂ ਨੂੰ ਵੀ ਪਤਾ ਹੈ ਨਹੀਂ ਮੈਂ ਤਾਂ ਦੱਸ ਰਿਹਾ ਵੀ ਇਹ ਕਿੰਨਿਆ ਕੋ ਲੋਕਾਂ ਨੂੰ ਪਤਾ ਹੈ ਆ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਕਰ ਰਿਹਾ ਇਹ ਬਹੁਤ ਥੋੜਿਆਂ ਲੋਕਾਂ ਨੂੰ ਪਤਾ ਹੈ 20 ਸਾਲ ਪਹਿਲਾਂ ਮੈਨੂੰ ਪਤਾ ਨਹੀਂ ਜਾਨੀ 20 ਸਾਲ ਪਹਿਲਾਂ ਮੈਂ 1979 ਦੇ ਵਿੱਚ ਭਾਸ਼ਾ ਵਿਗਿਆਨ ਚ ਆਇਆ ਜੀ ਤੇ 20 ਸਾਵਲਾ ਲੋ 1979 ਤੋਂ ਲੈ ਕੇ 40 41 ਸਾਲ ਬੰਦੇ ਨੇ 20 ਸਾਲ ਤੇ ਭਾਸ਼ਾ ਵਿਗਿਆਨ ਦੇ ਵਿੱਚ ਰਹਿੰਦਾ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਾ ਉਹ ਕਿਉਂਕਿ ਮੇਰਾ ਖੇਤਰ ਵਿਆਕਰਣ ਦਾ ਸੀ ਮੈਂ ਇਸ ਪਾਸੇ ਨੂੰ ਆਇਆ ਹੀ ਨਹੀਂ ਸੀ ਭਾਸ਼ਾ ਨੀਤੀ ਵਾਲੇ ਨੂੰ ਕਿਸੇ ਕਾਰਨ ਕਰਕੇ ਮੈਨੂੰ ਲੋੜ ਪੈ ਗਈ ਕਿ ਮੈਂ ਜਾਣਾ ਹੈ ਕਿ ਭਾਸ਼ਾ ਨੀਤੀ ਬਾਰੇ ਜਾਣਾ ਔਰ ਇਸ ਖੇਤਰ ਬਾਰੇ ਮੈਂ ਵੀ ਪੜਾਂ ਮੈਂ ਪੜਿਆ ਮੇਰੀ ਅੱਖਾਂ ਖੁੱਲ ਗਈਆਂ ਔਰ ਉਸ ਦਿਨ ਤੋਂ ਕਿਤੇ ਨਾ ਕਿਤੇ ਜੈਨੇ ਤੁਹਾਨੂੰ ਗਾਈਡਲਾਈਨ ਦੀ ਵੀ ਕਮੀ ਹੈ ਬਿਲਕੁਲ ਬਿਲਕੁਲ ਤੇ ਆਪਣੇ ਖੇਤਰ ਦੇ ਵਿੱਚ ਜੇ ਅਸੀਂ ਗੱਲ ਕਰੀ ਗਾਈਡਲਾਈਨ ਦੀ ਕਮੀ ਤੇ ਦੂਸਰਾ ਉਹੀ ਜਿਵੇਂ ਜਾਨੀ ਮਾਪੇ ਤਾਂ ਅਧਿਆਪਕ ਤੇ ਬਹੁਤ ਵੱਡਾ ਫੇਤ ਕਰਦੇ ਵੀ ਜੋ ਤੂੰ ਕਰਨਾ ਪਈ ਤੂੰ ਹੀ ਕਰਨਾ ਜਿਵੇਂ ਆਪਣੇ ਦੇਸੀ ਪਿੰਡਿਆਂ ਦੀ ਗੱਲ ਕਰੀ ਜਾਂ ਘਰਾਂ ਦੀ ਗੱਲ ਵੀ ਉਹ ਉੱਥੇ ਸੌਪ ਦਿੰਦੇ ਆ ਪਰ ਖੁਸ਼ੀ ਦੀ ਗੱਲ ਹੈ ਵੇ ਕਿ ਆਪਾਂ ਨੂੰ ਚੋੜੀ ਨਿਰੰਧ ਰਾਸ਼ਵੀ ਨਹੀਂ ਹੋਣਾ ਚਾਹੀਦਾ ਕਿ ਗੱਲਾਂ ਪੰਜਾਬ ਵਿੱਚ ਤੇ ਬਹੁਤ ਫੈਲ ਗਈਆਂ ਨੇ ਭਾਰਤ ਵਿੱਚ ਵੀ ਫੈਲਦੀਆਂ ਨੇ ਪਈਆਂ ਤੁਸੀਂ ਸਾਬ ਲੋ ਪਿਛਲੇ 2 ਸਾਲਾਂ ਦੇ ਵਿੱਚ 2.5 ਲੱਖ ਬੱਚਾ ਨਿੱਜੀ ਸਕੂਲ ਛੱਡ ਕੇ ਤੇ ਸਰਕਾਰੀ ਸਕੂਲਾਂ ਚਲਾ ਗਿਆ ਹੋਰ ਵੀ ਕਾਰਨ ਨੇ ਪਰ ਇੱਕ ਕਾਰਨ ਇਹ ਵੀ ਹੈ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਅੰਗਰੇਜ਼ੀ ਮਾਧਿਅਮ ਜਾ ਕੇ ਨਾ ਤੇ ਬੱਚਿਆਂ ਦਾ ਕੁਝ ਬਣ ਰਿਹਾ ਹੈ ਸਾਡਾ ਵੀ ਉਜਾੜਾ ਹੋ ਰਿਹਾ ਅੰਗਰੇਜ਼ੀ ਵਿਦਿਆਰੀ ਇਹ ਹੁਣ ਕਿਉਂਕਿ ਅੰਗਰੇਜ਼ੀ ਮਾਧਿਅਮ ਦੀ ਪੜ੍ਹਾਈ 3 ਸਾਲ ਪਹਿਲਾਂ ਹੋਈ ਸੀ ਇਹਦਾ ਜਲੂਸ ਹੁਣ ਨਿਕਲਣ ਲੱਗ ਗਿਆ ਔਰ ਮੈਂ ਬੜਾ ਆਸ਼ਵਾੰਦ ਹਾਂ ਔਰ ਬੜੀ ਖੇਤੀ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਵੱਡੀ ਤਬਦੀਲੀ ਵੇਖਾਂਗੇ ਜਦੋਂ ਅਸੀਂ ਆਪਣੀਆਂ ਬਾਤ ਪਿਛਾਵਾਂ ਨੂੰ ਸਾਰੇ ਕਸਦਾਦਾਰ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਇੱਕ ਪਾਸ਼ਾ ਦਾ ਗਿਆਨ ਵੀ ਅਪੰਗ ਹੈ ਪਰ ਵੀ ਗਲਤ ਹੈ ਜਿਸ ਕੋ ਵਿਕਾਸ ਦੇ ਵਿੱਚ ਵੱਡਾ ਰੋੜਾ ਬਣ ਜਾਂਦਾ ਹੈ ਕਿ ਬਹੁਤ ਗੱਲਾਂ ਐਸੀਆਂ ਨੇ ਜਿਹੜੀਆਂ ਮਾਤਰ ਭਾਸ਼ਾ ਤੁਸੀਂ ਜਾਣਦੇ ਹੋ ਮਾਂ ਬੋਲੀ ਜਾਣਦੇ ਹੋ ਫਿਰ ਦੂਸਰੀਆਂ ਭਾਸ਼ਾ ਦਾ ਗਿਆਨ ਪ੍ਰਾਪਤ ਕਰ ਸਕਦੇ ਹੋ ਦੂਸਰੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਪਰ ਸਰਕਾਰ ਨਾਲ ਪਹਿਲਾਂ ਲੋਕਾਂ ਦੀ ਅਧਿਆਪਕਾਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਇਸ ਫਰਕ ਸਮਝਣਾ ਚਾਹੀਦਾ ਹੈ ਕਿ ਇੱਕ ਸਹਿਤ ਪੜਨਾ ਤੇ ਇੱਕ ਭਾਸ਼ਾ ਦਾ ਗਿਆਨ ਹੋਣਾ ਇੱਕ ਵੱਖਰੀ ਗੱਲ ਹੈ ਪਰ ਜਿਹੜੀ ਵੱਡੀ ਗੱਲ ਉਹਨਾਂ ਨੇ ਕੀਤੀ ਹੈ ਕਿ ਹੁਣ ਲੋਕ ਵੀ ਸਮਝਣ ਲੱਗੇ ਨੇ ਜਿਵੇਂ ਉਹਨਾਂ ਨੇ ਗੱਲ ਕੀਤੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਸਕਾਰੀ ਅਧਿਆਪਨ ਖੇਤਰਾਂ ਵਿੱਚ ਇੱਕ ਦਾਖਲਾ ਵਧਿਆ ਚਲੋ ਇੱਕ ਕੋਈ ਕਾਰਨ ਹੋਰ ਵੀ ਹੋ ਸਕਦੇ ਨੇ ਪਰ ਜਦੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਜ਼ਿੰਮੇਵਾਰ ਵਿਭਾਗ ਨੇ ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਕਮੀ ਇਹਨਾਂ ਦੀ ਗੱਲਬਾਤ ਤੋਂ ਸਾਹਮਣੇ ਆਈ ਹੈ ਕਿ ਉਹ ਚੀਜ਼ਾਂ ਬਣਾ ਕੇ ਰੱਖੀ ਬੈਠੇ ਨੇ ਕਿਤਾਬਾਂ ਬਣੀਆਂ ਵਈਆਂ ਨੇ ਸਭ ਕੁਝ ਬਣਿਆ ਨੇ ਪਰ ਪ੍ਰਚਾਰ ਕਰਕੇ ਲੋਕਾਂ ਤੱਕ ਪਹੁੰਚ ਰਹੀਆਂ ਪਹੁੰਚ ਨਹੀਂ ਰਹੀਆਂ ਜਿਸ ਕਰਕੇ ਲੋਕ ਸਵਾਲ ਨਹੀਂ ਕਰ ਪਾਉਂਦੇ ਕਿਉਂਕਿ ਵਿਭਾਗਾਂ ਤੋਂ ਜੇ ਆਪਦੀ ਭਾਸ਼ਾ 'ਚ ਕੋਈ ਮੰਗਦਾ ਇੱਕ ਚੀਜ਼ ਤਾਂ ਉਹ ਕਹਿੰਦੇ ਵੀ ਇੱਥੇ ਇਹ ਕੰਮ ਕਰਨਾ ਹੀ ਬੜਾ ਔਖਾ ਹੈ ਜਦੋਂ ਕਿ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਆਪਣੇ ਹਿੱਸੇ ਦਾ ਕੰਮ ਕਰਕੇ ਰੱਖਿਆ ਹੋਇਆ ਉਹ ਪਰ ਪ੍ਰਚਾਰ ਵੱਲੋਂ ਲੋਕਾਂ ਤੱਕ ਕਿ ਬਕਵਾਇਕ ਪਾੜਾ ਬਣਿਆ ਹੋਇਆ ਹੈ ਪਰ ਦੇਖਦੇ ਹਾਂ ਕਿ ਜਿਹੜੀਆਂ ਇਹ ਗੱਲਾਂ ਕਿਸ ਤਰ੍ਹਾਂ ਦਰਸ਼ਕ ਲੈਂਦੇ ਨੇ ਤੇ ਕਿਸ ਤਰ੍ਹਾਂ ਇਹਨੂੰ ਸਮਝਦੇ ਨੇ ਅਸੀਂ ਆਪਦੀ ਜ਼ਿੰਮੇਵਾਰੀ ਦਰਸ਼ਕਾਂ ਦੇ ਸਾਹਮਣੇ ਰੱਖ ਦਿੱਤੀ ਹੈ ਪੁਣਛਾਣ ਚੋਂ ਹੀ ਨਿਕਲੇ ਆ ਕਿ ਸਾਰੀ ਜ਼ਿੰਮੇਵਾਰੀ ਆਪਦੀ ਆਪਦੀ ਸਮਝਣ ਤਾਂ ਜੋ ਆਪਾਂ ਆਪਦੇ ਦੇਸ਼ ਨੂੰ ਆਪਣੇ ਸਟੇਟ ਨੂੰ ਉਸੇ ਪੱਧਰ ਤੇ ਲੈ ਕੇ ਆਈਏ ਜੋ ਆਜ਼ਾਦੀ ਤੋਂ ਪਹਿਲਾਂ ਸੀਗਾ ਜਦੋਂ ਡਾਕਟਰ ਸਾਹਿਬ ਨੇ ਕਿਹਾ ਸੀਗਾ ਕਿ ਇੰਗਲੈਂਡ ਦੇ ਜਿਹੜੇ ਡਾਲਰ ਦੀ ਗੱਲ ਕੀਤੀ ਜਿਹਦੇ ਤੋਂ ਬਰਾਬਰ ਸੀਗਾ ਆਪਣਾ ਪੰਜਾਬ ਉੱਪਰ ਸੀਗਾ ਹਰ ਕਿਤੇ ਵੱਲੋਂ ਸੱਭਿਆਚਾਰ ਵੱਲੋਂ ਤੇ ਆਰਥਿਕ ਖੇਤਰ ਦੇ ਜਿਸ ਕਰਕੇ ਇੰਗਲਿਸ਼ ਨੂੰ ਪ੍ਰਚਾਰਿਆ ਜਾ ਰਿਹਾ ਉਹ ਤਾਪ ਦੀ ਸਥਾਨ ਤੇ ਸੀ ਹੁਣ ਦੇਖਦੇ ਹਾਂ ਕਿ ਸਾਡੀ ਜ਼ਿੰਮੇਵਾਰੀ ਨੂੰ ਦਰਸ਼ਕ ਕਿਵੇਂ ਲੈਂਦੇ ਨੇ ਇਸ ਕਿਵੇਂ ਸਮਝਦੇ ਨੇ ਪੁਣਛਾਣ ਦੇ ਵਿੱਚ ਅਸੀਂ ਇਹ ਵਿਸ਼ੇ ਤੇ ਇਹ ਜੀ ਚਲੰਤ ਮਸਲੇ ਜੋ ਸਿੱਤੇ ਲੋਕਾਂ ਨਾਲ ਜੁੜੇ ਹੋਏ ਲੈ ਕੇ ਆਉਂਦੇ ਨੇ ਜੇ ਸਾਡਾ ਪ੍ਰੋਗਰਾਮ ਦਰਸ਼ਕਾਂ ਨੂੰ ਅੱਛਾ ਲੱਗਦਾ ਉਹ ਇਸ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰਨ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰਨ ਤੇ ਲਗਾਤਾਰ ਦੇਖਦੇ ਰਹੋ ਸਕਾਈ ਰੂਸ ਪੰਜਾਬੀ